वाहिगुरु जी का खालसा, वाहिगुरु जी की फतेह। जी असी खड़े हैं जी अज मोहाली शहर च, मोहाली शहर के 6 फेस के खड़े हाँ। 263 नंबर कोठी है जी ये सामने, तो इस कोठी के हालात तो तुसी अंदाजा ला सकते हैं भी इत्थे कोई वसदे घर वाली गल नहीं दिखाई दे रही, भी इत्थे कोई लंबे समय तो घर दे विच मान लो कह दी भी खुशियां भी खंभ ला के उड़ चुकियां वा। तो इस तरह के घर दे विच एक साडी भैण रहिंदी है नवनीत कौर, उहदा नाम आ। तो नवनीत कौर पढ़ी लिखी है, एजुकेटड आ, बी ए कीती है, कंप्यूटर का कोर्स किया होया, फिर उन्हें आई ऑप्टोलॉजी का कोर्स किया होया, जिहड़ा आई टेक्नीशियन का कोर्स किया होया, चंगी जॉब करती सी मैक्स हॉस्पिटल दे विच भी उन्हें जॉब मिल गई सी। उन्होंने मम्मी दसदे आ, डैडी इन्हां दे करनल सीगे, उन्हां दा की नाम सी फादर साहब दे, सुरिंदर सिंह जी, स्टोर च सीगे। तगमे मिले हुए सी उन्हां नूं, ते उस तों बाद उन्हां दा इक बेटा सीगा। आंटी बेटे नूं एक्सीडेंट, ओह की करदे सी जॉब? हेल्थ डिपार्टमेंट ते सी। तुसीं भी जॉब करदे सी? ਤੁਸੀਂ ਕੀ ਜੋਬ ਕਰਦੇ ਸੀ? ਹੈਲਥ ਡਿਪਾਰਟਮੈਂਟ ਦੇ ਵਿੱਚ ਸੁਪਰਡੈਂਟ ਸੀਗੇ ਆਂਟੀ ਜੀ, ਰਿਟਾਇਰ ਹੋਏ ਨੇ, ਬੇਟਾ ਵੀ ਇਹਨਾਂ ਦਾ ਹੈਲਥ ਡਿਪਾਰਟਮੈਂਟ ਦੇ ਵਿੱਚ ਸੀਗੇ, ਉਹਨਾਂ ਦੀ ਐਕਸੀਡੈਂਟ 'ਤੇ ਡੈਥ ਹੋ ਗਈ ਸੀ, ਉਹਨਾਂ ਦਾ ਮੈਰਿਜ ਹੋਈ ਸੀ, ਉਹਨਾਂ ਦੇ ਵੀ ਇੱਕ ਬੇਟਾ ਸੀਗਾ। ਬੇਟੇ ਦੀ ਡੈਥ ਤੋਂ ਬਾਅਦ ਘਰ ਦੇ ਵਿੱਚ ਫਿਰ ਖੁਸ਼ੀਆਂ ਵਾ ਜਿਹੜੀਆਂ ਦੂਰ ਹੁੰਦੀਆਂ ਗਈਆਂ ਘਰ ਦੇ ਵਿੱਚ, ਪਤਾ ਨਹੀਂ ਕਹਿੰਦੇ ਵੀ ਕਿਹੜੀ ਉਹ ਕਰਮਾਂ ਦੀ ਮਾਰ ਪਈ। ਉਸ ਤੋਂ ਬਾਅਦ ਸਰਦਾਰ ਸੁਰਿੰਦਰ ਸਿੰਘ ਜੀ ਵੀ ਚੜ੍ਹਾਈ ਕਰ ਗਏ। ਸੁਰਿੰਦਰ ਸਿੰਘ ਜੀ ਦੀ ਡੈਥ ਤੋਂ ਬਾਅਦ ਤਾਂ ਫਿਰ ਉਹਨਾਂ ਦੀ ਬੇਟੀ ਹੈ ਜਿਹੜੀ ਰਵਨੀਤ ਕੌਰ, ਉਹਨੇ ਇੱਕ ਮੈਰਿਜ ਕਰਵਾ ਲਈ, ਨਵਨੀਤ ਕੌਰ, ਅਤੇ ਇਹਨੇ ਭੈਣ ਨੇ ਮੈਰਿਜ ਕਰਵਾ ਲਈ। ਮੈਰਿਜ ਜਿਹੜੀ ਹੋਈ ਸੀ, ਉਹ ਬੰਦਾ ਜਿਹਦੇ ਨਾਲ ਮੈਰਿਜ ਹੋਈ ਸੀ ਉਹ ਨਸ਼ੇ ਵਗੈਰਾ ਜ਼ਿਆਦਾ ਕਰਦਾ ਸੀ, ਬਹੁਤ ਜ਼ਿਆਦਾ। ਆਂਟੀ ਦੱਸਦੇ ਆ ਵੀ ਇਹਨਾਂ ਦੀ ਗੱਡੀ, ਇਹਨਾਂ ਦਾ ਸੋਨਾ ਗਹਿਣੇ ਸਭ ਕੁਛ ਵੇਚਤਾ ਨਸ਼ੇ ਦੇ ਵਿੱਚ। ਉਹ ਇਹਨਾਂ ਨੂੰ ਵੀ ਨਸ਼ੇ ਕਰਾਉਣ ਲੱਗ ਗਿਆ, ਨਵਨੀਤ ਭੈਣ ਨੂੰ ਵੀ ਨਾਲ। ਦੱਸਦੇ ਆ ਕੀ ਨਸ਼ਾ ਕਰਦੇ ਸੀ ਆਂਟੀ? ਸੱਪ ਦੀ ਜ਼ਹਿਰ ਕੋਈ ਇੱਦਾਂ ਦਾ ਕੋਈ ਨਸ਼ਾ ਦੱਸਦੇ ਆਂਟੀ? ਕਹਿੰਦੀ ਕੋਈ ਸੱਪ ਦੀ ਜ਼ਹਿਰ ਦਾ ਕੋਈ ਨਸ਼ਾ ਕਰਦੇ ਸੀ, ਫੋਇਲ ਪੇਪਰ 'ਤੇ ਲਾ ਕੇ, ਹੋ ਸਕਦਾ ਸਮੈਕ ਪੀਂਦੇ ਹੋਣ ਜਾਂ ਹੈਰਨ ਪੀਂਦੇ ਹੋਣ ਜਾਂ ਕੀ ਪੀਂਦੇ ਹੋਣ, ਜਾਣੀ ਕਿ ਨਸ਼ਾ ਕਰਦਾ ਸੀ। ਨਸ਼ੇ ਦੇ ਵਿੱਚ ਉਹਨੇ ਇਸ ਘਰ ਨੂੰ ਬਰਬਾਦ ਹੀ ਕਰਤਾ। ਇੱਥੇ ਆ ਕੇ ਵੀ ਰਿਹਾ ਫਿਰ ਤੁਹਾਡੇ ਕੋਲ ਉਹ ਹਸਬੈਂਡ ਇਹਦਾ? ਕਦੀ ਕਦੀ ਰਹਿੰਦਾ ਸੀ, ਬਸ ਕਿਰਾਏ 'ਤੇ ਲਿੱਤਾ ਹੋਇਆ ਸੀ ਇਹਨਾਂ ਨੇ ਮਕਾਨ, ਫਿਰ ਇਹਨੂੰ ਛੱਡ ਹੀ ਗਿਆ ਸੀ, ਛੱਡ ਕੇ ਚਲਾ ਗਿਆ। ਫਿਰ ਬੇਟੀ ਇਹਦੇ ਹੋਈ ਇੱਕ ਜਿਹੜੀ, ਉਹਦਾ ਕੀ ਨਾਮ ਬੱਚੀ ਦਾ? ਤਨਵੀ। ਉਹ ਕਿੰਨੇ ਸਾਲ ਦੀ ਹੋ ਗਈ ਹੁਣ? 7 ਦੀ ਹੋ ਗਈ ਅਕਤੂਬਰ। ਉਹ ਹੈਗੀ ਹੈ ਨਾਲ? ਲਿਆਂਦੀ ਹੈ? ਆਈ ਹੈ? ਲਿਆਂਦੀ ਨਹੀਂ ਵੈਸੇ ਮੈਂ। ਓਕੇ, ਆਰਡਰ ਹੈ ਗਏ ਨੇ ਲੈ ਲਓ। ਓਕੇ, ਉਹ ਤਨਵੀ ਨੂੰ ਵੀ ਫਿਰ ਇਹ ਭੈਣ ਮੈਂਟਲੀ ਅਪਸੈਟ ਹੋਣ ਕਰਕੇ ਮਾਰਦੀ ਕੁੱਟਦੀ ਸੀ, ਆਪਣੀ ਮੰਮੀ ਨੂੰ ਵੀ ਮਾਰਦੀ ਕੁੱਟਦੀ ਸੀ ਬਹੁਤ ਜ਼ਿਆਦਾ, ਇਹਦਾ ਗਲ ਘੁੱਟ ਦਿੰਦੀ ਸੀਗੀ ਭੈਣ। ਅਤੇ ਤਨਵੀ ਦਾ ਤਾਂ ਕਈ ਵਾਰੀ ਇੱਦਾਂ ਦੇ ਹਾਲਾਤ ਹੋ ਗਏ ਸੀਗੇ ਵੀ ਉਹ ਬੱਚੀ ਨੂੰ, ਛੋਟੀ ਜੀ ਨੂੰ ਇਸ ਤਰੀਕੇ ਨਾਲ ਹਰਾਸ ਕਰਦੀ ਸੀ ਵੀ ਅਸੀਂ ਐਕਸਪਲੇਨ ਵੀ ਨਹੀਂ ਕਰ ਸਕਦੇ ਵੀ ਉਹ ਬੱਚੀ ਦੇ ਨਾਲ ਇੱਕ ਮਦਰ ਉਹਦੀ ਕਿੱਦਾਂ ਟ੍ਰੀਟ ਕਰਦੀ ਸੀ। ਫਿਰ ਆਂਟੀ ਹੁਣੀ ਪੜ੍ਹੇ ਲਿਖੇ ਸੀ, ਆਫਿਸਰ ਰਹੇ ਆਪ, ਇਹਨਾਂ ਨੇ ਪੁਲਿਸ ਨੂੰ ਕੰਪਲੇਂਟ ਕੀਤੀ, ਆਰਡਰ ਹੋਏ, ਯਾਨੀ ਕਿ ਕੋਰਟ ਦੇ ਵਿੱਚੋਂ ਫਿਰ ਇਹਨਾਂ ਨੂੰ ਇਹ ਆਰਡਰ ਹੋਏ, ਬੱਚਿਆਂ ਆ ਜਿਹੜੀ ਆਰਡਰ ਫੋਰ ਦਾ ਪਲੇਸਮੈਂਟ ਆਫ ਚਾਈਲਡ, ਇਹਨਾਂ ਨੂੰ ਫਿਰ ਉੱਥੇ ਅਲੱਗ ਬੱਚੇ ਦੀ ਕੇਅਰ ਕਰਨ ਵਾਸਤੇ ਇਹ ਕੋਠੀ ਰੈਂਟ 'ਤੇ ਰਹਿੰਦੇ ਹੋ ਫਿਰ ਹੁਣ ਤੁਸੀਂ ਆਂਟੀ ਉੱਥੇ? ਇਹ ਆਂਟੀ ਹੁਣ ਰੈਂਟ 'ਤੇ ਰਹਿ ਕੇ ਆਪਣੀ ਦੋਹਤੀ ਨੂੰ ਅਲੱਗ ਪਾਲ ਰਹੇ ਨੇ ਪਿਛਲੇ 4 ਸਾਲਾਂ ਤੋਂ। ਅਤੇ 3 ਸਾਲ ਦੀ ਸੀ ਜਦੋਂ ਤਨਵੀ ਛੋਟੀ ਜੀ ਸੀ, ਜਿੱਦਣ ਯਾਨੀ ਕਿ ਉਹਨਾਂ ਇਹ ਆਂਟੀ ਨੇ ਨਾਨੀ ਨੇ ਪਾਲੀ ਹੈ ਦੋਹਤੀ, ਅਤੇ 3 ਸਾਲ ਦੀ ਸੀ ਉਹ ਜਦੋਂ ਇਹਨਾਂ ਨੂੰ ਅਲੱਗ ਹੋਣਾ ਪੈ ਗਿਆ ਸੀ, ਕਿਉਂਕਿ ਬੱਚੀ ਵੀ ਡਰਦੀ ਆ ਆਪਣੀ ਮਾਂ ਤੋਂ, ਅਤੇ ਆਂਟੀ ਵੀ ਡਰਦੇ ਆਪਣੀ ਬੇਟੀ ਤੋਂ ਵੀ ਉਹਦੇ ਕੋਲ ਪੈਣਾ ਬਹਿਣਾ ਮੁਸ਼ਕਲ ਆ, ਡਰ ਲੱਗਦਾ। ਫਿਰ ਇੱਕ ਹੋਰ ਇਸ ਤੋਂ ਵੱਡੀ ਦੇਖੋ ਗੱਲ, ਸਾਡਾ ਅਸੀਂ ਹਮੇਸ਼ਾ ਕਹਿੰਦੇ ਹਾਂ ਵੀ ਸਾਡਾ ਸਿਸਟਮ ਆ ਜਿਹੜਾ ਉਹ ਅੱਜ ਐਗਜਿਸਟ ਨਹੀਂ ਕਰ ਰਿਹਾ ਕਿਤੇ ਵੀ, ਇਹ ਵਾਕਈ ਸੱਚ। ਅੱਜ ਮੋਹਾਲੀ ਵਰਗੇ ਸ਼ਹਿਰ ਦੇ ਵਿੱਚ ਖੜ੍ਹੇ ਹਾਂ ਅਸੀਂ, ਅਤੇ ਇੱਥੋਂ ਦੇ ਐਮ ਸੀ ਸਾਹਿਬ ਖੜ੍ਹੇ ਨੇ, ਐਮ ਸੀ ਸਾਹਿਬ ਇੱਥੇ ਆ ਜਾਓ, ਇੱਥੇ ਇਸ ਮੁਹੱਲੇ ਦੀਆਂ ਚੰਗੀਆਂ ਸ਼ਖਸੀਅਤਾਂ ਸਾਡੇ ਕੋਲ ਨੇ, ਬਾਈ ਜੀ ਹੁਣ ਇੱਥੇ ਆ ਜਾਓ ਵੀਰ ਜੀ। ਅੱਗੇ ਤੁਸੀਂ ਲੋਕਲ ਆਂਢ ਗੁਆਂਢ ਘਰ ਆ ਤੁਹਾਡੇ, ਹੈ ਨਾ, ਤੁਸੀਂ ਕੀ ਕੋਸ਼ਿਸ਼ ਕੀਤੀ ਇਹਦੀ ਹੈਲਪ ਲਈ ਕੁੜੀ ਦੇ ਲਈ ਜੀ?
ਅਸੀਂ ਤਾਂ ਜੀ ਹਰ ਪ੍ਰਕਾਰ ਦੀ ਕੋਸ਼ਿਸ਼ ਕਹਿੰਦੇ ਵੀ ਚਲੋ ਇਹ ਵਿਚਾਰੇ ਇੰਨੇ ਨਰਕ ਦੀ ਜ਼ਿੰਦਗੀ 'ਚ ਬਤੀਤ ਕਰ ਰਹੀ ਆ ਆਪਣੇ ਆਪ 'ਚ ਵੀ ਇਹ ਚਲੋ ਠੀਕ ਹੋ ਜਾਏ ਆਪਣੇ ਮਾਂ ਬਾਪ 'ਚ ਮਾਂ ਦੀ ਬਜ਼ੁਰਗ ਮਾਤਾ ਦੀ ਸੇਵਾ ਕਰੇ ਆਪਣੇ ਬੱਚੀ ਨੂੰ ਸਾਂਭੇ। ਤੁਸੀਂ ਔਡਰ ਕਰਾਏ ਤੁਸੀਂ ਡੀਸੀ ਲੈਵਲ ਤੱਕ ਵੀ ਗਏ? ਹਾਂਜੀ ਅਸੀਂ ਆਪਣੇ ਲੈਵਲ 'ਤੇ ਮਾਤਾ ਜੀ ਵੀ ਸਾਡੇ ਨਾਲ ਸੀਗੇ ਇਹਨਾਂ ਨੇ ਕਾਫੀ ਕੋਸ਼ਿਸ਼ ਕੀਤੀ। ਅਸੀਂ ਹੈਲਥ ਮਿਨਿਸਟਰ ਬਲਵੀਰ ਸਿੰਘ ਸਿੱਧੂ ਕੋਲ ਵੀ ਗਏ ਉਹਨਾਂ ਨੇ ਡੀਸੀ ਨੂੰ ਮਾਰਕ ਕੀਤੀ ਪਰ ਸਾਨੂੰ ਉੱਥੋਂ ਕੋਈ ਅਪਡੇਟ ਨਹੀਂ ਮਿਲੀ। ਅਸੀਂ ਫਿਰ ਉਸ ਤੋਂ ਬਾਅਦ ਮਤਲਬ ਹਰ ਤਰ੍ਹਾਂ ਦਾ ਉਪਰਾਲਾ ਅਸੀਂ ਵੀ ਮਾਤਾ ਜੀ ਨੇ ਵੀ ਕੀਤਾ ਵੀ ਇਹਦੇ ਵਿੱਚ ਜ਼ਿੰਦਗੀ ਕਿਸੇ ਤਰੀਕੇ ਦੀ ਹੱਲ ਹੋ ਜਾਵੇ। ਹੈਲਥ ਮਿਨਿਸਟਰ ਬਲਵੀਰ ਸਿੰਘ ਸਿੱਧੂ ਜੀ ਜਿਹੜੇ ਹੁਣ ਅੱਜ ਹੈਲਥ ਮਿਨਿਸਟਰ ਨਹੀਂ ਰਹੇ ਵੈਸੇ ਉਹਨਾਂ ਤੋਂ ਇਹਨਾਂ ਨੇ ਲੈਟਰ ਮਾਰਕ ਕਰਾ ਕੇ ਡੀਸੀ ਸਾਹਿਬ ਨੂੰ ਦਿੱਤੀ ਵੀ ਕਿਸੇ ਤਰੀਕੇ ਇਸ ਭੈਣ ਨੂੰ ਕਿਸੇ ਚੰਗੀ ਥਾਂ 'ਤੇ ਭੇਜਿਆ ਜਾਵੇ, ਕੋਈ ਨਾਰੀ ਨਿਕੇਤਨ 'ਚ ਭੇਜਿਆ ਜਾਵੇ ਜਿੱਥੇ ਉਹਦਾ ਟ੍ਰੀਟਮੈਂਟ ਹੋਵੇ। ਆਂਢ ਗੁਆਂਢ ਦੇ ਲੋਕਾਂ ਦੀਆਂ ਗੱਡੀਆਂ ਭੰਨਦੀ ਆ, ਗਾਲਾਂ ਕੱਢਦੀ ਆ, ਅੱਗ ਲਾ ਦਿੰਦੀ ਆ ਉੱਪਰ ਤੱਕ ਅੱਗ। ਮਾਤਾ ਜੀ ਦੱਸਦੇ ਨੇ ਇਹਨਾਂ ਦੇ ਹਸਬੈਂਡ ਦੇ ਜਿਹੜੇ ਮੈਡਲ ਜਿੱਤੇ ਹੋਏ ਸੀ ਉਹਨਾਂ ਤੱਕ ਨੂੰ ਸਾਰੇ ਕਾਸੇ ਨੂੰ ਉਹਨੇ ਮਚਾਤਾ, ਅੱਗ ਲਾ ਕੇ ਫੂਕਤਾ ਸਾਰਾ ਕੁਛ। ਇਹ ਭੈਣ ਖੜੀ ਆ ਰੁਪਿੰਦਰ ਕੌਰ, ਇਹਦਾ ਬਿਲਕੁਲ ਇਹ ਸਾਹਮਣੇ ਘਰ ਆ, ਭੈਣ ਦੀ ਨਾਲ ਕੱਪੜੇ ਦੀ ਸ਼ੋਪ ਆ। ਇਸ ਭੈਣ ਨੇ ਸਾਨੂੰ ਵੀਡੀਓ ਬਣਾ ਕੇ ਦੱਸਿਆ ਅਤੇ ਜਿਹਦੇ ਕਰਕੇ ਅਸੀਂ ਅੱਜ ਇੱਥੇ ਪਹੁੰਚੇ ਹਾਂ। ਅੱਜ ਅਸੀਂ ਕੋਸ਼ਿਸ਼ ਕਰਾਂਗੇ ਨਵਨੀਤ ਕੌਰ ਭੈਣ ਦੀ ਮਦਦ ਕਰਨ ਦੀ, ਤਨਵੀ ਦੀ ਮੰਮੀ ਦੀ ਮਦਦ ਕਰਨ ਦੀ, ਅਤੇ ਸਾਡੀ ਮਾਂ ਵਿਚਾਰੀ ਜਿਹੜੀ ਦੁਖਿਆਰੀ ਆਪਣਾ ਘਰ ਬਾਰ ਛੱਡੀ ਬੈਠੀ ਆ ਰੋਨਮਾ, ਆਪਣੀ ਬੇਟੀ ਤੋਂ ਆਪਣੀਆਂ ਢਿੱਡੋਂ ਜੰਮੀ ਧੀ ਤੋਂ ਅੱਜ ਇਹਨੂੰ ਮਾਂ ਨੂੰ ਡਰ ਲੱਗ ਰਿਹਾ, 4 ਸਾਲ ਤੋਂ ਉਹ ਤੋਂ ਦੂਰ ਰਹਿ ਰਹੀ ਆ। ਆਪਣੇ ਹੱਥੀਂ ਬਣਾਏ ਇੱਕ ਸੁਪਨਿਆਂ ਦੇ ਮਹਿਲ ਦਾ ਅੰਦਰ ਰਹਿ ਕੇ ਉਹ ਅੱਜ ਆਨੰਦ ਵੀ ਨਹੀਂ ਮਾਣ ਸਕਦੀ। ਆਪਣੇ ਘਰ 'ਚ ਰਹਿਣ 'ਤੇ ਵੀ ਇਹ ਮਾਤਾ ਜੀ ਇਸ ਟਾਈਮ ਦੂਰ ਹੋ ਚੁੱਕੇ ਆ ਆਪਣੇ ਘਰ ਤੋਂ, ਕਿਉਂਕਿ ਡਰ ਲੱਗਦਾ ਆਪਣੀ ਬੇਟੀ ਤੋਂ। ਆਪਣੀ ਛੋਟੀ ਜਿਹੀ ਦੋਹਤੀ ਨੂੰ 7 ਸਾਲਾਂ ਦੀ ਤੋਂ ਪਾਲ ਰਹੇ ਆ, ਅਤੇ ਇਹ ਇਹਨਾਂ ਦੇ ਰਿਸ਼ਤੇਦਾਰ ਨੇ, ਆਂਟੀ ਵੀ ਆ, ਭੈਣ ਜੀ ਹੁਣੀ ਵੀ ਸਾਡੇ ਜਿਹੜੇ ਹੈਗੇ ਨੇ ਲੈਕਚਰਾਰ ਲੱਗੇ ਹੋਏ ਨੇ ਖਾਲਸਾ ਕਾਲਜ ਦੇ ਵਿੱਚ। ਇਹਨਾਂ ਦੇ ਹਸਬੈਂਡ ਨੇ, ਬਾਈ ਤੁਹਾਡਾ ਕੀ ਨਾਂ? ਰਵਨੀਤ ਸਿੰਘ ਨੇ, ਉਹਨਾਂ ਦੇ ਭੈਣ ਦੇ ਮਾਮਾ ਜੀ ਦੇ ਬੇਟੇ ਨੇ, ਇਹ ਆਂਟੀ ਦੇ ਬ੍ਰਦਰ ਦੇ ਬੇਟੇ ਨੇ, ਇਹ ਉਹਨਾਂ ਦੇ ਵਾਈਫ ਨੇ, ਇਹ ਨਾਲ ਆਏ ਨੇ। ਯਾਨੀ ਕਿ ਅੱਜ ਇਸ ਮਾਂ ਨੂੰ ਜੇ ਸਹਾਰੇ ਦੀ ਲੋੜ ਆ ਤਾਂ ਆਪਣੀ ਧੀ ਦੇ, ਕਿਉਂਕਿ ਪੁੱਤ ਚਲਿਆ ਗਿਆ ਜਵਾਨੀ ਦੇ ਵਿੱਚ ਛੱਡ ਕੇ, ਐਕਸੀਡੈਂਟ ਹੋ ਗਿਆ, ਕਿੱਡਾ ਦੁੱਖ ਝੱਲਿਆ ਇਸ ਮਾਂ ਨੇ। ਜਵਾਨ ਪੁੱਤ ਚਲਿਆ ਗਿਆ, ਸਿਰ ਦਾ ਸਾਈਂ ਚਲਿਆ ਗਿਆ, ਜਿਹੜੀ ਇੱਕ ਇਕੱਲੀ ਇਕਲੌਤੀ ਸਹਾਰਾ ਬਚੀ ਸੀ ਨਵਨੀਤ ਕੌਰ, ਉਹਨੇ ਅੰਗੇਜ਼ ਹੋ ਕੇ ਮੈਰਿਜ ਕਰਾ ਲਈ। ਮੈਰਿਜ ਨੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਤੇ, ਉਹ ਨਸ਼ੇ ਕਰਨ ਵਾਲਾ ਬੰਦੇ ਨੇ ਘਰ ਹੀ ਪੱਟਤਾ ਸਾਰਾ, ਘਰ ਦੀ ਉਹ ਹਰ ਚੀਜ਼ ਤਹਿਸ ਨਹਿਸ ਕਰਤੀ, ਜਾਂ ਤਾਂ ਉਹ ਵੇਚ ਦਿੱਤੀ ਗਈ ਜਾਂ ਉਹਨੂੰ ਜਲਾ ਦਿੱਤਾ ਗਿਆ। ਅੱਜ 7-8 ਸਾਲ ਹੋ ਗਏ ਆਂਟੀ ਇਹਨਾਂ ਨੂੰ, ਇੱਦਾਂ ਕੁੜੀ ਨੂੰ ਹੋਏ ਨੂੰ, ਕੁੜੀ ਨੂੰ ਮੈਂਟਲੀ ਹੋਏ ਨੂੰ 8 ਸਾਲ ਹੋ ਗਏ। 8 ਸਾਲ ਤੋਂ ਭੈਣ ਮੈਂਟਲੀ ਅਪਸੈਟ ਆ, ਅਤੇ 4 ਸਾਲ ਤੋਂ ਇਕੱਲੀ ਇਸ ਘਰ 'ਚ ਰਹਿ ਰਹੀ ਆ, ਅਤੇ ਘਰ ਦੇ ਵਿੱਚ ਕਈ ਵਾਰੀ ਧੂੰਆਂ ਨਿਕਲਦਾ, ਅੱਗ ਲੱਗ ਜਾਂਦੀ ਹੈ, ਕਈ ਵਾਰੀ ਆਂਢੀਆਂ ਗੁਆਂਢੀਆਂ ਦੀ ਗੱਡੀਆਂ ਭੰਨ ਦਿੰਦੀ ਆ, ਅਤੇ ਉਹ ਨਵਨੀਤ ਕੌਰ ਦੇ ਅੱਗੇ ਹੋ ਕੇ ਕਹਿਣ ਵਾਲਾ ਵੀ ਕੋਈ ਨਹੀਂ, ਕਿਉਂਕਿ ਮੁਹੱਲੇ ਦੇ ਲੋਕ ਵੀ ਉਹ ਤੋਂ ਡਰਦੇ ਆ। ਇੱਕ ਤਾਂ ਫੀਮੇਲ ਆ, ਫੀਮੇਲ ਹੋਣ ਦੇ ਚੱਕਰ ਦੇ ਵਿੱਚ ਇੱਕ ਮੇਲ ਪਰਸਨ ਜਾਂ ਕੋਈ ਹੋਰ ਬੰਦਾ ਉਹਨੂੰ ਕੁਛ ਕਹਿ ਵੀ ਨਹੀਂ ਸਕਦਾ। ਰੁਪਿੰਦਰ ਭੈਣ ਦੱਸਦੇ ਆ ਵੀ ਕਈ ਵਾਰੀ ਜੇ ਕਿਤੇ ਇਹ ਉਹਨੂੰ ਕਹਿ ਦਿੰਦੇ ਆ ਤਾਂ ਇਹਨਾਂ ਦੇ ਆਖੇ ਲੱਗ ਜਾਂਦੀ ਆ ਵੀ ਜੇ ਬਾਹਰ ਕਿਸੇ ਨਾਲ ਲੜ ਰਹੀ ਹੋਵੇ ਜਾਂ ਕੋਈ ਉਹਨੂੰ ਮਾਰ ਰਿਹਾ ਜਾਂ ਉਹ ਕਿਸੇ ਨੂੰ ਮਾਰ ਰਹੀ ਹੋਵੇ। ਇੱਕ ਹੋਰ ਬੜੀ ਦੁੱਖ ਦੀ ਗੱਲ ਆ ਵੀ ਬਿਲਕੁਲ ਸਾਹਮਣੇ ਹੋਸਪਿਟਲ ਆ, ਸਿਵਲ ਹੋਸਪਿਟਲ, ਸਾਹਮਣੇ ਪੁਲਿਸ ਚੌਂਕੀ ਆ। ਇਹ ਘਰ ਦੇ 2 ਗੇਟ ਆ, ਇੱਕ ਉਸ ਸਾਈਡ ਗੇਟ ਆ ਵੱਡੀ ਰੋਡ ਦੇ ਉੱਪਰ, ਆ ਸਾਹਮਣੇ ਸਿਵਲ ਹੋਸਪਿਟਲ ਆ ਜੀ, ਸਰਕਾਰੀ ਹੋਸਪਿਟਲ, ਅਤੇ ਇਹਦੇ ਵਿੱਚ ਹੀ ਅੰਦਰ ਚੌਂਕੀ ਆ, ਪੁਲਿਸ ਚੌਂਕੀ ਆ। ਅਤੇ ਇਹ ਪਰ ਨਹੀਂ ਮਾਰਦੀ, ਇੰਨਾ ਹੈ ਬੱਚੇ ਨਾਲ ਇੰਨਾ ਮੁਸ਼ਕਿਲ ਹੋ ਜਾਂਦਾ ਸੀ। ਦੇਖੋ ਜੀ, ਹੁਣ ਅਸੀਂ ਜੇ ਇਹਨੂੰ ਭੈਣ ਨੂੰ ਆਪਣੇ ਕੋਲ ਲੈ ਕੇ ਜਾਵਾਂਗੇ, ਉੱਥੇ ਰੱਖ ਕੇ ਇਹਨੂੰ ਦਵਾਈ ਦੇਵਾਂਗੇ, ਇੱਕ ਤਾਂ ਸਾਨੂੰ ਤੁਹਾਡੀ ਪਰਮਿਸ਼ਨ ਤੁਹਾਡੇ ਰਿਸ਼ਤੇਦਾਰਾਂ ਦੀ, ਇੱਕ ਸਾਨੂੰ ਚਾਹੀਦਾ ਆਂਟੀ ਚਲੋ ਡਰਦੇ ਆ ਪਰ ਸਾਡੇ ਹੁੰਦੇ ਆ, ਇਹਨਾਂ ਨੂੰ ਕੁਛ ਨਹੀਂ ਕਹਿਣਗੇ, ਇਹਨਾਂ ਨੂੰ ਇੱਕ ਕਮਿਟਮੈਂਟ ਕਰਨੀ ਪਊਗੀ ਸਾਡੇ ਕੋਲ, ਉੱਥੇ ਵਿਜ਼ਿਟ ਕਰਨੀ ਪਿਆ ਕਰੂਗੀ, ਮੰਥ 'ਚ ਇੱਕ ਵਾਰ ਪਲੀਜ਼ ਸਾਡੇ ਕੋਲ ਆਉਣ, ਕਿਉਂਕਿ ਜੇ ਉਹਨੇ ਠੀਕ ਹੋਣਾ, ਮੰਨ ਲਓ ਉਹ ਠੀਕ ਹੋਣ ਤੋਂ ਬਾਅਦ ਸਾਨੂੰ ਤਾਂ ਜਾਣਦੀ ਨਹੀਂ, ਉਹ ਤੁਹਾਨੂੰ ਜਾਣਦੀ ਹੈ, ਤੁਹਾਡੇ ਚਿਹਰਿਆਂ ਨੂੰ ਪਹਿਚਾਣਦੀ ਆ, ਜੇ ਤੁਸੀਂ ਉਹਦੇ ਸਾਹਮਣੇ ਨਹੀਂ ਹੋਵੋਗੇ ਤਾਂ ਫਿਰ ਡਿਪਰੈਸ਼ਨ ਚਲੇ ਜਾਓ। ਹਾਂ ਬਸ ਪਲੀਜ਼ ਸਾਡਾ ਸਾਥ ਦਿਓ, ਸਾਡਾ ਬੱਚਾ ਜੀ ਠੀਕ ਹੋ ਜਾਏ।
ਬਸ ਆਂਟੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਆਪਾਂ ਹੁਣ ਅੰਦਰ ਚੱਲਦੇ ਹਾਂ ਆ ਜੋ ਦੇਖਦੇ ਹਾਂ ਆਪਾਂ ਵੀ ਕੀ ਕੰਡੀਸ਼ਨ ਹੈ ਤੁਸੀਂ ਥੋੜ੍ਹਾ ਪਿੱਛੇ ਰਹੋ ਤੁਹਾਨੂੰ ਤੁਹਾਡੇ 'ਤੇ ਮਾਰ ਨਹੀਂ ਦਿੰਦੇ ਐਡੀ ਛੇਤੀ ਨਾ ਡਰਿਓ ਨਾ ਆ ਸਾਰੇ ਮੁਹੱਲੇ ਵਾਲੇ ਖੜੇ ਨੇ ਕੋਈ ਐਂ ਨਹੀਂ ਵੀ ਇੱਕਦਮ ਆਪਾਂ ਨੂੰ ਉਹ ਮਾਰ ਦੂਗੀ ਆ ਕੇ ਜਾਂ ਕੁਛ ਆਪਣੇ 'ਤੇ ਅਟੈਕ ਕਰ ਦੂ ਅਤੇ ਆਪਾਂ ਟਰਾਈ ਕਰਦੇ ਹਾਂ ਜੀ ਅੱਜ ਕਰਵਾ ਚੌਥ ਵੀ ਹੈ ਕਈ ਸਾਡੇ ਇੱਥੇ ਖੜਿਆਂ ਖੜਿਆਂ ਹੀ ਆਂਟੀਆਂ ਭੈਣਾਂ ਸਾਡੀਆਂ ਜਾ ਰਹੇ ਨੇ ਅਤੇ ਅਸੀਂ ਅੱਜ ਕਰਵਾ ਚੌਥ ਦੇ ਦਿਨ ਕੋਸ਼ਿਸ਼ ਕਰਾਂਗੇ ਵੀ ਇਸ ਘਰ ਦੇ ਵਿੱਚ ਵੀ ਖੁਸ਼ੀਆਂ ਕਿਸੇ ਤਰੀਕੇ ਵਾਪਸ ਆ ਸਕਣ ਜਾਂ ਲਾਈਟ ਵੀ ਹੈ ਨੀਗੀ ਬਿਜਲੀ ਦਾ ਬਿੱਲ ਨਾ ਜਮ੍ਹਾਂ ਹੋਣ ਕਰਕੇ ਮੀਟਰ ਵੀ ਕੱਟ ਗਏ ਨੇ ਇਸੇ ਜਗ੍ਹਾ ਤੋਂ ਹੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਇਸ ਘਰ ਦੇ ਵਿੱਚ ਕਿੱਦਾਂ ਦੇ ਹਾਲਾਤ ਨੇ ਨਵਨੀਤ ਭੈਣ ਵੀਡੀਓ ਨੂੰ ਪਲੀਜ਼ ਸ਼ੇਅਰ ਕਰਿਓ ਜ਼ਰੂਰ ਨਵਨੀਤ ਕੁਰੇ ਦੇਖੋ ਤੁਸੀਂ ਭੈਣੇ ਮਾਰੇ ਵਾ ਸ਼ਾਇਦ ਤੁਹਾਡੇ ਕਹਿਣ ਤੇ ਦੇਖੋ ਹੱਸਦੇ ਵਸਦੇ ਘਰ ਦੇ ਵਿੱਚ ਕੀ ਹਾਲਾਤ ਬਣੇ ਹੋਏ ਆ ਬਿੱਡਾਂ ਦੇ ਗੱਦੇ ਕਿੱਦਾਂ ਕੋਟਨਸ ਇੱਧਰ ਲਾਈਟ ਮਾਰੋ ਕਾਕਾ ਅੱਗੇ ਦੇਖੋ ਘਰ ਦੇ ਵਿੱਚ ਉਹ ਹਰ ਸੁੱਖ ਸਹੂਲਤ ਸੀ ਹਰ ਉਹ ਖੁਸ਼ੀਆਂ ਸੀਗੀਆਂ ਇਸ ਘਰ ਦੇ ਵਿੱਚ ਪਰ ਉਹ ਸਤਿ ਸ਼੍ਰੀ ਅਕਾਲ ਭੈਣੇ ਹੋਰ ਭੈਣੇ ਠੀਕ ਠਾਕ ਹੋ ਮੇਰੀ ਭੈਣ ਅਸੀਂ ਪਹਿਲਾਂ ਤਾਂ ਤੇਰੇ ਭਰਾ ਵਾਂ ਸਤਿ ਸ਼੍ਰੀ ਅਕਾਲ ਮੈਂ ਤੇਰੇ ਸਿਰ 'ਤੇ ਹੱਥ ਰੱਖ ਕੇ ਤੇਰਾ ਭਰਾ ਇੱਥੇ ਅਸੀਂ ਬਣ ਕੇ ਪਹੁੰਚੇ ਹਾਂ ਅਤੇ ਅਸੀਂ ਤੇਰੀ ਮਦਦ ਲਈ ਆਏ ਹਾਂ ਮੇਰੀ ਭੈਣ ਤੁਹਾਡਾ ਘਰ ਦੇ ਵਿੱਚ ਅਸੀਂ ਦੇਖਿਆ ਵੀ ਕੀ ਹਾਲਾਤ ਨੇ ਹੈ ਨਾ ਅਤੇ ਅਸੀਂ ਚਾਹੁੰਦੇ ਸੀ ਵੀ ਤੁਹਾਡੀ ਅਸੀਂ ਕੋਈ ਹੈਲਪ ਕਰ ਸਕੀਏ ਤੁਹਾਡਾ ਨਾਮ ਕੀ ਹੈ ਭੈਣੇ ਨਵਨੀਤ ਕੌਰ ਇੱਥੇ ਗੱਲ ਸੁਣੋ ਬਾਹਰ ਨਹੀਂ ਆਪਾਂ ਡਰਨਾ ਨਹੀਂ ਭੈਣੇ ਰੁਪਿੰਦਰ ਭੈਣ ਨਾਲ ਨੇ ਆਪਣੇ ਕੋਲ ਆ ਅਸੀਂ ਤੇਰੇ ਭਰਾ ਵਾਂ ਤੇਰੇ ਸਿਰ 'ਤੇ ਹੱਥ ਤਾਂ ਹੀ ਰੱਖਿਆ ਸਭ ਤੋਂ ਪਹਿਲਾਂ ਵੀ ਕਿਤੇ ਤੁਹਾਡੇ ਮਨ 'ਚ ਨਾ ਜਾਵੇ ਵੀ ਅਸੀਂ ਕੋਈ ਸ਼ਾਇਦ ਕੋਈ ਉਹ ਆਏ ਹਾਂ ਤੁਹਾਡੇ ਅੰਗੇਜ਼ ਨਹੀਂ ਆਏ ਅਸੀਂ ਤੁਹਾਡੀ ਹੈਲਪ ਲਈ ਆਏ ਹਾਂ ਅਤੇ ਇਹਨਾਂ ਨੂੰ ਜਾਣਦੇ ਹੋ ਸਾਹਮਣੇ ਘਰ ਹੈ ਨਾ ਰੁਪਿੰਦਰ ਭੈਣੇ ਤੁਸੀਂ ਕਿੰਨਾ ਪੜ੍ਹੇ ਹੋਏ ਹੋ ਕੀ ਨਾਮ ਆ ਨਵਨੀਤ ਆ ਨਵਨੀਤ ਕਿੰਨਾ ਪੜ੍ਹੇ ਆ ਤੁਸੀਂ ਕਿਹੜੇ ਕਾਲਜ ਕੀਤੀ ਸੀ ਭੈਣੇ 42 ਸੈਕਟਰ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਸੀਗੀ ਓਕੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਫਿਰ ਕੁਛ ਹੋਰ ਵੀ ਕੀਤਾ ਤੁਸੀਂ ਨਹੀਂ ਮਤਲਬ ਕੋਈ ਕੋਰਸ ਕੀਤਾ ਸੀ ਕੋਈ ਹੋਰ ਨਾਲੇ ਉਹ ਦੱਸਦੇ ਸੀਗੇ ਤੁਸੀਂ ਕਹਿੰਦੇ ਹੋ ਕੋਰਸ ਕੀਤਾ ਕੰਪਿਊਟਰ ਦਾ ਇੱਕ ਪੈਥੋਲੋਜੀ ਦਾ ਕੀ ਕਹਿੰਦੇ ਸੀਗੇ ਕੋਈ ਨਹੀਂ ਕੀਤਾ ਜੋਬ ਕਿੱਥੇ ਕਰਦੇ ਸੀ ਭੈਣੇ ਸਿਆਲ ਐਸੋਸੀਏਸ਼ਨ ਓਕੇ ਭੈਣੇ ਓਕੇ ਓਕੇ ਬਹੁਤ ਵਧੀਆ ਕੀ ਜੋਬ ਸੀ ਭੈਣੇ ਉੱਥੇ ਤੁਹਾਡੀ ਫਰੰਟ ਦੇ ਸੀਗੇ ਅੱਛਾ ਫਰੰਟ ਡੈਸਕ ਦੇ ਭੈਣੇ ਜਿਵੇਂ ਤੁਹਾਡੇ ਦੇਖੋ ਪੈਰ ਪੂਰ ਕਿੱਦਾਂ ਹੁਣ ਗਲੇ ਪਏ ਨੇ ਸਾਰੇ ਹੱਥ ਪੈਰ ਆ ਜ਼ਖਮ ਕਿੱਡੇ ਕਿੱਡੇ ਹੋਏ ਪਏ ਨੇ ਆਹ ਬਾਂਹ ਦੇ ਉੱਤੇ ਦੇਖੋ ਕਿੱਡਾ ਜ਼ਖਮ ਹੋਇਆ ਪਿਆ ਆਹ ਦੇਖੋ ਮੇਰੀ ਭੈਣ ਤੁਸੀਂ ਇੰਨੇ ਪੜ੍ਹੇ ਲਿਖੇ ਹੋ ਕੇ ਇੰਨੀ ਮਾੜੀ ਕੰਡੀਸ਼ਨ 'ਚ ਰਹਿ ਰਹੇ ਹੋ ਕਿਉਂ ਤੁਹਾਡੀ ਐਡੀ ਸੋਹਣੀ ਕੋਠੀ ਆ ਤੁਹਾਡੇ ਫਾਦਰ ਸਾਹਿਬ ਫੌਜ ਦੇ ਵਿੱਚ ਕਿੱਡੇ ਰਿਪਿਊਟਡ ਆਫਿਸਰ ਸੀ ਤੁਹਾਡੇ ਮੰਮੀ ਜੋਬ ਕਰਦੇ ਸੀ ਸੁਪਰਡੈਂਟ ਸੀਗੇ ਸਾਨੂੰ ਪਤਾ ਲੱਗਿਆ ਫੂਡ ਸਪਲਾਈ ਦੇ ਵਿੱਚ ਤੁਹਾਡੇ ਬ੍ਰਦਰ ਵੀ ਫੂਡ ਸਪਲਾਈ ਸੀਗੇ ਅਤੇ ਤੁਸੀਂ ਇੰਨੀ ਵਧੀਆ ਫੈਮਿਲੀ ਨੂੰ ਬਿਲੋਂਗ ਕਰਦੇ ਹੋ ਤੁਹਾਡੇ ਬ੍ਰਦਰ ਆਏ ਨੇ ਇੱਥੇ ਸਾਡੇ ਨਾਲ ਤੁਹਾਡੇ ਮਾਮਾ ਜੀ ਦੇ ਬੇਟੇ ਆਹ ਖੜ੍ਹੇ ਨੇ ਸਰਦਾਰ ਜੀ ਇਹ ਤੁਹਾਡੇ ਭਾਬੀ ਜੀ ਖੜ੍ਹੇ ਨੇ ਜਾਣਦੇ ਹੋ ਇਹਨਾਂ ਦਾ ਕੀ ਨਾਮ ਭਾਬੀ ਜੀ ਦਾ ਕਵਲ ਕੀ ਕਰਦੇ ਨੇ ਇਹ ਕਾਹਦੇ 'ਚ ਨਹੀਂ ਇੰਨਾ ਤਾਂ ਪਤਾ ਮੇਰੀ ਭੈਣ ਨੂੰ ਇੰਨੀ ਪੜ੍ਹੀ ਲਿਖੀ ਭੈਣ ਭੁੱਲ ਸਕਦੀ ਹੈ ਕਿਤੇ ਆਪਣੀ ਭਾਬੀ ਨੂੰ ਜਿਹਨੂੰ ਤੂੰ ਨਾਲ ਜਾ ਕੇ ਉਦੋਂ ਵਿਆਹ ਕੇ ਲੈ ਕੇ ਆਈ ਸੀ ਉੱਥੇ ਗੀਤ ਗਾਏ ਸੀ ਆਪਣੇ ਭਰਾ ਦੇ ਵਿਆਹ 'ਤੇ ਤੁਸੀਂ ਉਹ ਵੀ ਕਰਿਆ ਸੀਗਾ ਦੂਜਾ ਸ਼ਗਨ ਵੀ ਲਿਆ ਸੀ ਭਰਾ ਤੋਂ ਆਪਣੇ ਤੋਂ ਲਿਆ ਸੀ ਨਾ ਪਤਾ ਨਹੀਂ ਚੇਤੇ ਨਹੀਂ ਤੈਨੂੰ ਕੁਛ ਵੀ ਜਦੋਂ ਕਵਲ ਭੈਣ ਦਾ ਵਿਆਹ ਹੋਇਆ ਸੀ
ਤੂੰ ਸਾਰੇ ਉੱਥੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਸੀ ਫੰਕਸ਼ਨ ਯਾਦ ਆ ਨਾ ਚਿੱਟਾ ਸੂਟ ਵਾਈਟ ਸੂਟ ਪਾਇਆ ਸੀ ਕਿੰਨਾ ਸੋਹਣਾ ਲੱਗਦਾ ਸੀ ਤੇਰੇ ਉੱਥੋਂ ਪਾਰਲਰ ਤੋਂ ਜਾ ਕੇ ਸਪੈਸ਼ਲ ਤੁਸੀਂ ਤਿਆਰ ਹੋ ਕੇ ਆਏ ਸੀ ਚੇਤੇ ਆ ਉਦੋਂ ਕਿਹਦਾ ਵਿਆਹ ਸੀ ਪਤਾ ਇਹ ਵੀਰੇ ਦਾ ਵਿਆਹ ਸੀ ਉਦੋਂ ਆਹ ਵੀਰੇ ਦਾ ਅੱਜ ਉਹ ਵੀਰਾ ਵੀ ਅੱਖਾਂ ਦੇ ਵਿੱਚ ਵਿਚਾਰਾ ਪਾਣੀ ਭਰੀ ਖੜਾ ਵੀ ਮੇਰੀ ਭੈਣ ਦੇ ਕੀ ਹਾਲਾਤ ਬਣ ਗਏ ਨੇ ਇਸ ਉਹਦੇ ਨਾਨਕਿਆਂ ਦੇ ਘਰ ਦੇ ਵਿੱਚ ਜਿੱਥੇ ਉਹਦੇ ਨਾਨਕ ਛੱਕਾਂ ਪੂਰਨ ਵਾਸਤੇ ਆਉਣਾ ਸੀ ਉਸ ਘਰ ਦੇ ਵਿੱਚ ਅੱਜ ਕੀ ਹਾਲਾਤ ਬਣ ਗਏ ਨੇ ਭੈਣੇ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਥੋੜ੍ਹੀ ਚੰਗੀ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਠੀਕ ਹੋਣਾ ਚਾਹੁੰਦੇ ਹੋ ਦੇਖੋ ਟਾਈਮ ਬਦਲ ਗਿਆ ਟਾਈਮ ਕਿੱਦਾਂ ਬਦਲ ਸਕਦਾ ਜਾਂ ਤਾਂ ਉਹ ਭਗਵਾਨ ਕੋਸ਼ਿਸ਼ ਕਰ ਸਕਦਾ ਜਾਂ ਭਗਵਾਨ ਇਨਸਾਨ ਦੇ ਰਾਹੀਂ ਇਨਸਾਨ ਕੋਸ਼ਿਸ਼ ਕਰ ਸਕਦਾ ਅਸੀਂ ਤੇਰੇ ਕੋਲ ਆਏ ਹਾਂ ਪਤਾ ਕਿੱਥੋਂ ਆਏ ਹਾਂ ਅਸੀਂ ਲੁਧਿਆਣੇ ਤੋਂ ਅਸੀਂ ਆਏ ਹਾਂ ਸਾਡੀ ਨਵਨੀਤ ਭੈਣ ਦੀ ਹੈਲਪ ਲਈ ਕਿਉਂਕਿ ਸਾਡੀ ਭੈਣ ਇਸ ਤਰ੍ਹਾਂ ਰਹੇ ਪੰਜਾਬ ਦੇ ਵਿੱਚ ਸਾਡੇ ਵਾਸਤੇ ਫਿਰ ਫਿੱਟ ਲਾਉਣ ਤਾਂ ਸਾਡੇ ਵਾਸਤੇ ਸ਼ਰਮ ਦੀ ਗੱਲ ਆ ਕੱਲ੍ਹ ਤੇਰੇ ਥੱਪੜ ਮਾਰੇ ਉਹਨਾਂ ਨੇ 6-7 ਸਾਨੂੰ ਬੜਾ ਦੁੱਖ ਲੱਗਿਆ ਜਦੋਂ ਪਤਾ ਲੱਗਿਆ ਥੱਲੇ ਆ ਸਾਈਡ ਸਾਰੀ ਸੁੱਜੀ ਪਈ ਆ ਦੇਖੋ ਕਿੰਨੀ ਜ਼ੋਰ ਦੇ ਥੱਪੜ ਮਾਰੇ ਕੱਲ੍ਹ ਕਿਸੇ ਨੇ ਸਾਨੂੰ ਦੱਸਿਆ ਭੈਣ ਨੂੰ ਕੁੱਟਿਆ ਗੱਲ ਕਿਸੇ ਨੇ ਦੇਖੋ ਮੂੰਹ ਇਸ ਸਾਈਡ ਸੁੱਜਿਆ ਪਿਆ ਵਾ ਅਤੇ ਕਿਉਂਕਿ ਇਹ ਠੀਕ ਨਹੀਂ ਮੈਂਟਲੀ ਵਿਚਾਰੀ ਜੇ ਇਹਨੂੰ ਸ਼ੁੱਧ ਬੁੱਧ ਹੋਵੇ ਤਾਂ ਫਿਰ ਇਹ ਆਪਣੇ ਆਪ ਨੂੰ ਇਸ ਤਰ੍ਹਾਂ ਕਿਉਂ ਰੱਖੇ ਪਰ ਉਹ ਲੋਕ ਕਮਲੇ ਨੇ ਕਿ ਇਹ ਕਮਲੀ ਆ ਵਿਚਾਰੀ ਇਹ ਸਮਝਣ ਵਾਲੀ ਗੱਲ ਆ ਅਸੀਂ ਕਈ ਵਾਰੀ ਬਲਾਇੰਡ ਪਰਸਨ ਨੂੰ ਲੈ ਕੇ ਆਉਂਦੇ ਹਾਂ ਉਹ ਜਿਹੜਾ ਬੰਦਾ ਉੱਥੇ ਪਿਆ ਹੁੰਦਾ ਉਹ ਬਲਾਇੰਡ ਨਹੀਂ ਹੁੰਦਾ ਉਹ ਲੋਕ ਬਲਾਇੰਡ ਹੁੰਦੇ ਆ ਜਿਹੜੇ ਉਹਨੂੰ ਦੇਖ ਕੇ ਉਹਦੇ ਕੋਲ ਦੀ ਨਿਕਲੇ ਜਾਂਦੇ ਆ ਉਹਦੀ ਹੈਲਪ ਨਹੀਂ ਕਰਦੇ ਇਸੇ ਤਰ੍ਹਾਂ ਹੀ ਇਹ ਨਵਨੀਤ ਭੈਣ ਮੈਂਟਲੀ ਨਹੀਂ ਹੈਗੀ ਮੈਂਟਲੀ ਅਪਸੈਟ ਉਹ ਲੋਕ ਨੇ ਜਿਹੜੇ ਇਹਨੂੰ ਕੁੱਟਦੇ ਨੇ ਜਿਹੜੇ ਇਹਦੇ 'ਤੇ ਤਸ਼ੱਦਦ ਕਰਦੇ ਨੇ ਇਹਨੂੰ ਮਾਰਦੇ ਨੇ ਅਤੇ ਇਹਦੇ ਕੱਲ੍ਹ 6-7 ਥੱਪੜ ਮਾਰੇ ਅਸੀਂ ਹੁਣ ਕਿਸੇ ਦਾ ਨਾਮ ਲੈ ਕੇ ਜਾਂ ਕਿਸੇ ਨੂੰ ਨਹੀਂ ਬਲੇਮ ਕਰਦੇ ਵੀ ਉਹ ਕੋਠੀ ਵਾਲੇ ਨੇ ਜਾਂ ਉਹਨੇ ਮਾਰੇ ਪਰ ਅੱਜ ਉਸ ਭੈਣ ਦਾ ਇਸ ਸਾਈਡ ਦਾ ਚਿਹਰੇ ਤੋਂ ਅੰਦਾਜ਼ਾ ਲਾ ਸਕਦੇ ਸੁੱਜਿਆ ਪਿਆ ਵਾ ਚਿਹਰਾ ਅਤੇ ਘਰ ਦੇ ਹਾਲਾਤ ਤੁਸੀਂ ਦੇਖ ਹੀ ਲਏ ਆ ਅਤੇ ਅਸੀਂ ਨਵਨੀਤ ਭੈਣ ਨੂੰ ਅੱਜ ਬੱਦਲ ਵੀ ਬਹੁਤ ਆ ਦੇਖੋ ਪੈਰ ਕਿੱਦਾਂ ਭੈਣ ਦੇ ਗਲੇ ਪਏ ਆ ਬਲੱਡ ਨਿਕਲ ਰਿਹਾ ਆ ਕਿੱਦਾਂ ਇਹਨੇ ਗੰਦੇ ਮਾਸਕ ਵਗੈਰਾ ਚੱਕ ਕੇ ਹੀ ਜਿਹੜੇ ਹੈਗੇ ਆ ਉਹ ਬੰਨੇ ਪਏ ਆ ਪੈਰਾਂ ਦੇ ਉੱਪਰ ਬਲੱਡ ਲੱਗਿਆ ਪਿਆ ਸਾਰੇ ਹੈ ਨਾ ਇੰਨੀ ਪੜ੍ਹੀ ਲਿਖੀ ਫੈਮਿਲੀ ਇੰਨਾ ਪੜ੍ਹਿਆ ਲਿਖਿਆ ਪਰਿਵਾਰ ਭੈਣ ਦੇ ਨਹੀਂ ਨਹੀਂ ਦੇਖੋ ਪੈਰ ਵੀ ਥੱਲਿਓਂ ਵੀ ਪੈਰ ਸਾਰੇ ਆਹ ਪੈਰ ਦਿਖਾਇਓ ਭੈਣੇ ਆਹ ਦੇਖੋ ਆਹ ਪੈਰ 'ਤੇ ਵੀ ਭੈਣ ਨੇ ਕਿੱਦਾਂ ਜਿੰਦੇ ਚਾਬੀਆਂ ਬੰਨੇ ਹੋਏ ਨੇ ਅਤੇ ਇਹ ਵਾਹਿਗੁਰੂ ਆਇਓ ਆਪਣੇ ਜਸਲੀਨ ਭੈਣ ਅੱਗੇ ਆਓ ਜਸਮੀਨ ਸਾਡੀ ਟੀਮ ਫੀਮੇਲ ਵਲੰਟੀਅਰ ਵੀ ਸਾਡੇ ਨਾਲ ਆਏ ਹੋਏ ਨੇ ਭੈਣ ਹੁਣੀ ਅਤੇ ਅਸੀਂ ਇਸ ਘਰ ਦੇ ਗਲਵਜ਼ ਪਾ ਲਾ ਅੱਗੇ ਨਿਕਲਣਾ ਭੈਣ ਆਂਟੀ ਅੱਗੇ ਆ ਜਾਓ ਮਾਤਾ ਇਹ ਸਾਡੇ ਮਾਤਾ ਜੀ ਹੁਣੀ ਮੰਮੀ ਹੁਣੀ ਮੇਰੇ ਖੁਦ ਮਾਤਾ ਜੀ ਸਾਡੇ ਮਾਤਾ ਪਵਨ ਜਸਮੀਨ ਭੈਣ ਅਸੀਂ ਉੱਥੋਂ ਤੁਰ ਪਏ ਸੀ ਪਹਿਲਾਂ ਇਹਨਾਂ ਨੂੰ ਅਸੀਂ ਬਾਅਦ 'ਚ ਕਿਹਾ ਸੀ ਥੋੜ੍ਹਾ ਥੋੜ੍ਹਾ ਰੁਕ ਕੇ ਤੁਰ ਪਿਓ ਕਿਉਂਕਿ ਅੱਜ ਬਾਰਿਸ਼ ਬਹੁਤ ਹੋ ਰਹੀ ਸੀ ਰਸਤੇ 'ਚ ਹੁਣ ਪਤਾ ਨਹੀਂ ਇਹਨੇ ਕੀ ਇਹਦੇ ਵਿੱਚ ਲੱਕੜ ਫਸਾਈ ਹੋਈ ਹੈ ਜਾਂ ਇੱਕ ਮਿੰਟ ਭੈਣੇ ਮੈਂ ਕੱਢਦਾ ਹੌਲੀ ਕੁ ਦੇ ਕੇ ਕੋਈ ਨੰਬਰ ਪਲੇਟ ਆ ਸ਼ਾਇਦ ਓਹੋ ਕਿਸੇ ਸ਼ੋਪ ਦੇਖੋ ਆ ਕੀ ਕੁਛ ਇੱਦਾਂ ਲੱਤਾਂ ਨੂੰ ਇਹਨੇ ਬੰਨਿਆ ਹੋਇਆ ਭੈਣ ਨੇ ਹਾਂ ਮੈਂ ਖੋਲ੍ਹਣਾ ਪੈਣਾ ਜੀ ਦੇਖੋ ਆ ਚਾਬੀਆਂ ਛੱਲੇ ਹੈ ਨਾ ਮਾਲਾ ਜਿਹੜੀਆਂ ਗਲ ਦੇ ਵਿੱਚ ਉਹ ਕਾਕਾ ਜੀ ਲਾਈਟ ਲਿਆਓ ਇੱਕ ਹੋਰ ਮਾਲਾ ਜਿਹੜੀਆਂ ਗਲ ਦੇ ਵਿੱਚ ਪਾਉਣ ਵਾਲੀਆਂ ਉਹ ਭੈਣ ਪੈਰਾਂ 'ਚ ਪਾਈਆਂ ਹੋਈਆਂ ਭੈਣ ਨੇ ਹੈ ਨਾ ਅਤੇ ਛੋਟੇ ਸਾਈਡ ਲੈਣਾ ਸੀ ਮਾਂ ਫਟ ਗਿਆ ਮਾਂ ਹੋਰ ਦੇਂ ਗਲਬਸ ਗਲਬਸ ਹੋਰ ਦੇਂ ਦੇਖੋ ਕੀ ਕੁਛ ਗਲ ਦੇ ਵਿੱਚ ਬੰਨਿਆ ਕਿੰਨੇ ਗੰਦੇ ਕੱਪੜੇ ਗਰਮੀਆਂ ਕਿੰਨੀਆਂ ਨਿਕਲ ਕੇ ਗਈਆਂ ਹੁਣ ਇੰਨੀਆਂ ਗਰਮੀਆਂ ਦੇ ਵਿੱਚ ਭੈਣ ਆ ਸਰਦੀਆਂ ਵਾਲੇ ਕੱਪੜੇ ਪਾ ਕੇ ਹੀ ਘੁੰਮ ਰਹੀ ਆ ਆ ਜੈਕਟ ਦੇ ਵਿੱਚ ਹੀ ਭੈਣ ਘੁੰਮਦੀ ਆ ਆ ਦੇਖੋ ਆ ਡੱਬਾ ਡੱਬੇ ਦੇ ਵਿੱਚ ਆ ਥੋੜ੍ਹੇ ਦਿਨ ਪਹਿਲਾਂ ਭੈਣ ਹੁਣ ਇਹਦੀ ਕਿਸੇ ਚੀਜ਼ ਦੀ ਕਮੀ ਨਹੀਂ ਮੈਂਟਲੀ ਠੀਕ ਨਹੀਂ ਹੈਗੀ
ਕੋਈ ਇੱਥੇ ਏਟੀਐਮ ਦੇ ਵਿੱਚੋਂ ਕਹਿੰਦੇ ਕੋਈ ਪੈਸੇ ਕਢਾ ਕੇ ਨਿਕਲੀ ਭੈਣ, ਜਦੋਂ ਉਹਨੇ ਏਟੀਐਮ ਚੋਂ ਪੈਸੇ ਕਢਾਏ ਤੇ ਇਹ ਭੱਜ ਕੇ ਉਹਦਾ ਪਰਸ ਖੋ ਕੇ ਭੱਜ ਲਈ ਮੂਹਰੇ। ਉਹ ਮਗਰ ਭੱਜੀ ਇੱਥੇ ਆ ਕੇ ਲੜ ਕੇ ਇਹਦੇ ਨਾਲ ਬਹੁਤ ਉਹਨੇ ਲੜਾਈ ਕੀਤੀ ਤੇ ਇਹ ਤੋਂ ਉਹ ਲੈ ਕੇ ਗਈ ਆ। ਦੇਖੋ ਇੱਕ ਫੀਮੇਲ ਹੋਣ ਦੇ ਨਾਤੇ ਇਹਦੇ ਅਰਮਾਨ ਵੀ ਅੰਦਰ ਉੱਦਾਂ ਦੇ ਹੈਗੇ ਆ, ਕੁਛ ਚੀਜ਼ਾਂ ਉੱਦਾਂ ਦੀਆਂ ਵੀ ਰੱਖੀਆਂ ਹੋਈਆਂ। ਆਹ ਦੇਖੋ ਆ ਮਾਸਕ ਦੇ ਵਿੱਚ ਕਿੱਦਾਂ ਦਾ ਕੁਛ ਭਰਿਆ ਹੋਇਆ, ਆ ਗਲ ਦੇ ਵਿੱਚ ਕੀ ਕੁਛ ਭੈਣ ਪਾਈ ਫਿਰਦੀ ਆ, ਗੰਦੇ ਕੱਪੜਿਆਂ ਦੇ ਵਿੱਚ ਲੀਰਾਂ। ਦੇਖੋ ਕਿੰਨੀਆਂ ਮਾਲਾ। ਤਾਂ ਮੇਰੀ ਭੈਣ ਆ ਨਵਨੀਤ ਬਾਹਲੀ ਸਿਆਣੀ ਆ। ਆਹ ਲਾਹ ਦੇ, ਆ ਰਬੜ ਬੈਂਡ ਲਾਹ ਦੇ, ਗੰਦਾ ਜਿਹਾ ਲਾਹ ਦੇ। ਮੂੰਹ 'ਚ ਨਹੀਂ ਪਾਉਣਾ, ਮੈਨੂੰ ਦੇ ਦੇ, ਮੈਨੂੰ ਦੇ ਦੇ, ਮੈਂ ਜੇਬ 'ਚ ਪਾ ਲੈਣਾ, ਮੇਰੇ ਤੋਂ ਲੈ ਲਈ। ਦੇ ਦੇ ਦੇ, ਮੂੰਹ 'ਚ ਨਹੀਂ ਪਾਉਣਾ, ਲੰਘਾਉਣਾ ਨੀਗਾ। ਕੱਢ ਦੇ ਕੱਢ ਦੇ ਕੱਢ ਦੇ ਕੱਢ ਦੇ ਕੱਢ ਦੇ ਕੱਢ ਦੇ। ਕੱਢ ਦੇ ਮੇਰੀ ਭੈਣ, ਇੱਥੇ ਰੱਖ ਹੀ ਜਾਂਦੇ ਆਪਾਂ ਸਾਰਾ ਸਮਾਨ ਤੇਰਾ, ਇੱਥੇ ਰੱਖਾਂਗੇ, ਕਿਤੇ ਨਹੀਂ ਲੈ ਕੇ ਜਾਣਾ ਆਪਾਂ, ਹਨਾ। ਆ ਦੇਖੋ ਕੱਢ ਦੇ ਮੇਰੀ ਭੈਣ, ਕੱਢ ਦੇ ਮੂੰਹ ਚੋਂ, ਕੱਢ ਦਿਓ ਪਹਿਲਾਂ। ਗੰਦਾ ਕੱਪੜਾ ਨਹੀਂ, ਧਾਗਾ ਨਹੀਂ ਖਾਣਾ, ਗੰਦਾ ਧਾਗਾ ਨਹੀਂ ਖਾਣਾ। ਆ ਵੀ ਲਾ ਦੇ, ਆ ਮੈਂ ਬੰਨਣਾ, ਮੈਨੂੰ ਦੇ ਦੇ ਰਬੜ ਬੈਂਡ, ਮੈਂ ਪਾਉਣਾ ਇਹ ਫਰੈਂਡਸ਼ਿਪ ਬੈਂਡ। ਮੇਰੀ ਭੈਣ ਦੇਊਗੀ ਮੈਨੂੰ ਭਰਾ ਨੂੰ ਰੱਖੜੀ ਦੀ ਥਾਂ 'ਤੇ। ਦੇ ਦੇ ਮੈਨੂੰ ਹੁਣ ਰੱਖੜੀਆਂ 'ਤੇ ਤਾਂ ਮੈਂ ਆਇਆ ਨਹੀਂ ਗਾ, ਹੁਣ ਤੂੰ ਮੈਨੂੰ, ਮੈਂ ਆਇਆ ਹੁਣ, ਦੇ ਦੇ ਭੈਣ ਬਣ ਕੇ, ਐਂ ਨਾ ਕਰ। ਲਾ ਦੇ ਮੇਰੀ ਭੈਣ, ਸਾਰੇ ਲਾ ਦੇ। ਆ ਇਹ ਰੱਖਣਾ ਵਾ ਆ ਪੈਰਾਂ 'ਚ, ਦਿਖਾ ਤਾਂ ਕੀ ਆ। ਆ ਵੀ ਦੇ ਦੇ ਮੈਨੂੰ, ਦੇਖ ਪੈਰਾਂ ਦੇ ਉੱਪਰ ਦੇ ਕਿੱਡੇ ਕਿੱਡੇ ਜ਼ਖਮ ਬਣੇ ਪਏ ਆ ਭੈਣ ਦੇ। ਆ ਪੈਰ ਦਿਖਾਈ, ਦੇਖੋ ਕੀ ਕੁਛ। ਆ ਰਬੜ ਬੈਂਡ ਦੀ ਤਾਂ ਕਿੰਨੇ ਹੀ ਆ, ਕੋਈ ਨਾ ਕੋਈ ਨਾ। ਹਾਂਜੀ ਕਰਦੇ ਹਾਂ ਸਾਰਾ ਕੁਛ ਕਰਦੇ। ਹਜੇ ਕੱਪੜਿਆਂ ਦੇ ਵਿੱਚ ਉੱਪਰ ਤੱਕ ਪੂਰਾ ਸਮਾਨ ਭਰਿਆ ਹੋਇਆ ਇਹਨੇ। ਅਤੇ ਇਹ 6 ਫੇਸ ਦੇ ਵਿੱਚ ਕੋਠੀ ਆ, 263 ਨੰਬਰ, ਮੋਹਾਲੀ। ਮੋਹਾਲੀ ਸ਼ਹਿਰ ਦੇ ਵਿੱਚ 6 ਫੇਸ ਦੇ ਵਿੱਚ ਅਸੀਂ ਖੜ੍ਹੇ ਹਾਂ ਜੀ। ਇਹ ਕੋਠੀ 'ਚ ਇੰਨੇ ਵਧੀਆ ਤਰੀਕੇ ਨਾਲ ਕੋਠੀ ਬਣਾਈ ਸੀਗੀ ਸਰਦਾਰ ਸੁਰਿੰਦਰ ਸਿੰਘ ਨੇ। ਅਤੇ ਮਾਤਾ ਜੀ ਦਾ ਕੀ ਨਾਂ, ਤੁਹਾਡੇ ਭੂਆ ਜੀ ਦਾ ਕੀ ਨਾਂ? ਗੁਰਬਚਨ ਕੌਰ। ਅੱਜ ਉਸ ਮਾਂ ਦਾ, ਗੁਰਬਚਨ ਕੌਰ ਦਾ ਦਿਲ ਹੀ ਪੁੱਛਿਆ ਜਾਣਦਾ ਹੋਊਗਾ। ਆ ਜਾਓ ਮਾਤਾ, ਅੱਗੇ ਆ ਜਾਓ, ਤੁਸੀਂ ਇੱਥੇ ਆ ਜਾਓ, ਆ ਜਾਓ, ਕੋਈ ਨਾ ਘਬਰਾਓ ਨਾ, ਹੁਣ ਅਸੀਂ ਤੁਹਾਡੇ ਪੁੱਤਰ ਨਾਲ ਆ, ਕੁਛ ਨਹੀਂ ਕਹਿੰਦੀ ਤੁਹਾਨੂੰ ਭੈਣ। ਆ ਜਾਓ ਅੱਗੇ, ਆ ਜਾਓ। ਅੱਜ ਤੁਸੀਂ ਇਸ ਘਰ 'ਚ ਕਿੰਨੇ ਸਾਲਾਂ ਬਾਅਦ ਇਹ ਮਾਂ ਅੱਜ ਇਸ ਘਰ 'ਚ ਵੜ ਰਹੀ ਹੈ ਵਿਚਾਰੀ, ਜਿਹੜੀ ਹਾਂ। ਅੱਗੇ 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 ਨਿਕਲ ਲਓ, ਆਪਾਂ ਅੰਦਰ ਚੱਲਦੇ ਹਾਂ। ਆ ਜਾਓ ਭੈਣੇ, ਨਵਨੀਤ ਭੈਣੇ, ਆ ਜਾਓ ਮਾੜਾ ਜਿਹਾ ਅੰਦਰ। ਅਸੀਂ ਅੱਜ ਚਾਹ ਪੀਣੀ ਹੈ ਤੁਹਾਡੇ ਕੋਲ, ਆਏ ਹਾਂ, ਚਾਹ ਬਣਾ ਮੇਰੀ ਭੈਣ, ਅਸੀਂ ਚਾਹ ਪੀ ਕੇ ਜਾਣਾ। ਘਰ ਤਾਂ ਦਿਖਾਓ ਸਾਨੂੰ, ਅਸੀਂ ਘਰ ਦੇਖਣਾ ਆ ਮੇਰੀ ਭੈਣ ਦਾ। ਦੇਖੋ ਨਹੁੰ ਕਿੱਡੇ ਕਿੱਡੇ ਲੰਬੇ ਆ ਜੀ, ਪਤਾ ਨਹੀਂ ਕਿੰਨੇ ਸਮੇਂ ਤੋਂ ਆ ਨਹੁੰ ਨਹੀਂ ਕੱਟੇ। ਅਤੇ ਇਹ ਮਾਂ, ਇਹ ਕੌਣ ਆ? ਹੈਂ ਮੰਮੀ ਆ, ਤੁਸੀਂ ਇਹਨੂੰ ਪਿਆਰ ਕਰਦੇ ਹੋ ਆਪਣੀ ਮੰਮੀ ਨੂੰ? ਹੈਂ ਕਿੰਨਾ ਕੁ ਪਿਆਰ ਕਰਦੇ ਹੋ ਫਿਰ ਤੁਸੀਂ ਇਹਦੀ? ਕਦੇ ਇਹ ਸੁੱਧ ਨਹੀਂ ਲਈ, ਬਿਮਾਰ ਹੋ ਗਈ ਮੰਮੀ? ਹੈਂ ਉੱਠ ਕੇ ਜੱਫੀ ਪਾ ਕੇ ਮਿਲ ਫਿਰ ਜੇ ਪਿਆਰ ਕਰਦੇ ਹੋ, ਚੱਲ ਜੱਫੀ ਪਾ ਕੇ ਮਿਲ ਮੰਮੀ ਨੂੰ, ਮਾਂ ਨੂੰ ਵੀ ਦੇਖ। ਦੇਖੋ ਕਿੱਡੇ ਚੰਗੇ ਅਹੁਦੇ 'ਤੇ ਜੌਬ ਕੀਤੀ ਆ, ਕਿੰਨੇ ਲੋਕਾਂ ਦੀ ਹੈਲਪ ਕਰੀ ਹੋਊ ਆਪਣੇ ਜ਼ਮਾਨੇ 'ਚ। ਇਹਨਾਂ ਦੇ ਹਸਬੈਂਡ ਕਈ ਤਗਮੇ ਜਿੱਤੇ ਉਹਨਾਂ ਨੇ ਫੌਜ ਦੇ ਵਿੱਚ, 61 ਵਾਲੀ ਲੜਾਈ ਜਿਹੜੀ ਪਾਕਿਸਤਾਨ ਨਾਲ ਹੋਈ ਉਹਦੇ ਵਿੱਚ ਹਿੱਸਾ ਲਿਆ। ਯਾਨੀ ਕਿ ਇੱਕ ਪਾਕਿਸਤਾਨ ਦੇ ਨਾਲ ਵਾਰੀਅਰ ਰਹੇ ਹੋਣ, ਉਹਨਾਂ ਦੀ ਬੇਟੀ ਅੱਜ ਗੰਦ ਚੱਕ ਚੱਕ ਖਾਈ ਜਾ ਰਹੀ ਆ, ਕਾਗਜ਼ ਮੂੰਹ 'ਚ ਪਾਈ ਜਾ ਰਹੀ ਆ। ਉਹਨਾਂ ਦੀ, ਉਸ ਯੋਧੇ ਦੀ, ਸਰਦਾਰ ਸੁਰਿੰਦਰ ਸਿੰਘ ਦੀ ਵਾਈਫ ਅੱਜ ਫੁੱਟ ਫੁੱਟ ਕੇ ਰੋ ਰਹੀ ਆ। ਉਹਦੀ ਕਰੋੜਾਂ ਦੀ ਕੋਠੀ ਦੇ ਵਿੱਚ ਖੜ ਕੇ ਕੱਖੋਂ ਹੌਲਾ ਹੋਇਆ ਖੜ੍ਹਾ ਹੈ ਪਰਿਵਾਰ। ਅੱਜ ਆਪਣੇ ਜੀਵਨ ਦੀ ਉਹ ਦੁਰਦਸ਼ਾ ਤੁਹਾਨੂੰ ਦਿਖਾ ਰਹੇ ਹਾਂ
ਵੀ ਪੈਸਾ ਕੰਮ ਨਹੀਂ ਆਉਂਦਾ, ਪ੍ਰੋਪਰਟੀਆਂ ਕੰਮ ਨਹੀਂ ਆਉਂਦੀਆਂ, ਜ਼ਮੀਨਾਂ ਜਾਇਦਾਦਾਂ ਕੰਮ ਨਹੀਂ ਆਉਂਦੀਆਂ, ਨਾ ਕੋਈ ਰਿਸ਼ਤੇਦਾਰ ਨਾ ਕੋਈ ਭੈਣ ਭਰਾ ਕੰਮ ਆਉਂਦਾ। ਜਦੋਂ ਇੱਦਾਂ ਦੇ ਹਾਲਾਤ ਬਣ ਜਾਂਦੇ ਆ, ਚਾਹ ਕੇ ਵੀ ਪੂਰਾ ਮਹੱਲਾ ਆ ਪੂਰਾ 6 ਫੇਸ ਦੀ ਸੁਸਾਇਟੀ ਕੋਸ਼ਿਸ਼ ਕਰ ਰਹੀ ਹੈ ਲੰਬੇ ਸਮੇਂ ਤੋਂ, ਪਰ ਫਿਰ ਡੀਸੀ ਲੈਵਲ ਤੱਕ ਐਪਲੀਕੇਸ਼ਨਾਂ ਦਿੱਤੀਆਂ ਹੈਲਥ ਮਿਨਿਸਟਰ ਤੋਂ ਰਿਕਮੈਂਡ ਕਰਾ ਕੇ। ਉਹ ਲੈਟਰ ਲੱਭ ਗਈ ਜੀ, ਉਹ ਅੱਛਾ। ਅਤੇ ਦੇਖੋ ਉਹ ਬਲਵੀਰ ਸਿੰਘ ਸਿੱਧੂ ਹੈਲਥ ਮਿਨਿਸਟਰ ਜਿਹੜੇ ਸੀਗੇ ਉਹਨਾਂ ਤੋਂ ਉਹ ਲੈਟਰ ਮਾਰਕ ਕਰਾ ਕੇ ਡੀਸੀ ਨੂੰ ਦਿੱਤੀ, ਤਾਂ ਵੀ ਅੱਜ ਕੁਛ ਨਹੀਂ ਹੋਇਆ, ਤਾਂ ਵੀ ਇਹ ਕਹਿੰਦੇ ਵੀ ਉੱਥੇ ਹੀ ਆ ਸਾਰਾ ਕੁਛ ਖੜ੍ਹਾ। ਇਹਦੇ ਵਿੱਚ ਸਰਕਾਰੀ ਆਸ਼ਰਮ ਜਾਂ ਕਿਸੇ ਸੰਸਥਾ 'ਚ ਭੇਜੇ ਜਾਣ ਸੰਬੰਧੀ ਸ਼੍ਰੀ ਮਾਨ ਜੀ ਬੇਨਤੀ ਹੈ ਕਿ ਮੇਰੀ ਲੜਕੀ ਨਵਨੀਤ ਕੌਰ ਮੇਰੇ ਕਹਿਣੇ ਤੋਂ ਬਿਨਾਂ ਆਪ ਸ਼ਾਦੀ ਕਰਵਾਈ ਅਤੇ ਉਸਦੇ ਪਤੀ ਨਸ਼ੇ ਦਾ ਆਦੀ ਕਈ ਵਾਰ ਜੇਲ੍ਹ ਜਾ ਚੁੱਕਾ ਹੈ। ਪਤੀ ਦੀ ਹਾਲਤ ਕਰਕੇ ਇਸ ਦੀ ਦਿਮਾਗੀ ਹਾਲਤ ਵੀ ਖਰਾਬ ਹੋ ਗਈ, ਜਿਸ ਕਰਕੇ ਪੰਜਾਬ ਸਰਕਾਰ ਨੇ ਇਸ ਲੜਕੀ ਨੂੰ ਮੈਨੂੰ ਸੌਂਪ ਦਿੱਤਾ ਅਤੇ ਮੇਰੇ ਪਾਸ ਹੈ। ਮੈਨੂੰ ਅਤੇ ਲੜਕੀ ਨੂੰ ਬਹੁਤ ਮਾਰ ਰਹੀ, ਜਿਸ ਕਰਕੇ ਮੈਂ ਇਹਨਾਂ ਨੂੰ ਛੱਡ ਕੇ ਚਲੀ ਗਈ। ਇਸ ਦੇ ਇਲਾਜ ਬਹੁਤ ਕਰਵਾਇਆ ਫਿਰ ਵੀ ਠੀਕ ਨਹੀਂ ਹੋਈ। ਇਸ ਨੇ ਮੇਰਾ ਅਤੇ ਬੇਟੀ ਦਾ ਗਲਾ ਘੋਟਿਆ, ਜਿਸ ਦੇ ਕਾਰਨ ਜਾਨਲੇਵਾ ਹਮਲਾ ਕੀਤਾ ਸੀ। ਘਰ ਤੋਂ ਬੇਘਰ ਹੋਈਆਂ, ਮੇਰੀ ਉਮਰ 73 ਸਾਲ ਦੀ ਹੈ, ਫੇਸ 6 ਦੇ ਵਸਨੀਕ ਹਾਂ, ਬੜੇ ਪਰੇਸ਼ਾਨ ਹੈ, ਸਾਡਾ ਬੜਾ ਤੰਗ ਕਰਦੀ ਹੈ, ਚੋਰੀਆਂ ਕਰਦੀ ਹੈ। ਮੈਂ ਬਜ਼ੁਰਗ ਵਿਧਵਾ ਹਾਂ, ਮੇਰਾ ਕੋਈ ਨਹੀਂ ਹੈ, ਮੇਰੀ ਮਦਦ ਕੀਤੀ ਜਾਵੇ। ਮੈਂ ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ ਆਪ ਮੇਰੀ ਮਦਦ ਜ਼ਰੂਰ ਕਰੋਗੇ, ਕਿਸੇ ਆਸ਼ਰਮ ਜਾਂ ਕਿਸੇ ਸੰਸਥਾ ਵਿੱਚ ਭੇਜੋਗੇ, ਤਾਂ ਜੋ ਉਸ ਮੇਰੇ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਉੱਥੇ ਕੱਟ ਸਕਾਂ, ਆਪਣੇ ਘਰ ਦੇ ਵਿੱਚ। ਵਿਸ਼ਵਾਸ ਪਾਤਰ ਗੁਰਬਚਨ ਕੌਰ, ਇਹ ਲੈਟਰ ਆ ਜਿਹੜੀ ਨਾ, ਇਹਦੇ ਉੱਤੇ ਇਹਨਾਂ ਨੇ ਹੈਲਥ ਮਿਨਿਸਟਰ ਬਲਵੀਰ ਸਿੰਘ ਸਿੱਧੂ ਦੇ ਸਾਈਨ ਕਰਵਾਏ, ਇੱਥੋਂ ਦਾ ਲੋਕਲ MC ਦੀ ਮੋਹਰ ਲੱਗੀ, DC ਸਾਹਿਬ ਦੇ ਪੇਸ਼ ਹੋਏ, ਉੱਥੇ ਲੈਟਰ ਇਹ ਮਾਰਕ ਕਰਕੇ ਉੱਥੇ ਦੇ ਕੇ ਆਏ। ਪਰ ਕੋਈ ਉੱਗ ਸੁੱਗ ਨਹੀਂ, ਕੋਈ ਉਹਨਾਂ ਦਾ ਆਇਆ ਮਾਂ ਸੁਨੇਹਾ, ਕੋਈ ਸੁਨੇਹਾ ਨਹੀਂ ਆਇਆ। ਅਤੇ ਇਹ ਭੈਣ ਦੇ ਨਾਲ ਕੀ ਹੁੰਦਾ ਹੋਊ ਇਹ ਆਪਾਂ ਬਿਆਨ ਵੀ ਨਹੀਂ ਕਰ ਸਕਦੇ, ਸੋਚ ਵੀ ਨਹੀਂ ਸਕਦੇ। ਪਰ ਸਾਡੀ ਇੱਕ ਕੋਰਟ ਨੇ ਇੱਕ ਆਰਡਰ ਜ਼ਰੂਰ ਕਰਤਾ, ਬੇਵੱਸ ਕੋਰਟ, ਬੇਵੱਸ ਸਿਸਟਮ, ਜਿਹਨੇ ਉਹਦੇ ਵਿੱਚ ਆਰਡਰ ਕੀਤਾ ਉਹਨਾਂ ਨੇ ਵੀ ਇਹ ਬੱਚੇ ਦੀ ਜਿਹੜੀ ਕੇਅਰ ਵਾਸਤੇ ਉਹਨਾਂ ਨੇ ਆਰਡਰ ਫੋਰ ਪਲੇਸਮੈਂਟ ਆਫ ਚਾਈਲਡ ਅੰਡਰ ਦਾ ਕੇਅਰ ਆਫ ਪੇਰੈਂਟਸ ਔਰ ਫਿੱਟ ਪਰਸਨ ਪੇਂਡਿੰਗ ਇਨਕੁਆਇਰੀ। ਆ ਤੁਸੀਂ ਪੜ੍ਹਿਓ ਜੀ, ਮੈਨੂੰ ਥੋੜ੍ਹੀ ਅੰਗਰੇਜ਼ੀ ਵੱਲੋਂ ਥੋੜ੍ਹਾ ਜਿਹਾ ਤੰਗ ਹੀ ਹੈ ਜੀ, ਪਰ ਆਰਡਰ ਫੋਰ ਪਲੇਸਮੈਂਟ ਆਫ ਚਾਈਲਡ ਅੰਡਰ ਦਾ ਕੇਅਰ ਆਫ ਏ ਪੇਰੈਂਟ ਔਰ ਫਿੱਟ ਪਰਸਨ ਪੇਂਡਿੰਗ ਇਨਕੁਆਇਰੀ ਵੇਅਰ ਇਜ਼ ਨੇਮ ਆਫ ਚਾਈਲਡ ਤਾਨਵੀ 18-19-21। ਹਾਂ, 4 ਸਾਲ ਪਹਿਲਾਂ ਇਹ ਆਰਡਰ ਪਾਸ ਹੋਇਆ ਸੀ, ਜੱਜ ਸਾਹਿਬ ਨੇ ਆਰਡਰ ਕੀਤਾ ਸੀ ਇਸ ਮਾਂ ਨੂੰ ਵੀ ਆਪਣੀ ਛੋਟੀ ਜਿਹੀ ਦੋਹਤੀ ਨੂੰ ਲੈ ਕੇ ਤੂੰ ਸਾਈਡ 'ਤੇ ਰਹੋ, ਇਹਦੇ ਕੋਲੇ ਨਾ ਰਹੋ, ਕਿਉਂਕਿ ਇਸ ਭੈਣ ਨੇ ਆਪਣੀ ਨਿੱਕੀ ਜਿਹੀ ਬੱਚੀ ਦੇ ਨਾਲ ਇੱਦਾਂ ਦਾ ਕੁਛ ਕੀਤਾ ਵੀ ਅਸੀਂ ਤੁਹਾਨੂੰ ਦੱਸ ਵੀ ਨਹੀਂ ਸਕਦੇ। ਸੈਕਸ਼ੂਅਲੀ ਉਸ ਬੱਚੀ ਨੂੰ ਇਹਨੇ ਭੈਣ ਨੇ ਟੋਰਚਰ ਕੀਤਾ, ਅਤੇ ਉਸ ਤੋਂ ਬਾਅਦ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਆਪਣੀ ਮਦਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਤਾਂ ਫਿਰ ਜੱਜ ਨੇ ਆਰਡਰ ਪਾਸ ਕੀਤੇ। ਹੁਣ ਪਿਛਲੇ 4 ਸਾਲਾਂ ਤੋਂ ਇਹ ਗੁਰਬਚਨ ਕੌਰ ਮਾਂ ਸਾਡੀ ਆਪਣੀ ਛੋਟੀ ਜਿਹੀ ਦੋਤੀ ਤਾਨਵੀ ਨੂੰ ਲੈ ਕੇ ਅਲੱਗ ਕਿਰਾਏ 'ਤੇ ਰਹਿ ਰਹੇ ਆ 40 ਸੈਕਟਰ ਦੇ ਵਿੱਚ। ਹੁਣ ਅਸੀਂ ਇੱਥੇ ਆਏ, ਇਹਨਾਂ ਨੂੰ ਫੋਨ ਕੀਤਾ, ਇਹਨਾਂ ਨੂੰ ਬੁਲਾਇਆ, ਤਾਂ ਇਹਨਾਂ ਦੇ ਨਾਲ ਇੱਕ ਇਹਨਾਂ ਦਾ ਭਤੀਜਾ ਅਤੇ ਭਤੀਜ ਨੂੰ ਆਏ, ਅਤੇ ਅਸੀਂ ਇੱਥੇ ਅੰਦਰ ਆ ਕੇ ਦੇਖਿਆ, ਭੈਣ ਅੰਦਰ ਰੂਮ ਦੇ ਵਿੱਚ ਸੁੱਤੇ ਪਏ ਸੀ, ਕਿਉਂਕਿ ਦਿਨੇ ਸੌਣਾ, ਰਾਤ ਨੂੰ ਸਾਰੀ ਰਾਤ ਗੇੜੇ ਦੇਈ ਜਾਣੇ, ਉੱਚੀ ਉੱਚੀ ਬੋਲੀ ਜਾਣਾ, ਆਂਢੀ ਗੁਆਂਢੀ ਦੱਸਦੇ ਆ ਵੀ ਸਾਡੇ ਤੋਂ ਉਹਦੀਆਂ ਚੀਕਾਂ ਜਾਂ ਆਵਾਜ਼ਾਂ ਸੁਣੀਆਂ ਨਹੀਂ ਜਾਂਦੀਆਂ, ਜਦੋਂ ਉਹ ਰੌਲਾ ਪਾਉਂਦੀ ਆ, ਗਾਲਾਂ ਕੱਢਦੀ ਆ, ਆਪਣੇ ਆਪ ਨੂੰ ਵੀ ਪਰੇਸ਼ਾਨ ਕਰਦੀ, ਆਸ ਪਾਸ ਦੇ ਲੋਕਾਂ ਨੂੰ ਵੀ। ਥੋੜ੍ਹੇ ਦਿਨ ਪਹਿਲਾਂ ਗੱਡੀ 'ਤੇ ਸ਼ੀਸ਼ੇ 'ਤੇ ਇੱਟਾਂ ਮਾਰੀਆਂ, ਰੋੜੇ ਮਾਰੇ, ਫਿਰ ਲੋਕ ਇਹਨੂੰ ਕੁੱਟਦੇ ਆ। ਤਾਂ ਅੱਜ ਅਸੀਂ ਇੱਥੇ ਪਹੁੰਚੇ ਹਾਂ ਇਸ ਭੈਣ ਦੀ ਸੇਵਾ ਸੰਭਾਲ ਵਾਸਤੇ। ਤੁਸੀਂ ਸਾਰੇ ਜ਼ਰੂਰ ਅਰਦਾਸ ਕਰਿਓ, ਅਸੀਂ ਸਾਡੀ ਨਵਨੀਤ ਭੈਣ ਦੀ ਜੀਵਨ ਦੇ ਵਿੱਚ ਥੋੜ੍ਹੀ ਜਿਹੀ ਵੀ ਮਾੜੀ ਜਿਹੀ ਵੀ ਅਸੀਂ ਇੱਕ ਕੋਸ਼ਿਸ਼ ਕਰ ਸਕੀਏ ਇਹਨੂੰ ਚੰਗਾ ਕਰਨ ਲਈ, ਇੱਕ ਮਾਣ ਸਤਿਕਾਰ ਭਰਿਆ ਜੀਵਨ ਬਤੀਤ ਕਰ ਸਕੇ, ਤੰਦਰੁਸਤੀ ਭਰਿਆ। ਅਸੀਂ ਭੈਣ ਨੂੰ ਸੁਪਨਿਆਂ ਦੇ ਘਰ ਵਿੱਚ ਆਪਣੇ ਨਾਲ ਲੈ ਕੇ ਜਾ ਰਹੇ ਹਾਂ। ਇਹਨਾਂ ਦੇ ਮਦਰ ਖੜ੍ਹੇ ਨੇ, ਇਹਨਾਂ ਦੇ ਰਿਸ਼ਤੇਦਾਰ, ਇਹਨਾਂ ਦੇ ਮਹੱਲਾ ਨਿਵਾਸੀ MC, ਇਹ ਮੌਜੂਦਾ MC ਨੇ, ਵੀਰਾ ਇੱਥੇ ਖੜ੍ਹਾ, ਇਹ ਵੀਰ ਜੀ ਖੜ੍ਹੇ ਨੇ। ਬਾਈ ਜੀ ਕੀ ਨਾਂ ਤੁਹਾਡਾ? ਲਖਵੀਰ ਸਿੰਘ। ਤੁਹਾਡਾ ਕੀ ਨਾਂ ਵੀਰ ਜੀ? ਸੁਰਿੰਦਰ ਸਿੰਘ। ਸੁਰਿੰਦਰ ਸਿੰਘ, ਇਹ ਵੀਰ ਜੀ ਮਹੱਲੇ ਸਰਦਾਰ ਜੀ ਪਿੱਛੇ ਖੜ੍ਹੇ ਨੇ ਸਾਰੇ, ਇਹ ਵੀਰ ਹੈ ਖੜ੍ਹਾ,
ਇਹ ਸਾਰੇ ਆਸ ਪਾਸ ਦੇ ਘਰਾਂ ਵਾਲੇ ਲੋਕ ਨੇ ਜਿਹੜੇ ਇਸ ਭੈਣ ਦੇ ਨਾਲ ਹਮਦਰਦੀ ਰੱਖਦੇ ਆ, ਜਿਹੜੇ ਚਾਹੁੰਦੇ ਆ ਵੀ ਰਵਨੀਤ ਦਾ ਕੋਈ ਹੱਲ ਨਿਕਲੇ। ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਜਾਂ ਉਪਰਾਲਾ ਕੀਤਾ ਉਹ ਸਾਡੀ ਰੁਪਿੰਦਰ ਭੈਣ ਨੇ ਕੀਤਾ, ਜਿਹਨੇ ਸਾਨੂੰ ਵੀਡੀਓ ਬਣਾ ਕੇ ਭੇਜੀ। ਇਹਨੇ ਆਪ ਮੂਹਰੇ ਹੋ ਕੇ ਸਾਡੇ ਨਾਲ ਗੱਲ ਕੀਤੀ, ਡਰੀ ਨਹੀਂ ਇਹ ਭੈਣ, ਨਹੀਂ ਤਾਂ ਇਹ ਵੀ ਸੋਚ ਸਕਦੇ ਸੀ ਵੀ ਆਪਾਂ ਕੀ ਲੈਣਾ, ਛੱਡੋ ਆਪਾਂ ਨੂੰ ਕੀ ਆ, ਸਾਡੇ ਕੋਲ ਇਹ ਦੋ ਲਫ਼ਜ਼ ਆਪਾਂ ਕੀ ਲੈਣਾ ਆਪਾਂ ਨੂੰ ਕੀ ਆ ਨੇ ਸਾਨੂੰ ਇੱਥੇ ਲਿਆ ਕੇ ਖੜਾ ਕਰਤਾ। 8 ਸਾਲ ਹੋ ਗਏ ਇਹੀ ਕੁਛ ਚੱਲਦੇ ਨੂੰ, ਅਤੇ 8 ਸਾਲਾਂ 'ਚ ਜੋ ਇਹਨੇ ਹੰਢਾਇਆ ਆਪਣੇ ਸਰੀਰ ਦੇ ਉੱਪਰ, ਆਪਣੇ ਮਾਨਸਿਕ ਦਿਮਾਗ ਦੇ ਉੱਪਰ, ਮਾਨਸਿਕ ਤੌਰ 'ਤੇ ਇਹਦੇ ਮੰਮੀ ਨੇ ਹੰਢਾਇਆ, ਜੋ ਬੱਚੀ ਨੇ ਛੋਟੀ ਜੀ ਨੇ ਹੰਢਾਇਆ, ਜੋ ਉਹਦਾ ਕੋਈ ਹਿਸਾਬ ਕਿਤਾਬ ਨਹੀਂ, ਉਹਦਾ ਕੋਈ ਮੁੱਲ ਨਹੀਂ। ਪਰ ਸਾਡਾ ਸਿਸਟਮ ਐਗਜਿਸਟ ਨਹੀਂ ਕਰਦਾ, ਅਸੀਂ ਵਾਰ ਵਾਰ ਕਹਿੰਦੇ ਹਾਂ ਸਾਡੀਆਂ ਸਰਕਾਰਾਂ ਬਣਦੀਆਂ, ਸਰਕਾਰਾਂ ਦੂਜੀ ਤੋਂ ਦੂਜੀ ਬਣ ਜਾਂਦੀ, ਤੀਜੀ ਤੋਂ ਚੌਥੀ ਬਣ ਜਾਂਦੀ ਆ, ਪਰ ਸਾਡਾ ਸਿਸਟਮ ਬਿਲਕੁਲ ਖਤਮ ਹੋ ਚੁੱਕਿਆ। ਸ਼ਹੀਦ ਭਗਤ ਸਿੰਘ ਜੀ ਹੁਣਾਂ ਨੇ ਇਹ ਦੇਸ਼ ਨਹੀਂ ਸੀ ਲੋਚਿਆ ਵੀ ਆਜ਼ਾਦ ਹੋ ਕੇ ਅਸੀਂ ਇੱਦਾਂ ਦੇ ਦੇਸ਼ 'ਚ ਰਹਾਂਗੇ। ਚਾਹੇ ਉਹ ਕਿਸੇ ਵੀ ਆਜ਼ਾਦੀ ਘੁਲਾਟੀਏ ਦੀ ਗੱਲ ਕਰ ਲਈਏ, ਅੱਜ ਉਹਨਾਂ ਜੇ ਉਹ ਜਿਉਂਦੇ ਹੁੰਦੇ ਉਹ ਵੀ ਸ਼ਰਮਸਾਰ ਹੁੰਦੇ ਵੀ ਸਾਨੂੰ 75 ਸਾਲ ਦੀ ਆਜ਼ਾਦੀ ਤੋਂ ਬਾਅਦ ਕੀ ਮਿਲਿਆ। ਦੋ ਚੀਜ਼ਾਂ ਸਿਹਤ ਅਤੇ ਸਿੱਖਿਆ ਵੀ ਨਹੀਂ ਸਾਨੂੰ ਦੇ ਸਕੀਆਂ ਸਾਡੀਆਂ ਸਰਕਾਰਾਂ। ਸਾਡੀਆਂ ਭੈਣਾਂ, ਸਾਡੀਆਂ ਮਾਵਾਂ ਇੱਦਾਂ ਰੁਲਦੀਆਂ, ਇੱਦਾਂ ਸੜਕਾਂ 'ਤੇ ਰੁਲਦੀਆਂ, ਉਹਨਾਂ ਦੇ ਗਾਂਹ ਪਰਿਵਾਰ ਸਫ਼ਰ ਕਰ ਰਹੇ ਨੇ, ਕੋਈ ਪੁੱਛਣ ਵਾਲਾ ਨਹੀਂ। 8 ਸਾਲ ਦਾ ਵਕਫਾ ਨਿਕਲ ਗਿਆ ਜੀ, 4 ਸਾਲ ਤੋਂ ਰੈਂਟ 'ਤੇ ਰਹਿ ਰਹੀ ਆ ਉਹ ਮਾਂ, ਪਰ ਕੋਈ ਬਾਂਹ ਫੜਨ ਵਾਲਾ ਨਹੀਂ। ਫਿਰ ਅਸੀਂ ਸਿਸਟਮ ਨੂੰ ਕੀ ਕਹੀਏ, ਸਾਡੇ ਹੈਲਥ ਮਿਨਿਸਟਰ ਨੂੰ ਕੀ ਕਹੀਏ ਅਸੀਂ, ਜਿਹੜਾ ਜਿਹਨੇ ਆਪ ਲੈਟਰ ਮਾਰਕ ਕੀਤੀ ਅਤੇ ਉਹ DC ਕਿੱਡੀ ਵੱਡੀ ਪਾਵਰ ਰੱਖਦਾ ਹੋਊਗਾ। ਦੇਖੋ ਜਿਹਨੇ ਹੈਲਥ ਮਿਨਿਸਟਰ ਦੀ ਮਾਰਕ ਕੀਤੀ ਹੋਈ ਲੈਟਰ 'ਤੇ ਵੀ ਕੋਈ ਅਮਲ ਨਹੀਂ ਕੀਤਾ। ਅਤੇ ਅਸੀਂ ਨਵਨੀਤ ਭੈਣ ਦੇ ਘਰ ਨੂੰ ਵੀ ਤੁਹਾਨੂੰ ਦਿਖਾਉਂਦੇ ਹਾਂ। ਆਂਟੀ ਆ ਜਾਓ ਮਾੜਾ ਜਿਹਾ, ਆਪਾਂ ਅੰਦਰ ਚੱਲੀਏ ਇੱਕ ਮਿੰਟ ਲਈ, ਤੁਸੀਂ ਪਲੀਜ਼ ਇੱਥੇ ਖਿਆਲ ਰੱਖਿਓ ਆਂਟੀ, ਇਹਨਾਂ ਦਾ ਭੈਣ ਦਾ ਵੀ ਹੁੰਦਾ। ਭੈਣੇ ਆ ਜਾ ਮਾੜਾ ਜਿਹਾ ਅੰਦਰ ਇੱਕ ਮਿੰਟ, ਆ ਜਾ ਮੇਰੇ ਭੈਣ। ਅਤੇ ਇਹ ਆਂਟੀ ਦਾ ਘਰ ਆ, ਜਿਹੜਾ ਆਂਟੀ ਨੇ ਸੁਪਨਿਆਂ ਵਾਲਾ ਘਰ ਹੈ ਨਾ ਆਪਣੇ ਹਸਬੈਂਡ ਨਾਲ ਲੱਗ ਕੇ ਬਣਾਇਆ, ਉਹ ਜੋਬ ਕਰਕੇ ਹੱਡ ਤੋੜਵੀਂ ਮਿਹਨਤ ਕਰਕੇ, ਇਹ ਬਿੱਡਾਂ ਦੇ ਦੇਖੋ ਕੀ ਹਾਲਾਤ ਨੇ। ਇਸ ਘਰ ਦੇ ਵਿੱਚ LCD ਪਈ ਆ, ਤੁਸੀਂ ਦੇਖੋ ਜਿਹੜੀ ਅੱਜ ਦੇ ਸਮੇਂ ਦੇ ਵਿੱਚ LCDਆਂ ਚੰਗੇ ਚੰਗੇ ਘਰਾਂ ਦੇ ਵਿੱਚ ਆ, ਪਰ ਇਸ ਘਰ ਦੇ ਵਿੱਚ ਅੱਜ ਤੋਂ 8-9 ਸਾਲ ਪਹਿਲਾਂ LCD ਸੀਗੀ, ਜਿਹੜੀ ਮਾਰ ਮਾਰ ਤੋੜ ਦਿੱਤੀ, ਇੱਥੇ ਲੱਗੀ ਹੋਈ ਸੀਗੀ ਇਹ LCD। LG ਦੀ LCD ਦੇਖੋ ਕਿਵੇਂ ਭੰਨੀ ਹੈ ਭੈਣ ਨੇ, ਹਰ ਚੀਜ਼ ਘਰ ਦੇ ਵਿੱਚ ਉਹ ਜਿਹੜੀ ਸੀਗੀ ਉਹ ਤਹਿਸ ਨਹਿਸ ਕਰਤੀ ਆ, ਕੋਈ ਕੰਮ ਦੀਆਂ ਚੀਜ਼ਾਂ ਨਹੀਂ ਰਹੀਆਂ ਇੱਥੇ। ਪਰ ਪਰਿਵਾਰ ਧਾਰਮਿਕ ਪਰਿਵਾਰ ਸੀ, ਹਰ ਰੋਜ਼ ਗੁਰੂ ਘਰ ਜਾਣ ਵਾਲਾ ਪਰਿਵਾਰ ਸੀਗਾ, ਅਤੇ ਅੱਜ ਇਸ ਪਰਿਵਾਰ ਦੇ ਅਤੇ ਇਸ ਘਰ ਦੇ ਹਾਲਾਤ ਆਪਾਂ ਦੇਖ ਸਕਦੇ ਹਾਂ। ਸ਼ਾਇਦ ਇਹਨਾਂ ਦੇ ਕੋਈ ਵਿਆਹ ਵਗੈਰਾ ਦੀਆਂ CDs ਵਗੈਰਾ ਹੋਣ, ਹੈ ਨਾ, ਸ਼ਾਇਦ ਇਹਨਾਂ ਦੇ ਬੇਟੇ ਦਾ ਵੀ ਵਿਆਹ ਹੋਇਆ ਸੀਗਾ, ਹੈ ਨਾ ਆਂਟੀ, ਤੁਹਾਡੇ ਬੇਟੇ ਦਾ ਵਿਆਹ ਹੋਇਆ ਸੀਗਾ, ਉਹਨਾਂ ਦੇ ਬੱਚਾ ਵੀ ਸੀਗਾ ਆਂਟੀ, ਉਹ ਪੋਤਾ ਕਿੱਥੇ ਤੁਹਾਡਾ ਆਂਟੀ ਹੁਣ? ਅੱਛਾ, ਉਹ ਅੱਗੇ ਫਿਰ ਬੱਚੇ ਨੂੰ ਵੀ ਨਾਲ ਹੀ ਲੈ ਗਏ ਹੈ। ਆਂਟੀ ਕੋਈ ਅਸੀਂ ਤਾਂ ਚੈੱਕ ਕਰ ਰਹੇ ਹਾਂ, ਸਾਰਾ ਕੁਛ ਮਾਇੰਡ ਨਾ ਕਰਿਓ, ਵੀ ਸਾਨੂੰ ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕੀ ਸੀ। ਜੇ ਕੋਈ ਇਹਦਾ ਆਇਡੈਂਟੀ ਪਰੂਫ ਭੈਣ ਦਾ ਮਿਲ ਸਕਦਾ ਸਾਨੂੰ, ਕੋਈ ਇਹਦਾ ਆਇਡੈਂਟੀ ਪਰੂਫ ਹੈਗਾ ਤੁਹਾਡੇ ਕੋਲ, ਕੋਈ ਆਧਾਰ ਕਾਰਡ, ਵੋਟਰ ਕਾਰਡ ਭੈਣ ਦਾ ਹੈ ਆਂਟੀ? ਉਹੀ ਆਪਾਂ ਦੇਖਦੇ ਹਾਂ ਵੀ ਜੇ ਇੱਥੋਂ ਮਿਲ ਜਾਵੇ ਕੁਛ। ਦੱਸਦੇ ਆ ਵੀ ਤੀਜੀ ਮੰਜ਼ਿਲ 'ਤੇ ਚੜ੍ਹ ਕੇ ਅੱਗ ਲਾ ਦਿੰਦੇ ਆ ਜੀ ਸਾਰੇ ਕਾਸੇ ਨੂੰ। ਹੇ ਵਾਹਿਗੁਰੂ,
ਬਾਕੀ ਜਿੱਦਾਂ ਸੰਗਤ ਨੂੰ ਪਤਾ ਆਪਾਂ ਮਨੁੱਖਤਾ ਦੀ ਸੇਵਾ ਪਰਿਵਾਰ ਕੋਈ ਵੀ ਪੈਸਾ ਪ੍ਰੋਪਰਟੀ ਕਲੇਮ ਨਹੀਂ ਕਰਦੇ ਅਸੀਂ ਆਂਟੀ ਨੂੰ ਲਿਖ ਕੇ ਆਪਣੀ ਲੈਟਰ ਪੈਡ 'ਤੇ ਦੇ ਕੇ ਜਾਵਾਂਗੇ ਵੀ ਅਸੀਂ ਇਹਨਾਂ ਦੀ ਕੋਈ ਪ੍ਰੋਪਰਟੀ ਕਲੇਮ ਨਹੀਂ ਕਰਨੀ ਨਾ ਅਚੱਲ ਅਤੇ ਕਿਸੇ ਅਚੱਲ ਜਾਇਦਾਦ 'ਤੇ ਅਸੀਂ ਸਿਰਫ ਭੈਣ ਦੀ ਸੇਵਾ ਕਰਨੀ ਆ ਉਹ ਸਾਲ ਦੋ ਸਾਲ ਸਾਡੇ ਕੋਲ ਰਹਿ ਕੇ ਕੱਲ੍ਹ ਨੂੰ ਠੀਕ ਹੋ ਕੇ ਆਪਣੇ ਘਰ ਵਾਪਸ ਆਵੇ ਅਤੇ ਓਹੋ ਆਹੀ ਚੀਜ਼ਾਂ ਮੈਂ ਸ਼ਾਇਦ ਦੇਖਦਾ ਸੀ ਦੇਖੋ ਚੱਪਲਾਂ ਰੱਖੀਆਂ ਹੋਈਆਂ ਵਾਂ ਚੱਪਲਾਂ ਦੇ ਥੱਲੇ ਧਾਰਮਿਕ ਚੁੰਨੀ ਜਿਵੇਂ ਮਾਤਾ ਦੇ ਮੰਦਰ ਤੋਂ ਮਿਲਦੀ ਆ ਦੇਖੋ ਆਹ ਅੱਜ ਕਰਵਾ ਚੌਥ ਆ ਅਤੇ ਕਿੰਨੀਆਂ ਇਸ ਘਰ ਦੇ ਵਿੱਚ ਵੀ ਕਿਸੇ ਟਾਈਮ ਖੁਸ਼ੀਆਂ ਰਹੀਆਂ ਹੋਣਗੀਆਂ ਹੈ ਨਾ ਅੱਜ ਉਹ ਖੁਸ਼ੀਆਂ ਖੰਭ ਲਾ ਕੇ ਉੱਡ ਗਈਆਂ ਅੱਜ ਇਸ ਘਰ ਦੇ ਵਿੱਚ ਖੁਸ਼ੀਆਂ ਦੇ ਨਾਂ 'ਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਦੇਖੋ ਰਮਾਇਣ ਪਈ ਆ ਹੈ ਨਾ ਭੈਣ ਨੇ ਰਮਾਇਣ ਦੇ ਉੱਪਰ ਚੱਪਲ ਰੱਖੀ ਹੋਈ ਆ ਉਹਨੂੰ ਕਿਉਂਕਿ ਪਤਾ ਨਹੀਂ ਉਹਦੇ ਦਿਮਾਗ ਦੇ ਵਿੱਚ ਕੀ ਕੁਛ ਚੱਲਦਾ ਰਹਿੰਦਾ ਹੋਊਗਾ ਕੀ ਉਹਦੇ ਦਿਮਾਗ 'ਚ ਚੱਲਦਾ ਕੀ ਉਹ ਸੋਚ ਰਹੀ ਹੋਊਗੀ ਹੈ ਨਾ ਅਤੇ ਜਿਹੜੀਆਂ ਧਾਰਮਿਕ ਇੱਦਾਂ ਦੀਆਂ ਕੋਈ ਬੁੱਕਸ ਨੇ ਜਾਂ ਕਿਵੇਂ ਨੇ ਉਹਦੀ ਅਹਿਮੀਅਤ ਉਹਦੇ ਲਈ ਹੁਣ ਕੁਛ ਨਹੀਂ ਕਿਉਂਕਿ ਉਹਨੂੰ ਤਾਂ ਆਪਦੀ ਅਹਿਮੀਅਤ ਵੀ ਨਹੀਂ ਇਸ ਟਾਈਮ ਪਤਾ ਲੱਗ ਰਹੀ ਵੀ ਉਹ ਖੁਦ ਕੌਣ ਆ ਇਹ ਵੀ ਪਵਿੱਤਰ ਸ਼ਾਸਤਰ ਭਜਨ ਸਾਹਿਤ ਨਿਤਵਾਨ ਇਹ ਵੀ ਕੋਈ ਬਾਈਬਲ ਆ ਬਾਈਬਲ ਨਾਲ ਰਿਲੇਟਡ ਕੋਈ ਹੈ ਨਾ ਬੁੱਕਸ ਆ ਚਲੋ ਇੱਥੇ ਤਾਂ ਕੁਛ ਹੈ ਨਹੀਂ ਆਹ ਆਹ ਫੜੋ ਜੀ ਜਸਲੀਨ ਆਹ ਫੜ ਜਸਲੀਨ ਆਪਣੇ ਕੋਲ ਹੈ ਨਾ ਅਤੇ ਅੱਗੋਂ ਇਹ ਆਂਟੀ ਆਪਣੇ ਘਰ ਨੂੰ ਵਿਚਾਰੀ ਇਸ ਤਰੀਕੇ ਨਾਲ ਦੇਖ ਰਹੀ ਹੈ ਵੀ ਜਿੱਦਾਂ ਕਿਸੇ ਹੋਰ ਦਾ ਘਰ ਹੋਵੇ ਹੈ ਨਾ ਇਸ ਘਰ 'ਚ ਦੇਖੋ ਕਿਸੇ ਟਾਈਮ ਇੱਥੇ ਧੂਫ ਬੱਤੀ ਲੱਗਦੀ ਹੋਊਗੀ ਮੰਦਿਰ ਛੋਟਾ ਜਿਹਾ ਹੈ ਨਾ ਘਰ 'ਚ ਰੱਖਿਆ ਹਰ ਬੰਦਾ ਆਪਣੇ ਘਰ ਦੇ ਵਿੱਚ ਸਜਾਉਂਦਾ ਇਹਨਾਂ ਚੀਜ਼ਾਂ ਨੂੰ ਭਗਵਾਨ ਦੀ ਮੰਨਤਾ ਕਰਦਾ ਤੁਸੀਂ ਦੇਖੋ ਇਹਨਾਂ ਨੇ ਇਹਦੇ ਵਿੱਚ ਜਾਣ ਬੁੱਝ ਕੇ ਜਾਂ ਦਿਮਾਗੀ ਅਪਸੈਟ ਹੋਣ ਕਰਕੇ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਚੱਲਦਾ ਉਹਦੇ 'ਚ ਉਹਨੇ ਜੁੱਤੀ ਪਾ ਕੇ ਰੱਖੀ ਪਈ ਆ ਹੈ ਨਾ ਇੱਥੇ ਮੰਦਿਰ ਦੇ ਵਿੱਚ ਉਹ ਬੂਟ ਰੱਖਿਆ ਹੋਇਆ ਗੰਦਾ ਉੱਥੇ ਵੀ ਅੰਦਰ ਜਿਹੜੀਆਂ ਤਸਵੀਰਾਂ ਸੀਗੀਆਂ ਇੱਦਾਂ ਦੀਆਂ ਜਾਂ ਕੋਈ ਧਾਰਮਿਕ ਗ੍ਰੰਥ ਸੀਗੇ ਉਹਦੇ ਵਿੱਚ ਵੀ ਉਹਦੇ ਉੱਪਰ ਵੀ ਉਹਨਾਂ ਨੇ ਜੁੱਤੀ ਰੱਖੀ ਹੋਈ ਸੀ ਭੈਣ ਨੇ ਅਤੇ ਇੱਥੇ ਵੀ ਕਿ ਉਹਦੀ ਮਨ ਦੀ ਅਵਸਥਾ ਪਤਾ ਨਹੀਂ ਕਿੱਦਾਂ ਦੀ ਆ ਦੇਖੋ ਇਹਦੇ ਵਿੱਚ ਵੀ ਸਾਰਾ ਕੂੜਾ ਭਰਿਆ ਹੋਇਆ ਇਹਦੇ 'ਚ ਵੀ ਦੁਰਗਾ ਦੇ ਨਰਾਤਿਆਂ ਦਾ ਪਾਠ ਆ ਜਿਹੜਾ ਦੁਰਗਾ ਕਾ ਨਵਰਾਤਾ ਪਾਠ ਕਿਸੇ ਟਾਈਮ ਦੇਖੋ ਉੱਥੋਂ ਦੀ ਤਸਵੀਰ ਆ ਆਪਣੇ ਕੇਦਾਰਨਾਥ ਦੀ ਇਹਦੇ ਵਿੱਚ ਵਿਵੇਕਾਨੰਦ ਜੀ ਦੀ ਦਾ ਆਹਨ ਬੁੱਕ ਕੋਈ ਇੱਦਾਂ ਦੇ ਪਾਠ ਨੇ ਜਿਹੜੇ ਕਿਸੇ ਟਾਈਮ ਇਸ ਪਰਿਵਾਰ ਦੇ ਵਿੱਚ ਇਸ ਘਰ ਦੇ ਵਿੱਚ ਇਹਦੇ ਵਿੱਚ ਜੋਤ ਲੱਗਦੀ ਹੋਊਗੀ ਹਨੂੰਮਾਨ ਜੀ ਦੀ ਤਸਵੀਰ ਪਈ ਆ ਵਿੱਚ ਬਜਰੰਗ ਬਲੀ ਜੀ ਦੀ ਅਤੇ ਇੱਧਰ ਗਣੇਸ਼ ਜੀ ਦੀ ਮੂਰਤੀ ਪਈ ਆ ਪਰ ਅੱਜ ਇਹਦੇ ਵਿੱਚ ਵੀ ਆ ਦੇਖੋ ਇੱਦਾਂ ਦੇ ਗੰਦੇ ਮੰਦੇ ਟਾਇਰ ਇੱਦਾਂ ਦੇ ਪਾ ਕੇ ਇਹਨੇ ਭੈਣ ਨੇ ਕੁਛ ਟੰਗਿਆ ਪਿਆ ਵਾ ਗੱਡੀ ਆਂਟੀ ਵੇਚਤੀ ਜਿਹੜੇ ਮੈਂਟਲੀ ਠੀਕ ਨਹੀਂ ਸੀਗੀ ਇਹਨਾਂ ਨੇ ਜਿਵੇਂ ਗੱਡੀ ਵੇਚੀ ਤੁਸੀਂ ਵਿਰੋਧ ਨਹੀਂ ਕੀਤਾ ਕਿਹਾ ਨਹੀਂ ਉਹਨਾਂ ਨੂੰ ਲੈਣ ਵਾਲੇ ਬੰਦੇ ਨੂੰ ਵੀ ਅੱਛਾ ਇਹਦੇ ਨਾਂ 'ਤੇ ਸੀ ਦੇਖੋ ਵਿੱਚ ਨਾਰੀਅਲ ਪਏ ਨੇ ਹੈ ਨਾ ਕਿਤੇ ਆਹ ਝੰਡਾ ਚੜਾ ਕੇ ਆਇਆ ਝੰਡਾ ਪਿਆ ਵਾ
ਇਹ ਮਾਤਾ ਕਿਤੇ ਗਏ ਸੀ ਤੁਸੀਂ ਝੰਡਾ? ਨਹੀਂ ਨਹੀਂ ਮੈਂ ਨਹੀਂ ਜਾਂਦਾ, ਮੇਰਾ ਗਈ ਨਹੀਂ, ਪਤਾ ਨਹੀਂ ਕਿੱਥੋਂ ਚੁੱਕ ਕੇ ਲੋਕਾਂ ਦੇ। ਘਰ ਦੇ ਵਿੱਚ ਕਿੱਦਾਂ ਬੋਤਲਾਂ ਸ਼ਰਾਬ ਦੀਆਂ ਜਾਂ ਹੋਰ ਕਿੰਨਾ ਕੁਛ ਨਾ ਇਹਨਾਂ ਨੇ ਆਪਣੇ ਆਹ ਵੀ ਫੜ ਲਓ ਆਪਣੇ ਕੋਲ ਧਾਰਮਿਕ, ਆਹ ਵੀ ਫੜ ਲਓ ਇੱਕ ਆਪਣੇ ਕੋਲ, ਇੱਕ ਆ ਭਗਵਤ ਗੀਤਾ ਪਈ ਆ, ਆਹ ਦੇਖੋ ਭਗਵਤ ਗੀਤਾ। ਅਤੇ ਇਹ ਉਹ ਘਰ ਦੀਆਂ ਤਸਵੀਰਾਂ ਵਾਂ ਜਿੱਥੇ ਚੰਗੇ ਪਰਿਵਾਰ ਦੇ ਚੰਗੇ ਲੋਕ ਵੱਸਦੇ ਸੀ, ਪਰ ਅੱਜ ਸਾਰਾ ਕੁਛ ਦੇਖੋ ਕੂੜਾ ਭਰਿਆ ਹਰ ਥਾਂ 'ਤੇ, ਬੂਟ ਜੁੱਤੀਆਂ ਭਰੀਆਂ ਪਈਆਂ ਭੈਣ ਨੇ, ਪਤਾ ਨਹੀਂ ਕਿੱਥੋਂ ਇੰਨਾ ਗੰਦਗੀ ਦੇ ਢੇਰ ਲਾਜ ਪਏ ਅੰਦਰ ਭਰ ਭਰ ਕੇ, ਹਰ ਚੀਜ਼ ਦੇ ਵਿੱਚ ਕੂੜਾ ਕੂੜਾ ਭਰਿਆ ਹੋਇਆ। ਆ ਬੇਲਾਂ ਬੂਲਾਂ ਆ ਦੇਖੋ, ਆ ਬੇਲਾਂ ਜੀ ਇਹਨੂੰ ਪਤਾ ਨਹੀਂ ਕਿੱਥੋਂ ਲੈ ਕੇ ਆਏ ਆ ਭੈਣ, ਆ ਵੀ ਕੂੜਾ ਸਾਰਾ। ਕਿੰਨੇ ਸਾਲ ਬਾਅਦ ਆਂਟੀ ਅੰਦਰ ਆਏ ਹੋ ਅੱਜ? ਉਦੋਂ ਦੇ ਹੀ ਆਏ ਹੋਏ ਹੋ ਜਦੋਂ ਆਰਡਰ ਹੋਇਆ ਸੀ, ਉਦੋਂ ਪਹਿਲਾਂ ਦੇ, ਹੈਨਾ? ਦੇਖੋ ਇਹਦੇ ਵਿੱਚ ਵੀ ਇੱਦਾਂ ਹੀ ਕੂੜਾ ਸਾਰੇ ਪਾਸੇ, ਗੰਦੇ ਕੱਪੜੇ ਲੀਰੇ, ਕਿੰਨਾ ਆ ਗੰਦਾ ਕੁਛ ਗਿੱਲਾ ਗਿੱਲਾ ਪਿਆ। ਜਦੋਂ ਬੇਟੀ ਹੋਈ ਆ, ਹੈ ਅੱਛਾ, ਉਦੋਂ ਵੀ ਜੇਲ੍ਹ 'ਚ ਸੀਗਾ ਉਹ। ਮਾਤਾ ਕੋਈ ਇੱਥੇ ਘਰ 'ਚ ਕੋਈ ਸੋਨੇ ਦੇ ਗਹਿਣੇ ਗੁਣੇ ਤਾਂ ਨਹੀਂ ਸੀ? ਓਕੇ ਸਾਰੇ ਪਾਸੇ ਜੀ ਕੂੜਾ ਹੀ ਕੂੜਾ ਭਰਿਆ ਹੋਇਆ ਭੈਣ ਨੇ, ਪਤਾ ਨਹੀਂ ਕਿੱਥੋਂ ਕਿੱਥੋਂ ਇਹ ਸਾਰੀਆਂ ਚੀਜ਼ਾਂ ਲੈ ਕੇ ਆਉਂਦੀ ਸੀਗੀ ਚੱਕ ਕੇ ਭੈਣ ਸੜਕਾਂ ਤੋਂ। ਕੋਈ ਨਾ ਮਾਂ ਮੇਰੀ, ਜਦੋਂ ਜਿਹਦਾ ਰੱਬ ਹੁੰਦਾ ਉਹਨੂੰ ਕੋਈ ਬਰਬਾਦ ਨਹੀਂ ਕਰ ਸਕਦਾ। ਇਹੀ ਤੁਹਾਡੀ ਬੇਟੀ ਤੁਹਾਨੂੰ 2-3 ਸਾਲਾਂ ਬਾਅਦ ਹੀ ਮਹਾਰਾਜ ਕਿਰਪਾ ਕਰੇ ਐਨ ਨੋਰਮਲ ਜ਼ਿੰਦਗੀ ਜਿਊਗੀ। 2-3 ਮਹੀਨਿਆਂ ਦੇ ਵਿੱਚ ਇਹ ਨੋਰਮਲ ਹੋ ਜਾਣਾ ਇਹਨੇ। ਇਹਦੇ 'ਚ ਵੀ ਰੰਗ ਭਰਿਆ ਹੋਇਆ ਸ਼ਾਇਦ ਸੰਧੂਰ ਆ। ਨਹੀਂ ਨਹੀਂ ਦੌੜਦੀ ਨਹੀਂ ਆਂਟੀ, ਹੈਗੇ ਨੇ ਆਪਣੇ ਮੈਂਬਰ ਆਂਟੀ। ਆ ਚੰਦਨ ਦੀ ਕੋਈ ਲੱਕੜ ਆ ਸ਼ਾਇਦ। ਪੈਸੇ ਨੇ ਦੇਖੋ, 10 ਰੁਪਈਆਂ ਦਾ ਨੋਟ ਆ, ਰਿੰਪੀ ਆ ਸਾਹਮਣੇ ਘਰ ਵਾਲੇ ਅੱਛਾ ਭੈਣ। ਟੈਨਸ਼ਨ ਨਾ ਲੈ ਮਾਂ, ਬਰਬਾਦ ਨਹੀਂ ਹੋਣ ਦਿੰਦੇ ਵਾਹਿਗੁਰੂ, ਉਹ ਸਾਰਿਆਂ ਦੇ ਨਾਲ ਨੇ। ਆਹ ਦੇਖੋ ਆਹ ਛੋਟੀ ਜਿਹੀ ਬੱਚੀ ਦਾ ਝੂਲਾ, ਤਨਵੀ ਦਾ ਹੋਊਗਾ ਸ਼ਾਇਦ, ਹੈ ਨਾ? ਉਸ ਟਾਈਮ ਤਨਵੀ ਵਾਸਤੇ ਲਿਆ ਗਿਆ ਹੋਊਗਾ ਇਹ, ਨਾ
पर अज इहदे विच वी इदां कूड़ा कवाड़ा भरिया पिया। साडी जिहड़ी इह कोशिश हुंदी है वी जिवें आ चेक करन दा मतलब की आ वी कल नूं असीं इत्थों इहनूं भैण नूं लै के जांदे आ, कोई इत्थे इदां दी कोई चीज़ होवे जां कोई इदां दा होवे ते असी हुण साडे हुंदिआं परिवार दे सामणे असी चेक करके इन्हां दे सपुरद करिए, क्योंकि कल्ली साडी इह जिम्मेवारी नहीं हैगी वी असीं आए ते असीं भैण नूं लिजा के बिठा के लिआ जाईए गड्डी दे विच। आंटी स्टोर आ, ये किचन आ थोड़ी, रसोई है, वैसे पुरानी पहला किचन सी है ना। आ देखो आ मंदिर पता नहीं कित्थों लैके आए, दो तीन महीने च भी जुत्ती रखी पई है, देखो इन्हें पता नहीं इहदे की दिमाग चलदा, जिथे भगवान का यानी कि नाम जां वास होना चाहिए उत्थे ने जान के इदां जुत्तियां वगैरह रखियां होईयां वा भैण ने, शराब दियां बोतलां वगैरह पता नहीं कित्थों लैके आउंदी है चक के खाली है ना। आ सारा कूड़ा कवाड़ा यानी कि तुहाडे घर दा नहीं हैगा आंटी है, देखो किन्नियां जुत्तियां किन्ने जुत्तियां दे जोड़े घरे लिया लिया रखे हुए ने भैन ने। आंटी जिहड़े इहदे सर्टिफिकेशन वगैरह इहदी पढ़ाई पढ़ूई दा देखदे आपां, आ देखियो इहदे विच तां नहीं कुछ, ਇਹਦੇ 'ਚ ਵੀ ਕੂੜਾ ਭਰਿਆ ਪਿਆ, ਜੁੱਤੀਆਂ ਭਰੀਆਂ ਪਈਆਂ ਲਓ, ਟੈਚੀ 'ਚ ਵੀ ਇਹਦੇ 'ਚ ਵੀ ਸਾਰਾ ਕੂੜਾ ਭਰਿਆ ਪਿਆ। ਆਹੀ ਟੈਚੀ ਸੀ ਆਂਟੀ ਜਿਹੜਾ ਤੁਸੀਂ ਕਹਿੰਦੇ ਹੋ, ਇਹਦੇ 'ਚ ਤਾਂ ਕੂੜਾ ਹੀ ਕੂੜਾ ਭਰਿਆ ਪਿਆ ਟੈਚੀ 'ਚ। ਮੈਂ ਖਾਲੀ ਪੇਪਰ ਪਏ ਸਾਰੇ, ਥੋੜ੍ਹੇ ਦਿਨ ਪਹਿਲਾਂ ਕਿਸੇ ਨੇ ਇੱਥੇ ਏ ਟੀ ਐੱਮ ਤੋਂ ਪੈਸੇ ਕਢਾਏ ਦੱਸਦੇ ਸੀ ਭੈਣ ਨੇ, ਅਤੇ ਇਹ ਉਹ ਭੈਣ ਉਹਤੋਂ ਪੈਸੇ ਉਹਦਾ ਪਰਸ ਖੋ ਕੇ ਭੱਜ ਲਈ, ਉਹ ਮਗਰ ਭੱਜ ਲਏ ਅਤੇ ਉਹ ਘਰ ਆ ਗਏ ਇੱਥੇ, ਕਾਫੀ ਲੜ ਕੇ ਉਹ ਲੜਾਈ ਕਰਕੇ ਤੋਂ ਪਰਸ ਵਗੈਰਾ ਫਿਰ ਦੱਸਦੇ ਆ ਗੁਆਂਢੀ ਲੈ ਕੇ ਗਏ, ਅਤੇ ਯਾਨੀ ਕਿ ਇੱਦਾਂ ਹੁਣ ਸਮਾਨ ਖੋਹ ਵੀ ਲੈਂਦੇ ਆ ਅਤੇ ਫਿਰ ਲੋਕ ਮਾਰਦੇ ਆ ਕੁੱਟਦੇ ਆ। ਅਤੇ ਇਹ ਸਾਡੀ ਨਵਨੀਤ ਭੈਣ ਦੀ ਹਾਲਾਤ ਨੇ, ਆਹ ਦੇਖੋ ਮਾਤਾ ਕੀ ਨੇ ਪੇਪਰ ਕਾਹਦਾ ਰਿਕਾਰਡ ਹੈ, ਆਹ ਦੇਖੋ ਕਿਸੇ ਟਾਈਮ ਜਦੋਂ ਕੋਠੀ ਬਣਾਈ ਹੋਣੀ ਹੈ ਨਾ ਸ਼ਾਇਦ, ਮੈਨੂੰ ਲੱਗਦਾ ਕੋਠੀ ਦਾ ਹੀ ਨਕਸ਼ਾ ਵਾ, ਹਾਂ ਘਰ ਦਾ ਹੀ ਨਕਸ਼ਾ ਜੀ ਇਹ। ਆਹ ਦੇਖੋ ਕਿੰਨੇ ਬੈਡਰੂਮ ਕਿੰਨੇ ਵਾਸ਼ਰੂਮ ਆ, ਕਿੱਥੇ ਕਿੱਥੇ ਕੀ ਆ ਸਾਰਾ ਹੈ ਨਾ। ਕਿਸੇ ਟਾਈਮ ਸਰਦਾਰ ਸੁਰਿੰਦਰ ਸਿੰਘ ਜੀ ਨੇ ਸੁਪਰੀਮ ਕੋਰਟ 420 ਹੱਕ ਵਿੱਚ ਕੋਈ ਪ੍ਰੋਟੈਸਟ ਕੀਤਾ ਗਿਆ ਵਾ, ਭਾਰਤ ਸੰਚਾਰ ਨਿਗਮ ਗੁਰਬਚਨ ਕੌਰ ਟੈਲੀਫੋਨ ਦਾ ਬਿੱਲ ਆ, ਸਰਟੀਫਿਕੇਟ ਤਾਂ ਕੋਈ ਵੀ ਨਹੀਂ ਵਜਿਆ, ਫੇਰ ਸੈਕਸ਼ਨ ਸੋਕਾ ਮੁਕਤ ਮਤਾ ਸੋਕ ਮਤਾ ਐਕਸ਼ਨ ਕਮੇਟੀ ਸਾਹਿਬਜ਼ਾਦਾ ਅਜੀਤ ਸਿੰਘ ਜਦੋਂ ਇਹਨਾਂ ਦੀ ਡੈਥ ਹੋਈ ਹੋਣੀ ਹੈ ਬਾਪੂ ਜੀ ਦੀ, ਉਹਨਾਂ ਵੱਲੋਂ ਭੇਜਿਆ ਗਿਆ। ਆਹ ਦੇਖੋ ਇਹਨਾਂ ਦੇ ਤਸਵੀਰ ਦੇਖੋ, ਮਾਤਾ ਜੀ ਦੇ ਹਸਬੈਂਡ ਅਤੇ ਇਹਨਾਂ ਦੀ ਬੇਟੀ ਨਵਨੀਤ ਕੌਰ, ਕਿੰਨੀ ਸੋਹਣੀ ਹੁੰਦੀ ਸੀ ਭੈਣ। ਅਤੇ ਉਹਨਾਂ ਦਾ ਰਾਸ਼ਨ ਕਾਰਡ ਆ ਸ਼ਾਇਦ ਇਹ, ਹੈ ਨਾ। ਆਹ ਲਓ ਆਂਟੀ ਬੜੇ ਆ ਵੀ ਪੇਪਰ ਸਾਰੇ। ਆਂਟੀ ਕੋਈ ਇਹਨਾਂ ਦੀ ਤਸਵੀਰ ਹੈਗੀ ਹੈ ਭੈਣ ਦੀ ਤੁਹਾਡੇ ਕੋਲ, ਕੋਈ ਤਸਵੀਰ ਪੁਰਾਣੀ ਹੈਗੀ ਇਹਦੀ ਕੋਈ ਤੁਹਾਡੇ ਕੋਲ? ਜਿੱਥੇ ਸਭ ਤੋਂ ਜ਼ਰੂਰੀ ਚੀਜ਼ਾਂ ਸੀ ਘਰ ਦੀਆਂ ਪਈਆਂ, ਉੱਥੇ ਵੀ ਭੈਣ ਨੇ ਕੂੜਾ ਭਰਿਆ ਪਿਆ।
ਗੁਰਦੁਆਰਾ ਸਾਹਿਬ ਦੇਖੋ ਦਾਨੀ ਵੀ ਪਰਿਵਾਰ 500 ਰੁਪਈਆ 2013 ਦੀਆਂ ਰਸੀਦਾਂ ਇਹ ਅਤੇ ਇਹ ਦਿੱਤਾ ਗਿਆ ਗੁਰਬਚਨ ਕੌਰ ਵੱਲੋਂ 5000 ਰੁਪਏ ਪਾਠ ਦੇ ਭੋਗ ਦੀ ਭੇਟਾ ਕੀਰਤਨ ਦੀ ਭੇਟਾ ਬਾਪੂ ਮਾਤਾ ਜੀ 2013 ਦੇ ਵਿੱਚ ਡੈਥ ਹੋਈ ਸੀ ਅੰਕਲ ਦੀ ਅੰਕਲ ਦੀ ਡੈਥ 2013 'ਚ ਹੋਈ ਸੀ ਉਹਨਾਂ ਦੇ ਭੋਗ ਦੀਆਂ ਜਿਹੜੀਆਂ ਗੁਰਦੁਆਰਾ ਸਾਹਿਬ ਦੀਆਂ ਰਸੀਦਾਂ ਪਈਆਂ ਹਾਂਜੀ ਹਾਂਜੀ ਇੱਥੋਂ ਲੈਂਦੇ ਹਾਂ ਠੀਕ ਲੱਭ ਗਈ ਤਸਵੀਰਾਂ ਕਿੱਥੇ ਡੱਗ ਪਈ ਕੋਈ ਫੋਟੋ ਆ ਦੇਖੋ ਜੀ ਭੈਣ ਸਾਡੀ ਨਵਨੀਤ ਕੌਰ ਆਹ ਤਸਵੀਰ ਆ ਦੇਖੋ ਨਵਨੀਤ ਦੀ ਕਿੰਨੀ ਸੋਹਣੀ ਹੁੰਦੀ ਸਾਡੀ ਅੱਜ ਇਸ ਭੈਣ ਦੇ ਕੀ ਹਾਲਾਤ ਆ ਇਹਨਾਂ ਦੇ ਡੈਡੀ ਸਰਦਾਰ ਸੁਰਿੰਦਰ ਸਿੰਘ ਜੀ ਦੀ ਤਸਵੀਰ ਹਾਂਜੀ ਆ ਦੇਖੋ ਨਵਨੀਤ ਭੈਣ ਦੀ ਤਸਵੀਰ ਆ ਵਕਤ ਵਕਤ ਬੜੀ ਵੱਡੀ ਚੀਜ਼ ਆ ਭਰਾਵੋ ਭੈਣੋ ਤੁਸੀਂ ਆਹ ਫੋਟੋ ਕਿਹਦੀ ਆ ਮਾਤਾ ਤੁਹਾਡੇ ਪੋਤੇ ਦੀ ਆ ਆ ਦੇਖੋ ਇਹ ਮਾਤਾ ਦਾ ਪੋਤਾ ਕਿੰਨਾ ਸੋਹਣਾ ਇਹਦਾ ਕੀ ਨਾਂ ਸੀ ਮਾਤਾ ਕੀ ਨਾਮ ਆ ਸੀ ਨੀ ਸੋਰੀ ਸਿਮਰਤ ਸਿਮਰਤ ਆ ਬੱਚੇ ਦਾ ਨਾਂ ਤੇ ਅੱਛਾ 12ਵੀਂ ਪਾਸ ਕਰ ਗਿਆ ਤੇ ਆ ਸਰਦਾਰ ਸੁਰਿੰਦਰ ਸਿੰਘ ਜੀ ਦੇਖੋ ਕਿੰਨੇ ਸਮਾਰਟ ਇਨਸਾਨ ਸੀ ਪੜ੍ਹੇ ਲਿਖੇ ਸੀ ਦੋ ਲੜਾਈਆਂ ਲੜੀਆਂ ਪਾਕਿਸਤਾਨ ਦੇ ਨਾਲ ਉਹਨਾਂ ਦੇ ਵਿੱਚ ਹਿੱਸਾ ਲਿਆ ਹੋਇਆ ਮੈਡਲ ਜਿੱਤੇ ਹੋਏ ਨੇ ਨਵਨੀਤ ਕੌਰ ਦੇ ਫਾਦਰ ਹਾਂਜੀ ਛੋਟੀ ਹੁੰਦੀ ਦੀ ਤਸਵੀਰ ਆ ਨਵਨੀਤ ਦੀ ਮਾਤਾ ਜੀ ਦੱਸਦੇ ਨੇ ਓਹੋ ਬਾਲ ਰੱਬਾ ਤੇਰੇ ਤੇਰੇ ਰੰਗ ਆ ਭਾਈ ਦੇਖੋ ਨਵਨੀਤ ਭੈਣ ਦੀ ਇਹ ਵੀ ਤਸਵੀਰ ਆ ਕਿਸੇ ਟਾਈਮ ਦੀ ਜਦੋਂ ਕਾਲਜ ਪੜ੍ਹਦੀ ਹੋਊ ਜਾਂ ਹੈ ਨਾ ਚੰਗੇ ਭਲੇ ਵੇਲਿਆਂ ਦੇ ਵਿੱਚ ਪੋਲਿਊਸ਼ਨ ਕੰਟਰੋਲ ਬੋਰਡ ਪੋਲਿਊਸ਼ਨ ਕੰਟਰੋਲ ਬੋਰਡ ਦਾ ਕੋਈ ਲੈਟਰ ਹੈ ਮਾਤਾ ਹਾਂ ਲੈਂਦੇ ਆਂਟੀ ਆਹ ਤੁਸੀਂ ਰੱਖੋ ਕੋਈ ਨਾ ਬਾਅਦ 'ਚ ਲੈਂਦੇ ਸਾਰਾ ਕੁਛ ਅਸੀਂ ਇੱਕ ਵਾਰੀ ਦੇਖ ਲਈ ਕੱਢ ਲਈ ਜਿਹੜਾ ਕੁਛ ਹੈਗਾ ਹੈ ਨਾ ਸੁਰਿੰਦਰ ਸਿੰਘ ਜੀ ਦਾ ਰਾਲਾ ਰਾਮ ਇਹਨਾਂ ਦੇ ਪਿਤਾ ਜੀ ਦਾ ਨਾਂ ਸੀਗਾ ਰਾਲਾ ਰਾਮ ਤੇ ਉਹਨਾਂ ਦੀਆਂ ਓਕੇ ਇਹ ਤੁਸੀਂ ਉਹਨਾਂ ਦਾ ਕੋਈ ਅਖਬਾਰ 'ਚ ਦਿਲਾਵਰ ਸਿੰਘ ਕੋਈ ਮੰਨ ਲਓ ਕੋਈ ਨੋਟੀਫਿਕੇਸ਼ਨ ਕਰਾਈ ਹੋਣੀ ਮੈਂ ਤਾਂ ਅਖਬਾਰ 'ਚ ਉਸ ਟਾਈਮ ਦੀ ਤਸਵੀਰ ਆ ਕੋਈ ਹਾਂਜੀ ਆਹ ਤੁਹਾਡੀਆਂ ਕੋਈ ਕਾਗਜ਼ ਪੱਤਰ ਨੇ ਜ਼ਰੂਰੀ ਹੈ ਨਾ ਤੁਹਾਡੇ ਬਿਨਾਂ ਤਾਂ ਕੋਠੀ ਦੇ ਜਾਂ ਹੋਰ ਜਿਹੜੇ ਤੁਸੀਂ ਫੀਸ ਜਮ੍ਹਾਂ ਕਰਾਈ ਹੋਈ ਆ ਉਹ ਬਸ ਇਹੀ ਸੀ ਆਂਟੀ ਸਰਟੀਫਿਕੇਟ ਇਹਦੇ ਵਿੱਚ ਪੇਪਰ ਹੋਰ ਕੋਈ ਨਹੀਂ ਆਂਟੀ ਵੀ 4 ਸਾਲਾਂ ਬਾਅਦ ਅੱਜ ਆਪਣੇ ਘਰ ਦੇ ਵਿੱਚ ਬੜੀ ਆ ਆਪਣੇ ਹਸਬੈਂਡ ਦੇ ਸਾਰੇ ਪੇਪਰ ਪੂਪਰ ਸਾਰੇ ਇੱਥੇ ਪਏ ਆ ਕੁਛ ਵੀ ਚੱਕਣ ਦਾ ਮੌਕਾ ਨਹੀਂ ਸੀ ਦਿੱਤਾ ਭੈਣ ਨੇ ਕਿਉਂਕਿ ਜਦੋਂ ਇਹ ਇਹਨਾਂ ਨੂੰ ਮਾਰਨ ਪਏ ਅਤੇ ਆਂਟੀ ਨੇ ਪੁਲਿਸ ਦਾ ਸਹਾਰਾ ਲੈ ਕੇ ਇੱਥੋਂ ਨਿਕਲੇ ਸੀਗੇ ਅਤੇ ਉਸ ਤੋਂ ਬਾਅਦ ਅੰਦਰ ਨਹੀਂ ਆਏ ਆਂਟੀ ਮੁੜ ਕੇ ਦੇਖੋ ਪਤਾ ਨਹੀਂ ਕਿੰਨੀਆਂ ਕੁਛ ਗੰਦ ਪਿੱਲ ਭੈਣ ਨੇ ਹਰ ਜਗ੍ਹਾ 'ਤੇ ਉਹ ਭਰਿਆ ਪਿਆ ਹਰ ਥਾਂ 'ਤੇ ਕੂੜਾ ਕਰਕਟ ਭਰਿਆ ਪਿਆ ਟੈਲੀਫੋਨ ਕਿਸੇ ਟਾਈਮ ਲੱਗੇ ਹੋਣਗੇ ਇਸ ਘਰ ਦੇ ਵਿੱਚ ਹੈ ਨਾ ਦੇਖੋ ਸਭ ਕੁਛ ਸੀਗਾ ਸਭ ਕੁਛ ਪਰ ਅੱਜ ਕੁਛ ਵੀ ਨਹੀਂ ਹੈਗਾ ਅੱਜ ਸਿਰਫ ਇੱਕ ਇਸ ਘਰ ਦੇ ਵਿੱਚ ਇੱਕ ਮਾਯੂਸੀ ਤੋਂ ਬਿਨਾਂ ਕੁਝ ਵੀ ਨਹੀਂ ਹੈਗਾ ਹੋਰ ਪਰਫਿਊਮ ਵਗੈਰਾ ਦੇਖੋ ਕਿੰਨੇ ਮਹਿੰਗੇ ਵਗੈਰਾ ਰੱਖਿਆ ਹੋਇਆ ਸਾਰਾ ਕੁਛ ਤਸਵੀਰਾਂ ਸ਼ਿਵਜੀ ਮਹਾਰਾਜ ਜੀ ਦੀਆਂ ਪਰਸ ਪੁਰਸ ਪਤਾ ਨਹੀਂ ਕਿੱਥੋਂ ਲੈ ਕੇ ਆਏ ਆ ਘਰੇ ਇੱਥੇ
ਵਾਹ ਰੱਬਾ ਤੇਰੇ ਵੀ ਕੂੜਾ ਹੀ ਹੈ ਬਸ। ਚਲੋ ਬਸ ਇੰਨਾ ਕਿ ਦੇਖੋ ਇੱਕ ਸ਼ਰਟ ਦੇ ਵਿੱਚ ਪਤਾ ਨਹੀਂ ਕਿੰਨਾ ਕੁਛ ਭੈਣ ਨੇ ਪਾ ਕੇ ਟੰਗਿਆ ਪਿਆ ਆਪਦੇ ਜਾਣੀ ਇੱਕ ਕੋਈ ਪੁਤਲਾ ਬਣਾਇਆ ਹੋਇਆ ਦੇਖੋ ਸੰਗਲ ਸੁੰਗਲ ਆਹ ਰਬੜਾਂ ਰੁਬੜਾਂ ਕਿੰਨੀਆਂ ਇੱਥੇ ਮਾਰਕੀਟ ਦੇ ਵਿੱਚ ਵਰਕਸ਼ਾਪ ਹੋਊਗੀ ਕੋਈ ਉੱਥੋਂ ਜੈਨ ਜੂਨ ਗੱਡੀਆਂ ਦੇ ਆਹ ਦੇਖੋ ਵਾਸ਼ਰੂਮ ਨੂੰ ਕਿੱਦਾਂ ਇੱਕ ਭੂਤ ਭੂਤੀਆ ਸਿਸਟਮ ਜਾਂ ਕੋਈ ਫਿਲਮਾਂ ਦੇ ਵਿੱਚ ਨਹੀਂ ਹੁੰਦਾ ਹੋਰਰ ਮੂਵੀਆਂ ਦੇ ਵਿੱਚ ਸਿਸਟਮ ਇੱਦਾਂ ਦਾ ਤਿਆਰ ਕੀਤਾ ਹੋਇਆ ਦੇਖੋ ਕੋਈ ਦੇਖੋ ਆਹ ਵਾਸ਼ਰੂਮ ਦੇ ਵਿੱਚ ਹਰ ਪਾਸੇ ਆਹ ਦੇਖੋ ਇੱਥੇ ਵੀ ਕੋਈ ਬਣਾ ਕੇ ਟੰਗਿਆ ਹੋਇਆ ਭੂਤ ਜਿਹਾ ਕੁਛ ਇੱਦਾਂ ਦਾ ਚਿਹਰਾ ਜਿਹਾ ਹੈ ਨਾ ਸਾਰੇ ਦੇਖੋ ਬੂਟ ਹੀ ਬੂਟਰ ਕੂੜੇ ਹੀ ਕੂੜਾ ਘਰ ਦੀ ਹਰ ਇੱਕ ਆਹ ਦੇਖੋ ਇੱਥੇ ਵੀ ਕੁਛ ਬੰਦਾ ਬਣਾ ਕੇ ਟੰਗਿਆ ਹੋਇਆ ਇਹਨੂੰ ਵੀ ਕੁਛ ਇੱਦਾਂ ਬਣਾ ਕੇ ਰੱਖਿਆ ਹੋਇਆ ਕੁਛ ਇਹਨਾਂ ਨੇ ਦੋਨੇ ਪਾਸੇ ਲੱਤਾਂ ਜਿਵੇਂ ਨਿੰਬੂ ਟੰਗਿਆ ਹੋਇਆ ਯਾਨੀ ਕਿ ਪੂਰਾ ਸਿਸਟਮ ਇੱਦਾਂ ਦਾ ਕਿਉਂਕਿ ਉਹਦੇ ਦਿਮਾਗ ਦੇ ਵਿੱਚ ਹੀ ਕੁਛ ਇੱਦਾਂ ਦਾ ਚੱਲਦਾ ਇਹ ਦੇਖੋ ਉੱਪਰ ਲਿਖੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਸਤਿਗੁਰ ਨਦਰ ਕਰੇ ਸੁਰਿੰਦਰ ਸਿੰਘ ਖੰਡਪੁਰ ਬਾਪੂ ਜੀ ਇੰਨਾ ਖੰਡਪੁਰ ਸੀਗਾ ਜੀ ਕਹਿੰਦੇ ਸੀ ਉਹਨਾਂ ਨੂੰ ਸੁਰਿੰਦਰ ਸਿੰਘ ਖੰਡਪੁਰ ਦੇ ਅੰਬਾਲਾ ਦਾ ਐਡਰੈਸ ਆ ਜੀ ਕੈਂਟ ਦਾ ਉਹਨਾਂ ਦਾ ਆਹ 447 SB ਅੰਬਾਲਾ ਕੈਂਟ ਸੁਰਿੰਦਰ ਸਿੰਘ ਖੰਡਪੁਰ ਇਹ ਸਾਰੇ ਇਹਦੇ 'ਚ ਹੀ ਪਾ ਲਓ ਆਂਟੀ ਕਾਗਜ਼ ਇਹ ਹੈ ਨਾ ਇੱਦਾਂ ਫੜਨਾ ਇੱਕ ਥਾਂ 'ਤੇ ਸੌਖਾ ਇੱਦਾਂ ਫੜ ਲਓ ਅਤੇ ਇੱਧਰ ਵਾਸ਼ਿੰਗ ਮਸ਼ੀਨ ਪਈ ਆ ਆਹ ਪਿੱਛੇ ਇਹਨਾਂ ਦਾ ਪਿੱਛੇ ਵੀ ਦਰਵਾਜ਼ਾ ਵਾ ਇੱਕ ਘਰ ਦੇ ਕਿਉਂਕਿ ਇੱਧਰ ਵੱਡੀ ਰੋਡ 'ਤੇ ਲੱਗਦਾ ਘਰ ਆਹ ਇਹਨਾਂ ਦੀ ਮੈਨੂੰ ਲੱਗਦਾ ਜਿਹੜੀ ਮੈਡੀਸਨ ਵਗੈਰਾ ਚੱਲੀ ਆ ਕੇਅਰ ਸਿੰਘ ਕੌਣ ਸੀ ਆਂਟੀ ਕੇਅਰ ਸਿੰਘ ਕੌਣ ਸੀ ਕੇਅਰ ਸਿੰਘ ਇੱਥੋਂ ਗੌਰਮੈਂਟ ਹੋਸਪਿਟਲ ਦੇ ਵਿੱਚੋਂ ਚੱਕ ਕੇ ਲਿਆ ਕਿਸੇ ਦੇ ਕਿਸੇ ਦੀ ਹੋਈ ਹੈ ਫਿਰ ਤਾਂ ਇੱਥੇ ਵੀ ਇੱਕ ਮੰਦਰ ਪਿਆ ਦੇਖੋ ਇਹਦੇ ਵਿੱਚ ਵੀ ਆ ਗੰਦੀਆਂ ਬੋਤਲਾਂ ਗੰਦ ਪੈਲ ਸ਼ਿਵਜੀ ਜੀ ਦਾ ਸ਼ਿਵਲਿੰਗ ਇਹਦੇ ਵਿੱਚ ਪਿਆ ਮੰਦਰ ਇੱਥੋਂ ਕਿਤੇ ਜਾਂ ਤਾਂ ਨੇੜੇ ਕੋਈ ਮੰਦਰ ਵਗੈਰਾ ਲੱਗਦਾ ਹੋਊਗਾ ਉੱਥੋਂ ਚੱਕ ਕੇ ਲੈ ਕੇ ਆਉਂਦੇ ਆ ਦੇਖੇ ਇੱਥੇ ਵੀ ਚੱਪਲਾਂ ਵਗੈਰਾ ਅਤੇ ਰੱਖੀਆਂ ਹੋਈਆਂ ਇਹਨਾਂ ਨੇ ਪੂਰਾ ਆ ਦੇਖੋ ਇਹਦੇ ਵਿੱਚ ਵੀ ਚੱਪਲਾਂ ਪਾ ਕੇ ਰੱਖੀਆਂ ਪਈਆਂ ਆ ਦੇਖੋ ਆ ਕੀ ਬਣਾਇਆ ਹੋਇਆ ਇਹਦੇ ਵਿੱਚ ਪਾ ਕੇ ਪੈਨ ਪੁੰਨ ਲਾ ਕੇ ਇੱਦਾਂ ਸਾਰਾ ਹੈ ਨਾ ਇੱਕ ਪੂਰਾ ਇੱਦਾਂ ਦਾ ਸਿਸਟਮ ਕੋਈ ਬਣਾਇਆ ਹੋਇਆ ਥੱਲੇ ਵੀ ਕਿੰਨਾ ਗੰਦ ਕੂੜਾ ਇਕੱਠਾ ਕਰਿਆ ਹੋਇਆ ਭੈਣ ਨੇ ਬੋਤਲਾਂ ਸ਼ਰਾਬ ਦੀਆਂ ਕਿੰਨੀਆਂ ਖਾਲੀ ਬੋਤਲਾਂ ਪਈਆਂ ਆ ਕੰਪਿਊਟਰ ਟੇਬਲ ਆ ਦੱਸਦੇ ਸੀ ਭੈਣ ਹੁਣੇ ਵੀ ਕੰਪਿਊਟਰ ਵੀ ਉੱਪਰੋਂ ਸੈੱਟ ਕੇ ਇਹਨਾਂ ਨੇ ਇੱਦਾਂ ਹੀ ਤੋੜ ਦਿੱਤਾ ਛੋਟਾ ਬੱਚਾ ਤਨਵੀ ਜਾਂ ਇਹਦਾ ਭੈਣ ਦਾ ਜਿਹੜਾ ਭਤੀਜਾ ਸੀਗਾ ਉਹ ਇਸ ਵਾਕਰ ਦੇ ਉੱਤੇ ਚੱਲਣਾ ਸਿੱਖਿਆ ਹੋਊਗਾ ਕਿਤੇ ਅਤੇ ਆਹ ਫਰਿੱਜ ਆ ਓਹੋ ਹੋ ਦੇਖੋ ਫਰਿੱਜ ਸ਼ਾਇਦ ਤੁਸੀਂ ਇੱਦਾਂ ਦਾ ਫਰਿੱਜ ਨਹੀਂ ਦੇਖਿਆ ਹੋਣਾ ਕਦੇ ਦੇਖੋ ਫਰਿੱਜ ਦੇ ਵਿੱਚ ਕੀ ਕੁਛ ਭਰਿਆ ਹੋਇਆ ਇਹ ਮਹਿੰਗਾ ਫਰਿੱਜ ਆ ਉਸ ਟਾਈਮ ਦਾ ਇੱਦਾਂ ਦੇ ਵੱਡੇ ਫਰਿੱਜ ਓਹ ਇੰਨੀ ਸਮੈਲ ਆਈ ਓਹ ਇੱਦਾਂ ਦੇ ਵੱਡੇ ਫਰਿੱਜ ਆਮ ਘਰਾਂ ਦੇ ਵਿੱਚ ਨਹੀਂ ਸੀ ਹੁੰਦੇ ਜਿੱਦਾਂ ਦਾ ਫਰਿੱਜ ਇਸ ਘਰ ਦੇ ਵਿੱਚ ਆ ਪਰ ਇਸ ਫਰਿੱਜ ਦੇ ਵਿੱਚ ਕੀ ਆ ਇਹ ਚੰਗੇ ਤਕੜੇ ਘਰਾਂ ਦੇ ਵਿੱਚ ਵੀ ਨਹੀਂ ਹੋ ਸਕਦਾ ਇਹ ਇਸ ਵਕਤ ਦੇ ਮਾਰੇ ਹੋਏ ਪਰਿਵਾਰ ਦੇ ਸਰਦਾਰ ਸੁਰਿੰਦਰ ਸਿੰਘ ਖੰਡਪੁਰ ਦੇ ਘਰ ਦੇ ਵਿੱਚ ਹੀ ਇਸ ਫਰਿੱਜ ਦੇ ਵਿੱਚ ਇੱਦਾਂ ਦਾ ਕੁਛ ਹੋ ਸਕਦਾ ਸੀ ਕਿਉਂਕਿ ਇੱਥੇ ਵਕਤ ਦੀ ਕੋਈ ਇਹੋ ਜਿਹੀ ਮਾਰ ਪਈ ਇਹੋ ਜਿਹੀ ਹਨੇਰੀ ਝੁੱਲੀ ਵੀ ਇਸ ਘਰ ਦੇ ਦੋ ਚਿਰਾਗ ਸੀਗੇ ਇੱਕ ਧੀ ਨਵਨੀਤ ਕੌਰ ਅਤੇ ਇੱਕ ਪੁੱਤ
ਮਾਤਾ ਜੀ ਬੇਟੇ ਦਾ ਕੀ ਨਾਂ ਸੀ ਤੁਹਾਡੇ ਦਾ ਬੇਟੇ ਦਾ ਕੀ ਨਾਂ ਸੀ ਹੈ ਜੀ ਮਨਪ੍ਰੀਤ ਸਿੰਘ ਮਨਪ੍ਰੀਤ ਸਿੰਘ ਅਤੇ ਨਵਨੀਤ ਕੌਰ ਆਹ ਪਿਛਲਾ ਗੇਟ ਆ ਜੀ ਇਹਨਾਂ ਦਾ ਘਰ ਦਾ ਇੱਥੇ ਵੀ ਦੇਖੋ ਸਾਰੇ ਕੂੜਾ ਹੀ ਕੂੜਾ ਭਰਿਆ ਹੋਇਆ ਆਹ ਦੇਖੋ ਆਹ ਪਿੱਛੇ ਕਾਕਾ ਜੀ ਆ ਜਾਓ ਆਹ ਬੈਕ ਸਾਈਡ ਆ ਇੱਥੇ ਵੀ ਇੱਦਾਂ ਹੀ ਝਾੜੂ ਝੂੜੂ ਲਾ ਕੇ ਆਹ ਦੇਖੋ ਇੱਕ ਮੰਦਰ ਇੱਥੇ ਪਿਆ ਕੋਈ ਇੱਕ ਵੱਡਾ ਸਾਰਾ ਇਹਨੂੰ ਭੈਣ ਨੂੰ ਆਹ ਕੂੜਾ ਕਬਾੜਾ ਇਕੱਠਾ ਕਰਨ ਦਾ ਆਹ ਦੇਖੋ ਇੱਧਰ ਪਿੱਛੇ ਵੀ ਇੱਕ ਆਹ ਰੱਖਿਆ ਹੋਇਆ ਇੱਥੇ ਵੀ ਕਿੰਨਾ ਗੰਦ ਰੱਖਿਆ ਆਹ ਪਿੱਛੇ ਵੱਡੀ ਰੋਡ ਆ ਸਾਹਮਣੇ ਸਿਵਲ ਹੋਸਪਿਟਲ ਆ ਸਾਹਮਣੇ ਥਾਣਾ ਵਾ ਚੌਂਕੀ ਆ ਬਿਲਕੁਲ ਸਾਹਮਣੇ ਅਤੇ ਆਹ ਬੋਤਲ ਦੇ ਵਿੱਚ ਸ਼ਾਇਦ ਪਤਾ ਨਹੀਂ ਵਾਸ਼ਰੂਮ ਕਰਕੇ ਰੱਖਿਆ ਹੋਇਆ ਵਾ ਪਤਾ ਨਹੀਂ ਕੀ ਆ ਅਤੇ ਇਹ ਸ਼ਾਇਦ ਇਹਨਾਂ ਦਾ ਆਹ ਦੇਖੋ ਇੱਥੇ ਵੀ ਸਾਰੇ ਕੂੜਾ ਹੀ ਕੂੜਾ ਭਰਿਆ ਹੋਇਆ ਕਿ ਭੂਤੀਆ ਮਹਿਲ ਦੀਆਂ ਤਸਵੀਰਾਂ ਜਿਵੇਂ ਕਹਿ ਦਈਏ ਇੱਕ ਆਪਾਂ ਦੇਖ ਰਹੇ ਹਾਂ ਜਿਹੜੀਆਂ ਆਮ ਅਸੀਂ ਫਿਲਮਾਂ ਦੇ ਵਿੱਚ ਹੀ ਦੇਖਦੇ ਹਾਂ ਪਰ ਇੱਥੇ ਅੱਜ ਤੁਹਾਨੂੰ ਅਸੀਂ ਰੀਅਲ ਦੇ ਵਿੱਚ ਇੱਕ ਜ਼ਿੰਦਗੀ ਦੀ ਤਹਿਸ ਨਹਿਸ ਹੁੰਦੀ ਤਸਵੀਰ ਦਿਖਾ ਰਹੇ ਹਾਂ ਜੁੱਤੀਆਂ ਨਾਲ ਭਰੇ ਹੋਏ ਉਹ ਹਰ ਚੀਜ਼ ਦੇ ਵਿੱਚ ਜੁੱਤੀਆਂ ਹੀ ਜੁੱਤੀਆਂ ਪਤਾ ਨਹੀਂ ਕਿੰਨੀਆਂ ਜੁੱਤੀਆਂ ਦੇ ਜੋੜੇ ਪਏ ਆ ਇੱਥੇ ਦੇਖੋ ਬੂਟ ਜੁੱਤੀਆਂ ਇਹਦੇ ਵਿੱਚ ਵੀ ਕੂੜਾ ਹੀ ਭਰਿਆ ਹੋਇਆ ਜੀ ਸਾਰਾ ਦੇਖੋ ਕੰਪਿਊਟਰ ਦਾ ਕੀਬੋਰਡ ਪਿਆ ਕਿਸੇ ਟਾਈਮ ਇਸ ਘਰ ਦੇ ਵਿੱਚ ਕੰਪਿਊਟਰ ਸੀਗਾ ਅਤੇ ਕੰਪਿਊਟਰ ਦਾ ਡਿਪਲੋਮਾ ਕੀਤਾ ਸੀ ਭੈਣ ਨੇ ਡਾਕਟਰ ਇੱਕ ਭੈਣ ਕਰੀਬ ਡਾਕਟਰ ਸੀ ਕਹਿੰਦੇ ਵੀ ਅੱਖਾਂ ਦੀ ਟੈਕਨੀਸ਼ੀਅਨ ਸੀਗੀ ਆ ਦੇਖੋ ਟੈਥੋਸਕੋਪ ਪਿਆ ਅਤੇ ਆ ਸਾਰਾ ਕੁਛ ਕੀ ਆ ਜੁੱਤੀਆਂ ਗੰਦੀਆਂ ਪਤਾ ਨਹੀਂ ਕਿੱਥੋਂ ਭੈਣ ਲੈ ਕੇ ਆਉਂਦੇ ਸੀਗੇ ਗੰਦੀਆਂ ਜੁੱਤੀਆਂ ਦੇ ਵਿੱਚ ਹੀ ਆ ਸਾਰੀਆਂ ਗੰਦੀਆਂ ਜੁੱਤੀਆਂ ਹੀ ਆ ਉਹ ਵੀ ਅਤੇ ਅਸੀਂ ਬਸ ਸਿਰਫ ਇੱਕ ਸਰਟੀਫਿਕੇਟ ਵਗੈਰਾ ਕੋਈ ਇਹ ਭੈਣ ਦੇ ਕਾਗਜ਼ ਪੱਤਰ ਦੇਖਣਾ ਚਾਹੁੰਦੇ ਸੀਗੇ ਵੀ ਇਸ ਘਰ ਦੇ ਵਿੱਚ ਕੋਈ ਇੱਦਾਂ ਦੀ ਜ਼ਰੂਰੀ ਚੀਜ਼ ਨਾ ਹੋਵੇ ਵੀ ਕੱਲ੍ਹ ਨੂੰ ਕੋਈ ਹੋਰ ਬੰਦਾ ਇੱਥੇ ਐਂਟਰ ਹੋ ਕੇ ਆ ਕੇ ਕੋਈ ਚੀਜ਼ ਲੈ ਜਾਵੇ ਅਤੇ ਅਸੀਂ ਮਾਂ ਨੂੰ ਉਸਨੂੰ ਇਸ ਘਰ ਤੋਂ ਸਪੁਰਦ ਕਰਕੇ ਜਾਣਾ ਚਾਹੁੰਦੇ ਹਾਂ ਅਤੇ ਬਸ ਸਾਡੀਆਂ ਇੰਨੀਆਂ ਕੀ ਬੇਨਤੀਆਂ ਸੀ ਸਾਡੀ ਵੀਡੀਓ ਤਾਂ ਬਹੁਤ ਲੰਬੀ ਚਲੇ ਗਈ ਆ ਪਰ ਉਹਦੇ ਵਿੱਚ ਮਾਤਾ ਨੂੰ ਕੁਛ ਉਹਦੇ ਪੇਪਰ ਲੱਭ ਗਏ ਆ ਸਰਟੀਫਿਕੇਟ ਘਰ ਦੇ ਕੁਛ ਕਾਗਜ਼ ਜਿਹੜੇ ਪਤਾ ਨਹੀਂ ਕਿੰਨੇ ਟਾਈਮ ਤੋਂ ਮਾਤਾ ਨੇ ਗੁੰਮੇ ਹੋਏ ਸੀ ਆ ਦੇਖੋ ਮਾਤਾ ਜੀ ਵੀ ਖੁਦ ਅੱਛਾ ਇਹ ਵੀ ਕਮਰਾ ਆ ਵੀ ਦੇਖੋ ਇੱਕ ਰੂਮ ਆ ਬੈਡਰੂਮ ਆ ਕਿਚਨ ਅਟੈਚ ਬਾਥਰੂਮ ਨੇ ਸਾਰੇ ਰੂਮ ਬੜੇ ਵਧੀਆ ਘਰ ਬਣਾਇਆ ਹੋਇਆ ਕਿਸੇ ਟਾਈਮ ਅਤੇ ਇਹਦੇ 'ਤੇ ਵੀ ਦੇਖੋ ਆਹ ਕੀ ਕੁਛ ਰੱਖੀ ਬੈਠੀ ਹੈ ਭੈਣ ਹੈ ਨਾ ਕੂੜਾ ਕਰਕਟ ਇੱਥੇ ਪਏ ਸੀ ਹੁਣ ਜਦੋਂ ਅਸੀਂ ਅੰਦਰ ਐਂਟਰ ਹੋਏ ਹਾਂ ਭੈਣ ਇਸੇ ਕਮਰੇ 'ਚ ਪਏ ਸੀ ਆਹ ਅਲਮਾਰੀਆਂ ਦੇ ਵਿੱਚ ਤੁਸੀਂ ਦੇਖੋ ਕਿੱਦਾਂ ਸਾਰੇ ਕੂੜਾ ਹੀ ਕੂੜਾ ਭਰਿਆ ਪਿਆ ਭੈਣ ਨੇ ਇਹ ਸਾਰੀਆਂ ਚੀਜ਼ਾਂ ਦਿਖਾਉਣ ਦਾ ਸਾਡਾ ਮਕਸਦ ਆ ਵੀ ਘੱਟੋ ਘੱਟ ਤੁਹਾਨੂੰ ਪਤਾ ਲੱਗ ਸਕੇ ਵੀ ਤੁਹਾਡੇ ਗੁਆਂਢ ਦੇ ਵਿੱਚ ਕੋਈ ਇੱਦਾਂ ਦਾ ਵੀ ਰਹਿੰਦਾ ਇਹਦੇ ਵਿੱਚ ਆ ਜੀ ਕੋਈ ਆਂਟੀ ਮੈਂ ਦੇਖਦਾ ਮੈਂ ਖੋਲ੍ਹਦਾ ਕਿਉਂਕਿ ਇਸ ਤੋਂ ਬਾਅਦ ਸਾਡੇ ਤੋਂ ਬਾਅਦ 'ਚ ਆਂਟੀ ਦੇ ਨਾਲ ਇੱਥੇ ਕਿਸੇ ਨੇ ਨਹੀਂ ਆਉਣਾ ਵੀ ਜਿਹੜਾ ਆ ਕੇ ਇਸ ਚੀਜ਼ਾਂ ਨੂੰ ਸਾਰੀਆਂ ਨੂੰ ਆ ਕੇ ਕਢਾਊਗਾ ਜਾਂ ਲਭਾਊਗਾ ਦੇਖੋ ਆਂਟੀ ਜੀ ਕੋਈ ਚੀਜ਼ ਇੱਥੇ ਆ ਕੇ ਤੁਹਾਡਾ ਟੈਚੀ ਪਿਆ ਆਂਟੀ ਸ਼ਾਇਦ ਕਿਸੇ ਨੂੰ ਇੱਦਾਂ ਲੱਗਦਾ ਹੋਵੇ ਵੀ ਅਸੀਂ ਸਾਡਾ ਪਤਾ ਨਹੀਂ ਕੀ ਇਹਦੇ ਵਿੱਚ ਕਾਰਨ ਆ ਵੀ ਇਹ ਸਾਰਾ ਕੁਛ ਕਰਨ ਦੇ ਵਿੱਚ
ਪਰ ਅਸੀਂ ਹਰ ਰੋਜ਼ ਦੇ ਆਪਣੇ ਤਜਰਬੇ ਤੋਂ ਇਹ ਚੀਜ਼ਾਂ ਦੀ ਸਿੱਖਿਆ ਲੈਂਦੇ ਹਾਂ ਵੀ ਇਹ ਜਿਹੜਾ ਸਾਰਾ ਕੁਛ ਅਸੀਂ ਕਰ ਰਹੇ ਹਾਂ ਵੀ ਇਹਦੇ ਪਿੱਛੇ ਕੀ ਕਾਰਨ ਆ ਸਾਡਾ ਸ਼ਾਇਦ ਦੇਖਣ ਵਾਲੇ ਭੈਣ ਭਰਾ ਨਾ ਸਮਝ ਪਾਉਣ ਇਸ ਗੱਲ ਨੂੰ ਪਰ ਸਾਡਾ ਮੰਤਵ ਆ ਜਿਹੜਾ ਉਹ ਇਹੀ ਆ ਵੀ ਕੱਲ੍ਹ ਨੂੰ ਕੋਈ ਇਸ ਘਰ ਦੀ ਕੋਈ ਇੱਦਾਂ ਦੀ ਜ਼ਰੂਰੀ ਚੀਜ਼ ਕੋਈ ਇੱਦਾਂ ਦਾ ਜ਼ਰੂਰੀ ਡਾਕੂਮੈਂਟ ਜੇ ਇੱਥੋਂ ਲੱਭ ਸਕਦਾ ਵਾ ਅੱਜ ਤਾਂ ਉਹ ਅੱਜ ਹੀ ਲੱਭ ਸਕਦਾ ਫਿਰ ਨਹੀਂ ਲੱਭਣਾ ਆ ਦੇਖੋ ਇਸ ਭੈਣ ਨੇ ਨਵਨੀਤ ਕੌਰ ਦਾ ਹੀ ਆ ਆਈਡੈਂਟੀ ਕਾਰਡ ਆ ਕੀ ਆ ਇਹ ਭੈਣ ਕਿਤੇ ਬਾਹਰ ਵੀ ਗਏ ਸੀ ਕਿਸੇ ਹੋਰ ਦੇਸ਼ 'ਚ ਸਾਈਪ੍ਰਸ ਦੇ ਵਿੱਚ ਹੈ ਨਾ ਆ ਸਾਈਪ੍ਰਸ ਦਾ ਕੀ ਆ ਜੀ ਦੇਖਿਓ ਇਹ ਯੂਰਪ ਦੇ ਵਿੱਚ ਸਾਈਪ੍ਰਸ ਦੇ ਵਿੱਚ ਵੀ ਭੈਣ ਹੋ ਕੇ ਆਈ ਹੋਈ ਆ ਅਠਾਰਾਂ ਤਾਂ ਫਿਰ ਇਹ ਮੈਂਟਲੀ ਸਿੱਖ ਹੋ ਗਏ ਨਾ ਆ ਦੇਖੋ ਭੈਣ ਦੀ ਤਸਵੀਰ ਆ ਉੱਥੋਂ ਦੀ ਯੂਰਪ ਜਦੋਂ ਗਏ ਸੀ ਭੈਣ ਸਟੂਡੈਂਟ ਵੀ ਜੀ ਤੇ ਗਏ ਸੀ ਅੱਛਾ ਉਦੋਂ ਬੇਟੀ ਹੋ ਗਈ ਸੀਗੀ ਜੀ ਅੱਛਾ ਬੇਟੀ ਨੂੰ ਤੁਹਾਡੇ ਕੋਲ ਛੱਡ ਗਏ ਸੀ ਆਹ ਤਸਵੀਰਾਂ ਫੜ ਲਿਓ ਜੀ ਆ ਪਾਸਪੋਰਟ ਆ ਭੈਣ ਦਾ ਹਾਂ ਦੇਖੋ ਨਵਨੀਤ ਕੌਰ ਦਾ ਪਾਸਪੋਰਟ ਇਹ ਚੀਜ਼ਾਂ ਲੱਭ ਰਹੇ ਹਾਂ ਜੀ ਅਸੀਂ ਤਾਂ ਜੋ ਇਹ ਪੇਪਰ ਜਿਹੜੇ ਇਹ ਡਾਕੂਮੈਂਟ ਆ ਮੁੜ ਕੇ ਆਂਟੀ ਲਈ ਤਾਂ ਇਹ ਗੁੰਮ ਚੁੱਕੇ ਸੀ ਆਂਟੀ ਦਾ ਆਹ ਲਓ ਆਂਟੀ ਪਾਸਪੋਰਟ ਇਹਦਾ ਭੈਣ ਦਾ ਅਤੇ ਆਹ ਤੁਸੀਂ ਆਹ ਸਾਰਾ ਹੀ ਲੈ ਲਓ ਆਹ ਜਿਹੜਾ ਹੈਗਾ ਨਾ ਇਹਦੇ ਵਿੱਚ ਹੋਰ ਵੀ ਸਾਰੀਆਂ ਤੁਹਾਡੇ ਕਾਗਜ਼ ਵਗੈਰਾ ਨੇ ਕੁੜੀ ਦਾ ਤਾਂ ਨਹੀਂ ਮੈਨੂੰ ਲੱਗਦਾ ਇਹਦੇ ਵਿੱਚ ਹੈਗਾ ਇੱਕੋ ਹੀ ਪਾਸਪੋਰਟ ਹੈ ਇਹਦੇ ਵਿੱਚ ਆਹੀ ਆ ਯੂਰਪ ਦੇ ਕਾਰਡ ਆ ਜੀ ਹੈ ਨਾ ਯੂਰਪੀਅਨ ਕਾਰਡ ਆ ਵੀਜ਼ਾ ਕਾਰਡ ਆ ਉੱਥੇ ਫਿਰ ਇਹਨਾਂ ਨੇ ਬਣਾਏ ਹੋਣਗੇ ਨਾ ਜਾ ਕੇ ਸਾਈਪ੍ਰਸ ਦੇ ਵਿੱਚ ਕਾਰਡ ਕੋਡ ਅੱਛਾ ਜੀ ਉੱਧਰਲੀ ਮੰਨ ਲਓ ਹੈਗੀ ਆ ਕੋਈ ਕਰੰਸੀ ਇਹਨਾਂ ਦੀ ਸੈਂਟ ਵਗੈਰਾ ਪਏ ਨੇ ਇਹਦੇ ਵਿੱਚ 78 ਦਾ ਮੇਰੇ ਤੋਂ 2 ਸਾਲ ਛੋਟੀ ਹੈ ਭੈਣ ਮੇਰਾ 76 ਦਾ ਜੀ ਅਤੇ ਭੈਣ ਦਾ 78 ਦਾ ਬਰਥ ਆ ਅਤੇ ਆਹ ਦੇਖੋ ਆਹ ਤਸਵੀਰਾਂ ਜਾਣੀ ਕਿ ਆਹ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਭੈਣ ਸਾਡੀ ਕਿੰਨੀ ਸਮਾਰਟ ਸੀਗੀ ਅਤੇ ਅੱਜ ਉਹਦੀ ਲਾਈਫ ਆ ਜਿਹੜੀ ਉਹ ਕਿਸ ਪੜਾਅ ਦੇ ਉੱਤੇ ਖੜੀ ਆ ਆਂਟੀ ਇਹ ਲਓ ਪਰਸ ਹੈ ਨਾ ਸਾਂਭ ਲਓ ਇਹ ਪਰਸ ਦੇ ਵਿੱਚ ਹੀ ਆ ਸਾਰਾ ਕੁਛ ਇਹਦੇ ਵਿੱਚ ਤਾਂ ਕੁਛ ਗੰਦ ਪਹਿਲੀ ਭਰਿਆ ਹੋਇਆ ਵਾ ਇਹਨੇ ਭੈਣ ਨੇ ਆਂਟੀ ਸੋਨੇ ਦੀ ਲੱਗਦੀ ਆ ਮੈਨੂੰ ਕਿਉਂਕਿ ਅਸੀਂ ਜਦੋਂ ਇੱਦਾਂ ਦੇ ਘਰਾਂ 'ਚ ਆਂਟੀ ਜਾਂਦੇ ਹਾਂ ਨਾ ਕਈ ਵਾਰੀ ਆਪ ਤੁਹਾਨੂੰ ਹੁਣ ਤੁਸੀਂ ਤਾਂ ਛੱਡੀ ਬੈਠੇ ਹੋ ਪਤਾ ਨਹੀਂ ਹੁੰਦਾ ਹੈ ਨਾ ਕੀ ਕੁਛ ਸੀਗਾ ਉਸ ਟਾਈਮ ਕੀ ਕੁਛ ਹੁਣ ਹੈਗਾ ਇਸ ਘਰ ਦੇ ਵਿੱਚ ਅਤੇ ਸ਼ਾਇਦ ਕੋਈ ਹੈ ਨਾ ਲੱਗਦੀ ਆ ਮੈਨੂੰ ਵੀ ਸੋਨੇ ਦੀ ਆ ਇੱਕ ਆਹ ਵੀ ਚੀਜ਼ ਦੇਖੋ ਕੀ ਆ ਚੈੱਕ ਕਰਾ ਲਿਓ ਕਿਉਂਕਿ ਅਸੀਂ ਕਈ ਵਾਰੀ ਆਂਟੀ ਇਹ ਚੀਜ਼ਾਂ ਨੂੰ ਨਾ ਦੇਖਦੇ ਹਾਂ ਵੀ ਬਾਅਦ ਦੇ ਵਿੱਚ ਕੋਈ ਵਾਰੀ ਇੱਦਾਂ ਦੀ ਥਾਂ 'ਤੇ ਉਹੀ ਸਿੱਟੀ ਪਈ ਚੀਜ਼ ਹੁੰਦੀ ਹੈ ਕੋਈ ਉਹ ਬਾਅਦ 'ਚ ਪਤਾ ਲੱਗਦੀ ਹੈ ਵੀ ਉਹ ਹਾਂਜੀ ਹਾਂਜੀ ਆਹ ਦੇਖੋ ਆਹ ਤੁਹਾਡਾ ਸਾਰਾ ਇਹ ਸਾਰਾ ਕੁਛ ਆਂਟੀ ਇਹਦੇ ਵਿੱਚ ਪਿਆ ਵਾ ਇਹਨੂੰ ਹੁਣ ਤੁਸੀਂ ਕੰਟਰੋਲ 'ਚ ਕਰ ਲਿਓ ਅਲਮਾਰੀ ਤੁਹਾਡੀ ਤੁਸੀਂ ਆਪ ਹੁਣ ਇਹਨਾਂ ਚੀਜ਼ਾਂ ਨੂੰ ਦੇਖਿਓ ਸਾਨੂੰ ਇੱਕ ਦੋ ਪੇਪਰ ਚਾਹੀਦੇ ਹੋਣਗੇ ਇਹਦੇ ਵਿੱਚੋਂ ਅਸੀਂ ਉਹ ਲੈ ਕੇ ਜਾਣੇ ਉਹ ਆ ਜਾਓ ਆਪਾਂ ਬਾਹਰ ਚੱਲ ਕੇ ਦੇਖ ਲੈਂਦੇ ਹਾਂ ਨਾ ਹਾਂਜੀ ਫੋਟੋਆਂ ਚੱਕ ਲਓ ਅਤੇ ਕੁੱਲ ਮਿਲਾ ਕੇ ਦੇਖੋ ਆ ਸਾਈਕਲ ਹੀ ਖੜ੍ਹੀ ਹੈ ਹੈ ਨਾ ਘਰ ਦੇ ਵਿੱਚ ਛੋਟਾ ਬੱਚਾ ਰਿਹਾ ਸਾਈਕਲ ਹੀ ਚਲਾਉਂਦਾ ਸੀ ਆਹ ਰੂਮ ਆ ਇਹ ਹੈਗਾ ਡਰਾਇੰਗ ਰੂਮ ਜਿੱਥੇ ਆ ਕੇ ਮਹਿਮਾਨ ਬੈਠਦੇ ਆ ਤੁਹਾਡੇ ਘਰਾਂ ਦੇ ਵਿੱਚ ਵੀ ਇੱਦਾਂ ਦੇ ਡਰਾਇੰਗ ਰੂਮ ਬਣੇ ਹੋਏ ਹੈਗੇ ਆ
ਤੇ ਇਹ ਦੇਖੋ ਇਹ ਕਿੱਦਾਂ ਭੈਣ ਨੇ ਇਹਦੇ ਵਿੱਚ ਵੀ ਜੁੱਤੀਆਂ ਰੱਖੀਆਂ ਪਈਆਂ, ਗੰਦ ਪਿੱਲ ਰੱਖਿਆ ਪਿਆ, ਹੈ ਨਾ, ਕੂੜਾ ਕਰਕਟ ਭਰਿਆ ਪਿਆ, ਹਰ ਪਾਸੇ ਕੂੜਾ ਹੀ ਕੂੜਾ ਪਿਆ ਵਾ ਜੀ। ਤੇ ਆਹ ਕੱਚ ਦੇ ਆ ਪੱਥਰ ਦੇ ਪਤਾ ਨਹੀਂ ਭੈਣ ਕਿੱਥੋਂ ਲੈ ਕੇ ਆਏ ਨੇ ਚੱਕ ਕੇ ਇੰਨਾ ਕੁਛ। ਟੇਬਲ ਆ ਕੱਚ ਦਾ, ਸ਼ੋਕੇਸ ਦੇਖੋ ਕਿੰਨਾ ਸੋਹਣਾ। ਉਸ ਟਾਈਮ ਅੰਕਲ ਉਹਨਾਂ ਨੇ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਬਣਾਈਆਂ, ਪਰ ਹੰਢਾ ਨਹੀਂ ਸੀ ਪਾ ਰਹੇ। ਪਰ ਹੁਣ ਤੁਹਾਡੀਆਂ ਦੁਆਵਾਂ ਅਤੇ ਤੁਹਾਡੀਆਂ ਅਰਦਾਸਾਂ ਦੇ ਸਦਕਾ ਹੁਣ ਇਹ ਮਾਤਾ ਜੀ ਇੱਥੇ ਰਹਿ ਸਕਣ। ਇਹ ਰਹਿ ਕੇ ਇੱਥੇ ਆਪਣੇ ਦੋਹਤੀ ਦੇ ਨਾਲ ਅਗਲਾ ਜਿਹੜਾ ਜੀਵਨ ਆ ਉਹ ਬਤੀਤ ਕਰ ਸਕਣ, ਸਾਡੀ ਇਹੀ ਮਨਸ਼ਾ ਵਾ, ਇਹੀ ਸਾਡੀ ਕੋਸ਼ਿਸ਼ ਆ ਵੀ ਅਸੀਂ। ਇਹ ਆਂਟੀ ਪੂਜਾ ਰੂਮ ਕੀ ਆ? ਇਹ ਪੂਜਾ ਰੂਮ? ਅੱਛਾ, ਸਾਰੇ ਕਮਰਿਆਂ 'ਚ ਜਾਂਦਾ ਸੀ। ਹੁਣ ਇੱਥੋਂ ਨਹੀਂ ਖੁੱਲ੍ਹ ਜਾਊਗਾ, ਨਿਕਲ ਸਕਦੇ ਆਪਾਂ? ਦੇਖੋ ਖੁੱਲ੍ਹਦਾ ਇਹ, ਆ ਜਾਓ, ਐਂ ਦੀ ਨਿਕਲ ਜਾਂਦੇ ਹਾਂ। ਓਕੇ, ਆ ਵੀ ਸਾਹਮਣੇ ਸ਼ੋਕੇਸ ਲੱਗਿਆ ਹੋਇਆ, ਹੈ ਨਾ, ਅਤੇ ਕਿੱਥੇ ਆ ਰਸੋਈ ਆ ਜੀ। ਆ ਦੇਖੋ ਕਿਚਨ, ਆ ਕਿਚਨ ਦੇ ਕੀ ਹਾਲਾਤ ਆ ਤੁਸੀਂ ਦੇਖ ਸਕਦੇ ਹੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਘਰ ਦੇ ਵਿੱਚ ਸ਼ੇਰਾਂ ਵਾਲੀ ਮਾਤਾ ਦਾ ਵੀ ਸਰੂਪ ਹੈਗਾ, ਮੂਰਤੀ ਰੱਖੀ ਹੋਈ ਆ, ਅਤੇ ਧਾਰਮਿਕ ਗ੍ਰੰਥ ਵੀ ਆ। ਪਰ ਗੱਲ ਤਾਂ ਇੱਥੇ ਆ ਜੀ, ਬਸ ਆ ਫੜਿਓ ਜੀ ਇਹਨੂੰ, ਆਪਾਂ ਜਲ ਪ੍ਰਵਾਹ ਜਾਂ ਕਰ ਦਾਂਗੇ ਜਾਂ। ਅਤੇ ਸਾਡਾ ਕੋਈ ਗੱਲ ਹੈ ਵੀ ਜਦੋਂ ਸੀਗਾ ਇੱਥੇ ਸਾਰਾ ਕੁਛ ਹੀ ਸੀਗਾ ਇਸ ਘਰ ਦੇ ਵਿੱਚ ਜੀ, ਸਾਰੀਆਂ ਖੁਸ਼ੀਆਂ ਸੀ, ਸਾਰੇ ਦਿਨ ਤਿਉਹਾਰ ਮਨਾਏ ਜਾਂਦੇ ਸੀ, ਹੈ ਨਾ। ਅੱਜ ਕਰਵਾ ਚੌਥ ਆ ਜੀ, ਕਰਵਾ ਚੌਥ ਦੇ ਉੱਪਰ ਹਰ ਘਰ ਦੇ ਵਿੱਚ ਅੱਜ ਆਪਣੇ ਪਤੀ ਦੀ ਲੰਮੀ ਉਮਰ ਵਾਸਤੇ ਬਹੁਤ ਸਾਰੀਆਂ ਸਾਡੀਆਂ ਸੁਹਾਣੀਆਂ ਭੈਣਾਂ ਸਾਡੀਆਂ ਵਰਤ ਰੱਖਦੇ ਅੱਜ, ਹੈ ਨਾ, ਹਰ ਘਰ ਦੇ ਵਿੱਚ ਹਰ ਬੰਦਾ ਚਾਹੁੰਦਾ ਸਾਡੇ ਘਰ 'ਚ ਖੁਸ਼ੀਆਂ ਆਉਣ। ਪਰ ਇਸ ਘਰ ਦੀਆਂ ਖੁਸ਼ੀਆਂ, ਇਸ ਘਰ ਦੀਆਂ ਜਿਹੜੀਆਂ ਉਹ ਦੋ ਮਾਲਕਣਾਂ, ਇੱਕ ਮਾਂ ਅਤੇ ਇੱਕ ਧੀ, ਤਿੰਨ, ਇੱਕ ਉਹਨਾਂ ਦੀ ਅੱਗੋਂ ਧੀ ਤਨਵੀ, ਅਤੇ ਉਹ ਕਿੱਦਾਂ ਦਾ ਜੀਵਨ ਬਤੀਤ ਕਰ ਰਹੇ ਆ, ਹੈ ਨਾ। ਆਹ ਦੇਖੋ ਅਲਮਾਰੀ ਆ, ਗੋਡਰੇਜ ਦੀ ਅਲਮਾਰੀ ਫਿੱਟ ਕੀਤੀ ਹੋਈ ਆ ਵਿੱਚ ਅਲਮਾਰੀ ਦੇ, ਅਤੇ ਸਾਰਾ ਕੁਛ ਯਾਨੀ ਕਿ ਪਰਫੈਕਟ ਇੱਕ ਫੈਮਿਲੀ ਦੇ ਵਿੱਚ ਜੋ ਹੁੰਦਾ ਉਹ ਹੈਗਾ ਇੱਥੇ। ਪਰ ਅੱਜ ਇੱਥੇ ਕੁਛ ਵੀ ਹੈ ਨਹੀਂ ਉਹ ਜੋ ਇੱਕ ਪਰਿਵਾਰ। ਆਹ ਵੀ ਫੜਿਓ ਜੀ, ਇਹ ਵੀ ਮਹਾਂਦੇਵ ਜੀ ਦਾ ਕੋਈ। ਚਲੋ ਜੀ, ਬਸ ਆਹ ਦਿਖਾਇਓ ਮਾਂ ਪੇਪਰ ਇੱਕ, ਹੈ ਨਾ, ਫੋਟੋਆਂ ਇੱਥੇ ਮਾੜੀ ਜਿਹੀ ਕਹਿਣਾ। ਲਾਈਟ ਮਾਰਿਓ ਕਾਕਾ, ਇੱਕ ਲਾਈਟ ਲੈ ਆਇਓ ਇੱਥੇ। ਇੱਕ ਆਪਾਂ ਆਧਾਰ ਕਾਰਡ ਤਾਂ ਵੋਟਰ ਕਾਰਡ ਨਹੀਂ, ਪਾਸਪੋਰਟ ਦੀ ਉਹ ਲੈ ਲੈਂਦੇ ਹਾਂ ਕਾਪੀ, ਹੈ ਨਾ। ਫਿਰ ਆਪਾਂ ਇਹ ਵਾਪਸ ਕਰ ਦਾਂਗੇ ਤੁਹਾਨੂੰ ਜੀ, ਅਸੀਂ ਬਾਅਦ 'ਚ ਸਾਤੋਂ ਲੈ ਆਇਓ ਇੱਕ ਵਾਰੀ ਐਂਟਰੀ ਵਾਸਤੇ, ਨਾ। ਬਾਕੀ ਪੇਪਰ ਜਾਂ ਕਾਗਜ਼ ਜੋ ਵੀ ਹੈ ਆਂਟੀ ਉਹ ਇਹਦੇ ਵਿੱਚ ਨੇ, ਅਤੇ ਇਹ ਵੀ ਤੁਹਾਡੇ ਇਹ ਅੰਕਲ ਜੀ ਦਾ ਉਹ ਆ ਵੋਟਰ ਕਾਰਡ, ਆਧਾਰ ਕਾਰਡ, ਸਾਰਾ ਕੁਛ ਨਾ ਇਹਦੇ ਵਿੱਚ ਆ। ਇੱਕ ਅਸੀਂ ਆਹ ਲੈ ਕੇ ਚੱਲੇ ਆਂਟੀ, ਜਿਹੜਾ ਤੁਹਾਡਾ ਪੁਰਾਣਾ ਰਾਸ਼ਨ ਕਾਰਡ ਆ, ਇਹਦੀ ਕਾਪੀ ਫਿਰ ਜਾਂ ਅਸੀਂ ਕਾਪੀ ਕਰਾ ਲੈਂਦੇ ਇੱਥੋਂ, ਫਿਰ ਸਾਨੂੰ ਅਸੀਂ ਤੁਹਾਨੂੰ ਦੇ ਜਾਂਦੇ ਹਾਂ, ਹੈ ਨਾ, ਇੱਥੋਂ ਜੇ ਕਾਪੀ ਹੋ ਜਾਵੇ। ਹਾਂ, ਇੱਦਾਂ ਕਰ ਲਿਓ, ਭੇਜ ਦਿਓ। ਫਿਰ ਤੁਸੀਂ ਇੱਦਾਂ ਕਰੋ, ਸਾਰੇ ਡਾਕੂਮੈਂਟ ਰੱਖ ਲਓ ਆਪਣੇ ਕੋਲ, ਤੁਸੀਂ ਸਾਨੂੰ PDF ਬਣਾ ਕੇ ਭੇਜ ਦਿਓ, ਠੀਕ ਹੈ ਜੀ। ਹਾਂਜੀ, ਇਹ ਰੱਖ ਲਓ, ਇਹ ਰੱਖ ਲਓ ਆਪਾਂ, ਅਤੇ ਆਹ ਕਰਾ ਲੈਂਦਾ ਜੀ, ਤੁਹਾਨੂੰ ਹਰਜਿੰਦਰ ਦੱਸਦਾ ਆਪਣਾ ਆਪਾਂ। ਹਾਂਜੀ, ਉਹ ਫੋਟੋਆਂ ਸਾਰੀ ਲੈ ਲਈਆਂ ਆਪਾਂ, ਹਾਂ ਲੈ ਲਓ, ਉਹਨੇ ਅੰਕਲ ਦਾ ਵਾ ਵੋਟਰ ਕਾਰਡ। ਅਤੇ ਅਸੀਂ ਹੁਣ ਨਵਨੀਤ ਭੈਣ ਨੂੰ ਇੱਕ ਗਲਵਜ਼ ਦਿਓ ਕਾਕਾ ਜੀ,
ਤੇ ਨਾਲ ਲੈ ਕੇ ਜਾ ਰਹੇ ਹਾਂ। ਗੱਡੀ ਨੇੜੇ ਕਰੋ ਅੰਕਲ, ਬਾਪੂ ਗੱਡੀ ਕਰੋ ਨੇੜੇ, ਕੋਈ ਨਾ ਉਹ ਦੇਖਦੇ ਆਪਾਂ ਨਾਲ ਬੈਠੇ ਤੁਹਾਡੇ, ਕੋਈ ਜਿੰਦਰ ਬੈਠੂਗਾ ਨਹੀਂ ਆਪਣੇ ਨਾਲ ਬੈਠਾ ਲੈਂਦੇ ਹਾਂ ਨਾ ਆਪਾਂ ਇਹਨਾਂ ਨੂੰ, ਭੈਣ ਨੂੰ ਆਪਣੇ ਕੋਲ ਗੱਡੀ ਕਰ ਲਓ, ਸਾਡੇ ਵਾਲੀ ਗੱਡੀ ਕਰ ਲਓ ਜੀ ਨੇੜੇ ਦੂਜੀ, ਚੱਲਿਆ ਭੱਜ ਕੇ ਭੈਣੇ ਆਹ ਕੀ ਕੱਢੀ ਜਾਂਦੇ ਰੰਗ, ਛੱਡ ਪਰ ਇਹਨਾਂ ਨੂੰ ਹੱਥ ਨਹੀਂ ਲਾਉਣਾ ਭੈਣੇ, ਹੱਥ ਗਲ ਜਾਣਗੇ ਮੇਰੀ ਭੈਣ ਨਵਨੀਤ ਦੇ ਹੁਣ। ਆਹ ਕੁੜੀ ਦਾ ਨਾਂ ਭੈਣੇ ਜਸਲੀਨ ਆ, ਇੱਧਰ ਦੇਖੀ, ਆਹ ਜੈਸਮੀਨ ਆ ਇਹਦਾ ਨਾਂ, ਇਹ ਵੀ ਭੈਣ ਆ ਮੇਰੀ ਛੋਟੀ, ਇਹ ਮੇਰੀ ਬੇਬੇ ਆ ਦੇਖੀ ਇੱਧਰ, ਇਹ ਮੰਮੀ ਆ ਮੇਰੀ ਛੋਟੀ, ਆਹ ਵੱਡੀ ਬੇਬੇ ਆ ਅਤੇ ਤੂੰ ਸਾਡੀ ਭੈਣ ਆ, ਠੀਕ ਆ। ਆਹ ਛੱਡਦੇ ਹੁਣ ਆਪਾਂ ਇਹੋ ਜਿਹੀਆਂ ਚੀਜ਼ਾਂ ਨੂੰ, ਹੱਥ ਨਹੀਂ ਲਾਉਣਾ, ਝਾੜ ਲਾ ਹੱਥ ਬਸ, ਝਾੜ ਦੇ ਹੱਥ ਇੱਦਾਂ, ਹੈ ਨਾ, ਇਹ ਗੰਦੇ ਹੱਥ ਨਹੀਂ ਕਰਨੇ ਗੇ ਮੇਰੀ ਭੈਣ ਨੇ ਹੁਣ, ਹੈ ਨਾ, ਸੂਨੇ ਨਾਲ ਫਿਰ ਹੱਥ ਪੈਰ ਗਲ ਜਾਂਦੇ ਆ, ਖਰਾਬ ਹੋ ਜਾਂਦੇ ਹੱਥ, ਠੀਕ ਆ। ਇਹ ਕੀ ਆ, ਹਾਂ ਇਹ ਸਾਰਾ ਕੁਛ ਇਹਦੇ ਵਿੱਚ ਹੀ ਪਾ ਲਓ ਇੱਕ ਥਾਂ 'ਤੇ। ਇੱਕ ਝੋਲਾ ਵਾ ਆਹ ਜਿਹੜਾ ਤੇਰੇ ਕੋਲ ਭੈਣੇ, ਮੈਨੂੰ ਲੱਗਦਾ ਇੱਥੇ ਰੱਖੋ ਇਹਦੇ ਉੱਤੇ ਸਾਰਾ ਕੁਛ। ਅਸੀਂ ਕਾਰਡ ਦਿੰਦੇ ਹਾਂ ਤੁਹਾਨੂੰ ਆਪਣੇ ਜੀ, ਹੈ ਨਾ, ਆਹ ਫੜ ਲਾ ਜੀ, ਧੀਰੂ ਨੂੰ ਫੜਾ ਦਿੰਦੇ ਹਾਂ, ਧੀਰੂ ਆਹ ਫੜ ਪੁੱਤ, ਇਹ ਨਾ ਜੀ ਕੁਛ ਧਾਰਮਿਕ ਗ੍ਰੰਥ ਸੀਗੇ, ਜਿਵੇਂ ਆਪਣੇ ਆਹ ਭਾਗਵਤ ਗੀਤਾ ਜਾਂ ਹੋਰ ਚੀਜ਼ਾਂ, ਹੈ ਨਾ, ਜਾਂ ਤਾਂ ਤੁਸੀਂ ਇਹਨਾਂ ਨੂੰ ਮੰਨ ਲਓ ਜਲ ਪ੍ਰਵਾਹ ਕਰ ਜਾਂ ਮੰਦਰ 'ਚ ਕਿਤੇ ਦੇ ਦਿਓ, ਹੈ ਨਾ, ਅਤੇ ਇੱਥੇ ਇਹਨੇ ਭੈਣ ਨੇ ਇਹਨਾਂ ਨੂੰ ਸਹੀ ਤਰੀਕੇ ਨਾਲ ਨਹੀਂ ਸੀ ਰੱਖਿਆ ਹੋਇਆ, ਅਤੇ ਆਹ ਲਓ ਆਹ ਵੀ ਫੜੋ ਆਹ ਰਮਾਇਣ ਆ, ਤੁਸੀਂ ਇਹ ਜ਼ਿੰਮੇਵਾਰੀ ਨਾਲ, ਇਹ ਭੈਣ ਦੇ ਮਾਮਾ ਜੀ ਦੇ ਬੇਟੇ ਨੇ, ਅਤੇ ਇਹਦਾ ਰੱਖ ਦਿਓ ਇੱਥੇ ਸਾਈਡ ਤੋਂ ਪੇਪਰ, ਇਹਦਾ ਕੱਪੜਾ ਖਾਸ ਨਹੀਂ ਹੈਗਾ, ਅਤੇ ਆਹ ਵੀ ਭਾਗਵਤ ਗੀਤਾ ਵਾ ਜੀ, ਆਹ ਸੁੰਦਰ ਕਾਂਡ ਹਨੂੰਮਾਨ ਜੀ ਦੀਆਂ ਕਿਤਾਬਾਂ, ਅਤੇ ਇਹ ਵੀ ਸ਼ਨੀ ਦੀ ਬੁੱਕਸ ਆ ਕੋਈ, ਹੈ ਨਾ, ਇਹ ਤੁਹਾਡੀ ਹੈ ਨਾ ਜ਼ਿੰਮੇਵਾਰੀ ਹੈ, ਤੁਸੀਂ ਇਹਨਾਂ ਨੂੰ ਆਹ ਵੀ ਰੱਖ ਲਿਓ ਬਸ, ਫਿਰ ਆਪਣੇ ਕੋਲ ਆਹ ਇੱਕ ਇਕੱਲਾ ਆਹ ਉੱਥੇ ਪੇਪਰ ਰੱਖਣੇ ਆਪਾਂ ਕੋਲ ਆਪਣੇ, ਹੈ ਨਾ, ਰਹਿਣ ਦੇ ਭੈਣੇ ਉੱਠ ਖੜ ਹੁਣ ਆ ਜਾ, ਇਹ ਕੀ ਜੇਬਾਂ 'ਚ ਦੇਖੋ ਭੈਣ ਕੀ ਜੇਬਾਂ 'ਚੋਂ ਕੱਢੀ ਜਾਂਦੀ ਆ, ਜੇਬਾਂ ਭਰੀਆਂ ਪਈਆਂ, ਚੱਲ ਕੋਈ ਨਾ ਹੁਣ ਨਵਨੀਤ ਭੈਣ ਕੋਈ ਨਾ ਰੱਖ ਲੈ, ਆਪਾਂ ਨੂੰ ਲੋੜ ਪੈਣੀ ਆ, ਇਹ ਰੱਖ ਲਾ ਹੁਣ ਚੀਜ਼ਾਂ ਆਪਾਂ ਨੂੰ ਨਵਨੀਤ ਭੈਣੇ ਲੋੜ ਪੈਣੀ ਹੈ, ਜਿਪ ਲਾਇਓ ਚੰਗੇ ਦੀ, ਜਿਪ ਲਾ ਦਿਓ ਥੋੜ੍ਹੀ ਤਾਂ ਤੱਕ ਲਾ ਦਿਓ, ਖਿੱਚ ਦਿਓ ਜਿਪ ਤਾਂ, ਹਾਂ ਬਸ ਚਲੋ ਬਈ ਜਸਮੀਨ ਆਪਾਂ ਵਿੱਚ ਹੀ ਰੱਖ ਲੈਂਦੇ ਝੋਲਾ, ਚੱਲ ਆ ਜਾ ਚੱਕ ਲੈਂਦੇ ਨਾਲ ਹੀ, ਆ ਜਾ ਉੱਠ ਖੜੀ ਹੋ ਮੇਰੀ ਭੈਣ, ਹੈਂ ਹਾਂ ਵੱਡੀ ਜੀ ਆ ਜਾਓ ਆ ਜਾਓ ਆ ਜਾ ਮੇਰੀ ਭੈਣ, ਆ ਜਾ ਮੇਰੀ ਭੈਣ, ਜਿਪ ਲਾ ਲਾ ਕੋਈ ਨਾ, ਕਿਤੇ ਨਹੀਂ ਤੇਰਾ ਸਮਾਨ ਜਾਣਾ, ਕਿਤੇ ਨਹੀਂ ਕੋਈ ਕੱਢਣਾ ਸਮਾਨ ਤੇਰਾ, ਆ ਜਾ ਆ ਜਾ ਮੇਰੀ ਜਸਮੀਨ ਭੈਣ, ਆ ਜਾ ਮੇਰੀ ਭੈਣ ਨਵਨੀਤ ਭੈਣ, ਆ ਜਾ ਆ ਜਾ ਆ ਜਾ ਆ ਜਾ ਆ ਜਾ ਨਹੀਂ ਤੁਸੀਂ ਜੀ ਲੋੜ, ਹਾਂ ਦਿੰਦੇ ਹਾਂ ਕਾਰਡ ਕੱਢਿਓ ਆਪਣੇ, ਆ ਲਓ ਜੀ ਆਂਟੀ ਨੂੰ ਕਾਰਡ ਦੇ ਦਿਓ, ਆ ਭੈਣੇ ਲੈ ਲਓ ਕਾਰਡ, ਹਾਂਜੀ ਹਾਂਜੀ ਲੈਂਦੇ ਹਾਂ ਅਸੀਂ ਤੁਹਾਡੀ ਐਂਟਰੀ ਪਾਉਂਦੇ ਹਾਂ ਅਸੀਂ ਪੂਰੀ, ਆਹ ਚੱਕ ਲਓ ਤਾਂ ਬਸ ਭੈਣੇ, ਆ ਜਾ ਕੱਢਿਆ ਉਹ ਲੈਟਰ ਪੈਡ, ਕੱਢਿਓ ਜੀ ਲੈਟਰ ਪੈਡ ਕੱਢਿਓ ਆਪਣੀ, ਧੀਰੂ ਲੈਟਰ ਪੈਡ ਦਿਓ ਬਾਈ ਜੀ ਨੂੰ,
ਇੱਥੇ ਕੈਂਚੀ ਪਈ ਸੀ, ਇੱਥੇ ਕੈਂਚੀ ਪਈ ਸੀ ਜੀ। ਆ ਲੈ ਭੈਣੇ ਜਿੰਦਰ ਬੈਠੋ ਭੈਣੇ ਬੈਠੋ। ਹਾਂ ਕੋਈ ਉਹ ਸਾਡੀ ਉਹ ਸਾਡਾ ਰੋਜ਼ ਦਾ ਹੈਗਾ ਜੀ ਲੱਗਿਆ ਹੋਇਆ। ਹਾਂਜੀ ਚੱਲਦਾ। ਹਾਂਜੀ ਇੱਕ ਜਣਾ ਬੈਠੂਗਾ ਜਸਮੀਨ ਭੈਣ ਬੈਠੇ ਇੱਥੇ ਨਾਲ, ਆਪਾਂ ਗਾਂਹ ਚੱਲ ਕੇ ਕਰ ਲੈਂਦੇ ਹਾਂ। ਹੈਗੀ ਜਸਮੀਨ ਇੱਧਰਲੇ ਪਾਸੇ, ਉੱਧਰਲਾ ਪਾਸੇ ਜਿਹੜਾ ਲਾ। ਚਲੋ ਅਸੀਂ ਨਵਨੀਤ ਭੈਣ ਨੂੰ ਜਿਹੜਾ ਹੈਗਾ ਆਪਣੇ ਨਾਲ ਲੈ ਕੇ ਚੱਲੇ ਹਾਂ ਜੀ, ਅਤੇ ਅਸੀਂ ਧੰਨਵਾਦ ਕਰਦੇ ਹਾਂ ਪੂਰੀ ਸੁਸਾਇਟੀ ਦਾ। ਭੈਣੇ ਨਵਨੀਤ ਚੱਲੀਏ ਹੁਣ ਆਪਾਂ, ਠੀਕ ਆ, ਅਤੇ ਧੰਨਵਾਦ ਕਰਦੇ ਹਾਂ ਅਸੀਂ ਪੂਰੀ ਸੁਸਾਇਟੀ ਦਾ, ਜਿਨ੍ਹਾਂ ਨੇ ਸਾਰੀ ਸੁਸਾਇਟੀ ਵੈਸੇ ਚਾਹੁੰਦੇ ਸੀਗੇ ਵੀ ਇਸ ਭੈਣ ਦੀ ਕੋਈ ਨਾ ਕੋਈ ਜ਼ਿੰਦਗੀ 'ਚ ਕੁਛ ਸੁਧਾਰ ਆਵੇ, ਕੁਛ ਚੰਗਾ ਹੋਵੇ, ਅਤੇ ਅਸੀਂ ਅੱਜ ਆਪਣੇ ਨਾਲ ਸੁਪਨਿਆਂ ਦੇ ਘਰ ਲੁਧਿਆਣੇ ਲੈ ਕੇ ਚੱਲੇ ਹਾਂ ਸਾਡੀ ਨਵਨੀਤ ਕੌਰ ਭੈਣ ਨੂੰ। ਇਹ ਰੁਪਿੰਦਰ ਕੌਰ ਭੈਣ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹਦੇ ਬਾਰੇ ਇਨਫੋਰਮੇਸ਼ਨ ਦਿੱਤੀ। ਇੱਥੋਂ ਦੇ ਮੌਜੂਦਾ MC ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਹੜੇ ਪਿਛਲੇ 3-4 ਘੰਟਿਆਂ ਤੋਂ ਸਾਡੇ ਨਾਲ ਨੇ, ਇੱਥੇ ਹਰ ਚੀਜ਼ ਦੀ ਜ਼ਿੰਮੇਵਾਰੀ ਦੇ ਨਾਲ ਸਾਨੂੰ ਜਾਣਕਾਰੀ ਦਿੱਤੀ ਆ, ਅਤੇ ਹੋਰ ਵੀ ਸਾਰੇ ਆਲੇ ਦੁਆਲੇ ਦੇ ਜਿਹੜੇ ਕੋਠੀਆਂ ਦੇ ਵਿੱਚ ਰਹਿੰਦੇ ਨੇ ਆ ਵੀਰ ਜੀ ਹੁਣੀ ਸਾਨੂੰ ਦੇਖ ਕੇ ਆ ਗਏ। ਫਿਰ ਸਭ ਤੋਂ ਧੰਨਵਾਦ ਕਰਦੇ ਹਾਂ ਅਸੀਂ ਭੈਣ ਜੀ ਦਾ ਜਿਹੜੇ ਇਹਨਾਂ ਦੇ ਭਰਜਾਈ ਆ, ਆਪਣੇ ਇਹਨਾਂ ਦੇ ਮਾਮਾ ਜੀ ਦੇ ਭੂਆ ਜੀ ਦੇ ਬੇਟੇ ਆ ਨਾ, ਬੇਟੀ ਆ, ਯਾਨੀ ਕਿ ਨਵਨੀਤ ਭੈਣ ਦੇ ਮਾਮਾ ਜੀ ਦੀ ਇਹ ਨੂੰਹ ਆ, ਅਤੇ ਭੈਣ ਸਾਡੀ ਇਹ ਵੀ ਲੈਕਚਰਾਰ ਲੱਗੇ ਹੋਏ ਨੇ ਖਾਲਸਾ ਕਾਲਜ ਦੇ ਵਿੱਚ, ਅਤੇ ਆਪਣੇ ਮਾਤਾ ਜੀ ਖੜ੍ਹੇ ਨੇ, ਹੈ ਨਾ, ਇਹਨਾਂ ਦੇ ਬ੍ਰਦਰ ਖੜ੍ਹੇ ਨੇ, ਅਤੇ ਇਹਨਾਂ ਦੀ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਅਸੀਂ ਲੈ ਕੇ ਚੱਲੇ ਹਾਂ। ਲੈਟਰ ਪੈਡ ਦੇ ਉੱਪਰ ਅਸੀਂ ਆਪਣੀ ਦੇ ਉੱਪਰ ਲਿਖ ਕੇ ਸਾਈਨ ਕਰਵਾ ਰਹੇ ਹਾਂ ਸਾਰਿਆਂ ਦੇ, ਜਿੰਨੇ ਭੈਣ ਭਰਾ ਇੱਥੇ ਖੜ੍ਹੇ ਨੇ ਉਹਨਾਂ ਦੇ ਸਾਰਿਆਂ ਦੇ ਨੰਬਰ ਨੋਟ ਕਰਵਾ ਰਹੇ ਹਾਂ। ਇਹ ਇੱਕ ਮਿੰਟ ਮਾੜਾ ਜਿਹਾ, ਆਹ ਲੈਟਰ ਪੈਡ ਦੇ ਉੱਤੇ ਸਾਡਾ ਇੱਕ ਸਪੈਸ਼ਲ ਨੋਟ ਮੈਂਸ਼ਨ ਹੁੰਦਾ ਜੀ, ਨੋਟ ਸਾਡੀ ਟੀਮ ਇਹਨਾਂ ਦੀ ਚੱਲ ਅਤੇ ਅਚੱਲ ਜਾਇਦਾਦ ਦਾ ਕਦੇ ਵੀ ਕੋਈ ਆਪਣਾ ਹੱਕ ਨਹੀਂ ਜਿਤਾਏਗੀ, ਸਾਡੀ ਟੀਮ ਇਹਨਾਂ ਨੂੰ ਸਿਰਫ ਸੇਵਾ ਸੰਭਾਲ ਲਈ ਲੈ ਕੇ ਜਾ ਰਹੀ ਹੈ। ਇਹ ਲੈਟਰ ਪੈਡ ਦੇ ਉੱਪਰ ਅਸੀਂ ਲਿਖ ਕੇ ਸਾਈਨ ਕਰਕੇ ਆਪਦੇ ਵੀ ਇਹਨਾਂ ਦੇ ਵੀ ਸਾਰਿਆਂ ਦੇ ਕਰਾ ਕੇ ਇਹਨਾਂ ਨੂੰ ਵੀ ਦੇ ਕੇ ਜਾਵਾਂਗੇ। ਸਾਡੀ ਮਨਸ਼ਾ ਨਵਨੀਤ ਕੌਰ ਭੈਣ ਦੀ ਜ਼ਿੰਦਗੀ ਦੇ ਵਿੱਚ ਕੁਛ ਚੰਗਾ ਸੁਧਾਰ, ਇੱਕ ਮਾਣ ਸਤਿਕਾਰ ਭਰਿਆ ਜੀਵਨ, ਕਿਉਂਕਿ ਸਾਡੇ ਪੰਜਾਬ ਦੀਆਂ ਧੀਆਂ, ਸਾਡੀਆਂ ਇਹ ਭੈਣਾਂ ਅੱਜ ਇੱਦਾਂ ਰੌਲਣ। ਹਰੀ ਸਿੰਘ ਨਲੂਏ ਦੀਆਂ ਉਹ ਵਾਰਸ, ਉਹ ਸਾਡੀਆਂ ਮਾਵਾਂ ਜਿਨ੍ਹਾਂ ਨੇ ਜਨਮ ਦਿੱਤਾ ਐਡੇ ਯੋਧਿਆਂ ਨੂੰ, ਸ਼ਹੀਦ ਭਗਤ ਸਿੰਘ ਵਰਗੇ, ਕਰਤਾਰ ਸਿੰਘ ਸਰਾਭੇ ਵਰਗੇ ਯੋਧਿਆਂ ਨੂੰ, ਅੱਜ ਉਹਨਾਂ ਦੀਆਂ ਭੈਣਾਂ ਇੱਦਾਂ ਰੌਲਣ, ਇਹ ਸਾਡੇ ਵਾਸਤੇ ਬੜੀ ਸ਼ਰਮ ਦੀ ਗੱਲ ਆ। 75 ਸਾਲ ਹੋ ਗਏ ਆਜ਼ਾਦ ਹੋਇਆਂ ਨੂੰ, ਦੱਸੇ ਫਾਂਸੀ ਦੇ ਚੁੰਮ ਕੇ ਉਹ ਚਲੇ ਗਏ ਸਾਡੀ ਖਾਤਰ ਇਸ ਦੁਨੀਆ ਤੋਂ, ਪਰ ਅੱਜ ਅਸੀਂ ਉਹਨਾਂ ਦੇ ਦੋ ਮਾਲਾ ਗਲ ਦੇ ਵਿੱਚ ਪਾ ਕੇ ਜਨਮ ਦਿਨ 'ਤੇ, ਅਤੇ ਉਹਨਾਂ ਦੀ ਸ਼ਹੀਦੀ ਪੁਰਬ 'ਤੇ ਆਪਣੇ ਆਪ ਨੂੰ ਅਸੀਂ ਦੇਸ਼ ਭਗਤ ਸਮਝਦੇ ਹਾਂ। ਪਰ ਸਾਡਾ ਸਿਸਟਮ ਇੰਨਾ ਮਾੜਾ ਵੀ ਇਸ ਭੈਣ ਦੀ ਖਾਤਰ ਪਿਛਲੇ 4 ਸਾਲਾਂ ਤੋਂ ਇੱਥੋਂ ਦਾ ਲੋਕਲ MC, ਇੱਥੋਂ ਦੇ ਲੋਕਲ ਸੁਸਾਇਟੀ ਦੇ ਸਾਰੇ ਮੈਂਬਰ ਕੋਸ਼ਿਸ਼ ਕਰ ਰਹੇ ਸੀ ਵੀ ਇਸ ਭੈਣ ਦੀ ਜ਼ਿੰਦਗੀ 'ਚ ਕੋਈ ਸੁਧਾਰ ਆਵੇ। ਇਹਦੀ ਮਾਂ ਵਿਚਾਰੀ ਕਿਰਾਏ 'ਤੇ ਰਹਿੰਦੀ ਸੀ ਆਪਣੀ ਦੋਹਤੀ ਤਨਵੀ ਨੂੰ ਲੈ ਕੇ, ਕਿਉਂਕਿ ਇਹ ਮਾਰਦੀ ਕੁੱਟਦੀ ਸੀ, ਇਹ ਬੱਚੀ ਨੂੰ ਵੀ ਮਾਰਦੀ ਸੀ। ਜੱਜ ਨੇ ਆਰਡਰ ਕਰਤੇ ਵੀ ਆਪਣੀ ਦੋਹਤੀ ਨੂੰ ਲੈ ਕੇ ਤੁਸੀਂ ਅਲੱਗ ਰਹੋ ਗੁਰਬਚਨ ਕੌਰ ਮਾਤਾ ਜੀ ਨੂੰ, ਵੀ ਇਹਦੇ ਕੋਲ ਨਾ ਰਹੋ, ਉਹ ਰੈਂਟ 'ਤੇ ਰਹਿ ਰਹੇ ਨੇ, ਪਰ ਹੱਲ ਕੋਈ ਨਹੀਂ ਕੀਤਾ। ਫਿਰ ਦੂਸਰਾ, ਪੰਜਾਬ ਦੇ ਹੈਲਥ ਮਿਨਿਸਟਰ ਸਿੱਧੂ ਸਾਹਿਬ ਤੋਂ ਮਾਰਕ ਕਰਾ ਕੇ ਇੱਕ ਲੈਟਰ ਲੋਕਲ DC ਨੂੰ ਦਿੱਤੀ ਗਈ ਇਸ ਭੈਣ ਦੀ ਮਦਦ ਵਾਸਤੇ ਵੀ ਕੋਈ ਹੱਲ ਕੀਤਾ ਜਾਵੇ, ਕੋਈ ਰਿਸਪੋਂਸ ਨਹੀਂ ਆਇਆ। ਫਿਰ ਤੀਸਰਾ, ਬਿਲਕੁਲ ਸਾਹਮਣੇ ਸਿਵਲ ਹੋਸਪਿਟਲ ਆ ਇਹਦੇ ਘਰ ਦੇ ਗੇਟ ਦੇ ਦੂਸਰੇ ਪਾਸੇ, ਉੱਥੇ ਪੁਲਿਸ ਚੌਂਕੀ ਆ, ਤਾਂ ਵੀ ਕੋਈ ਹੈਲਪ ਨਹੀਂ ਹੋਈ। ਫਿਰ ਸਾਡਾ ਸਿਸਟਮ ਕਿੱਥੇ ਆ? ਜੇ ਮੋਹਾਲੀ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਉਹ ਪੜ੍ਹੇ ਲਿਖੇ ਲੋਕ, ਉਹ ਪੜ੍ਹਿਆ ਲਿਖਿਆ ਵਰਗ ਰਹਿੰਦਾ, ਚੰਡੀਗੜ੍ਹ ਦੀ ਬਿਲਕੁਲ ਬੁੱਕਲ ਦੇ ਵਿੱਚ ਸ਼ਹਿਰ ਆ ਜਿਹੜਾ ਚੰਡੀਗੜ੍ਹ ਤੋਂ ਕਿਤੇ ਘੱਟ ਨਹੀਂ ਹੈਗਾ, ਪਰ ਅੱਜ ਜੇ ਉੱਥੇ ਵੀ ਇਹ ਮਜਬੂਰ ਨੇ ਲੋਕ, ਉੱਥੋਂ ਦੇ ਰਹਿਣ ਵਾਲੇ ਅਫਸਰ ਚੰਗੀਆਂ
ਪੋਸਟਾਂ ਤੇ ਰਹਿਣ ਵਾਲੇ ਲੋਕ ਵੀ ਜੇ ਅੱਜ ਮਜਬੂਰ ਆ ਵੀ ਆਪਣੀ ਸੋਸਾਇਟੀ 'ਚ ਰਹਿੰਦੀ ਇੱਕ ਕੁੜੀ ਦੀ ਮਦਦ ਨਹੀਂ ਕਰ ਸਕਦੇ ਤਾਂ ਕਿੱਡੀ ਵੱਡੀ ਦੁੱਖ ਦੀ ਗੱਲ ਆ ਇਹ, ਕਿਉਂਕਿ ਇਹ ਲੋਕ ਮਦਦ ਕਰਨਾ ਚਾਹੁੰਦੇ ਸੀ, ਕੋਈ ਰੋਟੀ ਦਿੰਦਾ ਸੀ, ਇੱਕ ਘਰ ਆ ਇੱਥੇ ਜਿਹੜੇ ਹਰ ਰੋਜ਼ ਰੋਟੀ ਦੇ ਕੇ ਜਾਂਦੇ, ਜਿਹੜੀ ਚੀਜ਼ ਮੰਗਦੀ ਦਾਲ ਸਬਜ਼ੀ ਬਣਾ ਕੇ ਦੇ ਕੇ ਜਾਂਦੇ ਸੀ, ਆਸੇ ਪਾਸੇ ਦੇ ਲੋਕ ਜੇ ਇਹਨੂੰ ਰੋਟੀ ਪਾਣੀ ਦਿੰਦੇ ਸੀ ਤਾਂ ਹੀ ਇਹ ਜਿੰਦਾ ਸੀਗੀ, ਪਰ ਉਹਨੂੰ ਆਪਣੇ ਘਰ ਲਿਜਾ ਕੇ ਨਹੀਂ ਕੋਈ ਰੱਖ ਸਕਦਾ ਸੀ ਵੀ ਚੱਲ ਵੀ ਸਾਡੇ ਘਰ ਰਹਿਣ ਲੱਗ ਜਾ, ਆਪਾਂ ਇਹਦਾ ਟ੍ਰੀਟਮੈਂਟ ਕਰਾ ਦਾਂਗੇ, ਨਹੀਂ, ਜਿਹੜੀ ਉਹ ਮਦਦ ਕਰ ਸਕਦੇ ਸੀ ਉਹ ਕਰਦੇ ਰਹੇ, ਪਰ ਜਿਹੜੀ ਮਦਦ ਸਾਡੇ ਸਿਸਟਮ ਨੂੰ ਕਰਨੀ ਚਾਹੀਦੀ ਸੀ ਉਹ ਸਿਸਟਮ ਨੇ ਨਹੀਂ ਕੀਤੀ, ਉਹ ਸਿਸਟਮ ਫੇਲ ਹੋ ਗਿਆ, ਜਿਹਦੇ ਕਰਕੇ ਅੱਜ 8 ਸਾਲ ਇਹ ਨਵਨੀਤ ਭੈਣ ਨਰਕ ਕੱਟਦੀ ਰਹੀ। ਅੱਜ ਕਰਵਾ ਚੌਥ ਵਾਲੇ ਦਿਨ ਇਸ ਟਾਈਮ ਚੰਦਰ ਨਿਕਲਣ ਵਾਲਾ, ਸਾਡੀਆਂ ਭੈਣਾਂ ਨੇ ਵਰਤ ਤੋੜਨੇ ਆ, ਆਪਣੇ ਸਿਰ ਦੇ ਸਾਈਆਂ ਦੀਆਂ ਲੰਬੀਆਂ ਜ਼ਿੰਦਗੀ ਦੀਆਂ ਅਰਦਾਸਾਂ ਕਰਨੀਆਂ, ਪਰ ਇਸ ਭੈਣ ਦੇ ਸਿਰ ਦਾ ਸਾਈ ਇਹਦੀ ਜ਼ਿੰਦਗੀ ਬਰਬਾਦ ਕਰ ਗਿਆ। ਇਹਦੀ ਮਾਂ ਵਾਰ ਵਾਰ ਇਹੀ ਗੱਲ ਕਹਿ ਰਹੀ ਹੈ, ਮਾਤਾ ਗੁਰਬਚਨ ਕੌਰ, ਵੀ ਉਹ ਕਹਿੰਦਾ ਸੀ ਮੈਂ ਤੈਨੂੰ ਬਰਬਾਦ ਕਰਕੇ ਛੱਡੂੰ, ਵੀ ਉਹਨੇ ਬਰਬਾਦ ਕਰਤਾ। ਅੱਜ ਇਹ ਕਿਹਦੇ ਲਈ ਵਰਤ ਰੱਖੇ, ਕੀ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਹਸਬੈਂਡ, ਨਸ਼ੇ ਨੇ ਜਿਹੜਾ ਪੰਜਾਬ 'ਚ ਛੇਵਾਂ ਦਰਿਆ ਨਸ਼ਿਆਂ ਦਾ ਵਗਦਾ, ਉਸ ਨਸ਼ਿਆਂ ਦੇ ਦਰਿਆ 'ਚ ਹੜ ਗਿਆ ਉਹ ਨੌਜਵਾਨ ਪੁੱਤ ਮਾਂ ਦਾ, ਜਿਹੜਾ ਇਹਦਾ ਹਸਬੈਂਡ ਸੀ, ਇਹਨੂੰ ਵੀ ਨਸ਼ੇ ਕਰਾਉਂਦਾ ਸੀ ਨਾਲ। ਮਾਂ ਕਹਿੰਦੀ ਮੈਂ ਦੇਖਦੀ ਰਹਿੰਦੀ ਸੀ, ਮੇਰੀ ਧੀ ਨੂੰ ਵੀ ਨਸ਼ੇ ਕਰਨ ਲਾ ਦਿੰਦਾ ਸੀ ਨਾਲ, ਘਰ ਦੇ ਗਹਿਣੇ ਗੱਡੀ ਸਭ ਕੁਝ ਵੇਚਤਾ, ਘਰ ਨਰਕ ਬਣਾਤਾ। ਪਰ ਇੰਨੀ ਗੱਲਾਂ ਜੋ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀਆਂ, ਇਹਦਾ ਸਾਨੂੰ ਇਹ ਪਤਾ ਫਰਕ ਕੁਛ ਨਹੀਂ ਪੈਣਾ, ਸਾਡੀ ਸਰਕਾਰ ਦੇ ਸਾਡੇ ਸਿਸਟਮ ਦੇ ਕੰਨ 'ਤੇ ਜੂੰ ਵੀ ਨਹੀਂ ਸਰਕਣੀ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਜਿੰਨਾ ਮਰਜ਼ੀ ਭੌਂਕੀ ਜਾਈਏ। ਪਰ ਇਸ ਵੀਡੀਓ ਨੂੰ ਦੇਖ ਕੇ ਉਹ ਲੋਕ ਜ਼ਰੂਰ ਅਵੇਅਰ ਹੋਣ ਜਿਨ੍ਹਾਂ ਦੇ ਗੁਆਂਢ 'ਚ ਇੱਦਾਂ ਦੀਆਂ ਭੈਣਾਂ ਰਹਿੰਦੀਆਂ, ਹੋਰ ਬਹੁਤ ਲੋਕ ਨੇ ਇੱਦਾਂ ਦੇ ਜਿਹੜੇ ਸਫ਼ਰ ਕਰਦੇ ਨੇ, ਬਹੁਤ ਪਰਿਵਾਰ ਨੇ ਜਿਹੜੇ ਇੱਦਾਂ ਦੇ ਦੁਖੀ ਨੇ, ਉਹਨਾਂ ਦੀ ਬਾਂਹ ਫੜੋ, ਉਹਨਾਂ ਲਈ ਮਦਦ ਲਈ ਅੱਗੇ ਆਓ, ਵੋਟਾਂ ਮੰਗਣ ਆਏ ਲੀਡਰਾਂ ਨੂੰ ਜ਼ਰੂਰ ਸਵਾਲ ਪੁੱਛੋ ਵੀ ਤੁਸੀਂ ਕੀ ਕਰਦੇ ਹੋ ਸਾਡੇ ਲਈ, ਕਿਹੜਾ ਇਹੋ ਜਿਹਾ ਸਿਸਟਮ ਜਨਰੇਟ ਕਰਕੇ ਦਿੱਤਾ ਤੁਸੀਂ ਸਾਨੂੰ, ਅਸੀਂ ਤੁਹਾਨੂੰ ਕਿਹੜੇ ਮੂੰਹ ਨਾਲ ਵੋਟਾਂ ਪਾਈਏ। ਅਤੇ ਬਸ ਇੰਨੀਆਂ ਸਾਡੀਆਂ ਗੱਲਾਂ, ਧੰਨਵਾਦ ਆ ਸਾਰਿਆਂ ਦਾ, ਅਤੇ ਅਸੀਂ ਭੈਣ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਹਾਂ, ਅਤੇ ਮਾਤਾ ਜੀ, ਹਾਂਜੀ ਸਤਿ ਸ਼੍ਰੀ ਅਕਾਲ, ਹਾਂਜੀ ਮਾਤਾ ਜੀ ਲੈ ਜਾਈਏ ਭੈਣ ਨੂੰ, ਤੁਹਾਨੂੰ ਕੋਈ ਇਤਰਾਜ਼ ਨਹੀਂ, ਮਾਂ ਤੁਸੀਂ ਬਸ ਅਰਦਾਸ ਕਰਿਓ, ਬਸ ਰੋਣਾ ਨਹੀਂ, ਤੁਸੀਂ ਇੱਕ ਅਰਦਾਸ ਕਰਿਓ ਆਪਦੇ ਪੁੱਤਾਂ ਖਾਤਰ, ਅਸੀਂ ਉਹਦੀ ਮਦਦ ਕਰ ਸਕੀਏ, ਅਤੇ ਇੱਕ ਤੁਸੀਂ ਪਲੀਜ਼ ਬੇਨਤੀ ਹੈ, ਡਰਨਾ ਨਹੀਂ, ਇਹਦੇ ਮਗਰ ਆਉਣਾ, ਇਹ ਵੀਰੇ ਨੂੰ ਵੀ ਮੈਂ ਕਿਹਾ ਵਾ ਪਲੀਜ਼ ਇਹਦੇ ਮਗਰ ਗੇੜਾ ਰੱਖਣਾ ਤੁਸੀਂ, ਇੱਕ ਤਾਂ ਥੋੜ੍ਹੇ ਦਿਨਾਂ ਬਾਅਦ ਹੀ ਤੁਸੀਂ ਆਇਓ ਹੁਣ ਸਾਡੇ ਕੋਲ 5-10 ਦਿਨਾਂ ਦੇ ਵਿੱਚ ਹੀ, ਹਾਂ ਤੁਸੀਂ ਇੱਕ ਤਾਂ ਨਾਲੇ ਵਿਜ਼ਿਟ ਕਰਕੇ ਤੁਹਾਨੂੰ ਵੀ ਪਤਾ ਲੱਗੇ ਤੁਹਾਡੀ ਧੀ ਕਿੱਥੇ ਰਹਿੰਦੀ ਹੈ, ਕਿੱਦਾਂ ਰਹਿੰਦੀ ਹੈ, ਹੈ ਨਾ, ਅਤੇ ਪਲੀਜ਼ ਇਹਦੇ ਮਗਰ ਚੱਕਰ, ਇਹਦੀ ਬੇਟੀ ਨੂੰ ਜ਼ਰੂਰ ਲੈ ਕੇ ਆਇਓ, ਇਹਨੂੰ ਮਿਲਾਇਓ ਇੱਕ ਵਾਰ, ਤਾਂ ਜੋ ਇਹਨੂੰ ਠੀਕ ਤਾਂ ਹੀ ਹੋ ਜੂਗੀ ਇਹ, ਇਹਨੂੰ ਦਵਾਈਆਂ ਨੇ ਨਹੀਂ, ਦਵਾਵਾਂ ਨੇ ਅਤੇ ਤੁਹਾਡੀ ਇਮੋਸ਼ਨਲ ਸਪੋਰਟ ਨੇ ਠੀਕ ਕਰਨਾ, ਠੀਕ ਹੈ ਜੀ, ਇਹ ਤੁਸੀਂ ਪਲੀਜ਼ ਜ਼ਰੂਰ ਸਾਥ ਦਿਓ ਸਾਡਾ, ਅਤੇ ਅਸੀਂ ਤੁਹਾਡੇ ਪੁੱਤ ਬਣ ਕੇ ਇਹਦੇ ਭਰਾ ਬਣ ਕੇ ਤੁਹਾਡੇ ਨਾਲ ਹਾਂ, ਅੱਜ ਤੋਂ ਮਨਪ੍ਰੀਤ ਤੁਹਾਡਾ ਪੁੱਤ ਮੈਂ, ਅਸੀਂ ਤੁਹਾਡਾ ਪੂਰਾ ਸਾਥ ਦੇਵਾਂਗੇ, ਠੀਕ ਆ, ਅਸੀਂ ਚਾਹੁੰਦੇ ਹਾਂ ਇਸ ਘਰ ਦੇ ਵਿੱਚ ਖੁਸ਼ੀਆਂ ਵਾਪਸ ਆਉਣ। ਬਸ ਅਰਦਾਸ ਕਰਿਓ ਜੀ, ਅਸੀਂ ਇਸੇ ਤਰ੍ਹਾਂ ਹੀ ਸਾਫ ਮਨ ਨਾਲ ਚੰਗੀ ਨੀਤ ਨਾਲ ਸੇਵਾ ਕਰਦੇ ਰਹੀਏ, ਬਸ ਇਹੀ ਤੁਹਾਨੂੰ ਤੁਹਾਡੀ ਅਰਦਾਸਾਂ ਦੀ ਲੋੜ ਆ, ਥੈਂਕ ਯੂ। ਨਹੀਂ ਨਹੀਂ ਮੇਰੀ ਭੈਣ, ਇਹ ਕਿਸੇ ਨੀ, ਇੱਕ ਜ਼ਰੀਆ ਬਣਦਾ, ਦੇਖੋ ਤੁਸੀਂ ਜ਼ਰੀਆ ਬਣੇ ਹੋ, ਹੋਰ ਕੋਈ ਗੱਲ ਨਹੀਂ, ਮੈਂ ਅਸੀਂ ਵੀ ਜ਼ਰੀਆ, ਉਹਦੀ ਜ਼ਿੰਦਗੀ ਸੁਧਾਰ ਆਉਣਾ। ਡਰਦੀ ਨੇ ਫੋਨ ਕੀਤਾ ਸੀਗਾ ਕਿ ਪਤਾ ਨਹੀਂ ਆਣਗੇ ਕਿ ਨਹੀਂ ਆਣਗੇ, ਪਰ ਚਲੋ ਤੁਸੀਂ ਰੱਖਿਆ ਕਿ ਚਲੋ ਮੈਂ ਫੋਨ ਕੀਤਾ। ਉਪਰਾਲੇ ਸਾਰਿਆਂ ਨੇ ਬਹੁਤ ਕੀਤੇ, ਸਾਡੀ ਭੈਣ ਦਾ ਉਪਰਾਲਾ ਜਿਹੜਾ ਸਿਰੇ ਚੜ ਗਿਆ। ਨਹੀਂ ਨਹੀਂ ਚਲੋ, ਧੰਨਵਾਦ ਕਰਦੇ, ਬਿਲਕੁਲ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਰਿਆਂ ਨੇ ਸਾਡਾ ਸਹਿਯੋਗ ਦਿੱਤਾ, ਸਾਥ ਦਿੱਤਾ, ਅਤੇ ਅਸੀਂ ਬਸ ਫਿਰ ਤੋਂ ਉਹੀ ਗੱਲਾਂ ਵਾਰ ਵਾਰ ਕਰਨ ਦਾ ਕੋਈ ਫਾਇਦਾ ਨਹੀਂ, ਬਸ ਇੱਕੋ ਹੀ ਬੇਨਤੀ ਆ, ਵੀਡੀਓ ਨੂੰ ਸ਼ੇਅਰ ਕਰ ਦਿਓ, ਸ਼ਾਇਦ ਕੋਈ ਹੋਰ ਤਨਵੀ ਜਿਹੜੀ ਇਸ ਭੈਣ ਦੀ ਧੀ ਆ ਨਾ, ਉਹ ਵਿਚਾਰੀ ਆਪਣੀ ਮਾਂ ਤੋਂ ਵਾਂਝੀ ਡਰਦੀ ਜ਼ਿੰਦਗੀ ਨਾ ਬਤੀਤ ਕਰੇ। ਆਪਣੇ ਆਸ ਪਾਸ ਖਿਆਲ ਰੱਖੋ, ਲੋੜਵੰਦਾਂ ਦੀ ਮਦਦ ਕਰੋ, ਆਪਾਂ ਹੀ ਸਮਾਜ ਨੂੰ ਬਦਲਣਾ, ਆਪਣੀ ਡਿਊਟੀ ਆ, ਕਿਸੇ ਹੋਰ ਨੇ ਨਹੀਂ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮੇਰੇ ਕੋਲ ਲੈਟਰ, ਮੈਂ ਦੇਖਦਾ ਇੱਕ।